ਭਗਤਾ ਸ਼੍ਰੀ ਸੁਖੀਰ ਰੰਦਨ ਜੀ ਤੇ ਉਹਨਾਂ ਦੇ ਨਾਲ ਸੰਵਾਦ ਰਚਾਉਣ ਲਈ ਸਾਡੇ ਨਾਲ ਜੁੜੇ ਪ੍ਰੋਫੈਸਰ ਭਗਵਾਨ ਜੋਸ਼, ਸਥਾਨਕ ਕਮੇਟੀ ਦੇ ਪ੍ਰਬੰਧਕ ਤੇ ਡਾਇਰੈਕਟਰ, ਅਤੇ ਆਨਲਾਈਨ ਜੁੜੇ ਸੱਜਣਾਂ ਲਈ ਧੰਨਵਾਦ ਦੇ ਸ਼ਬਦ ਕਹਿਣ ਲੱਗਿਆ ਮੈਨੂੰ ਖੁਸ਼ੀ ਹੋ ਰਹੀ ਹੈ। ਜਿਵੇਂ ਆਪ ਜਾਣਦੇ ਹੋ, ਭਾਈ ਵੀਰ ਸਿੰਘ ਦਾ ਜਨਮ ਅੰਮ੍ਰਿਤਸਰ ਵਿੱਚ ਕਟੜਾ ਗਰਬਾ ਸਿੰਘ ਹੋਇਆ, ਤੇ ਬਾਅਦ ਵਿੱਚ ਉਹ ਉਸ ਕੋਠੀ ਚ ਆ ਗਏ ਜਿਹਨੂੰ ਅਸੀਂ ਅੱਜ ਕੱਲ ਨਿਵਾਸ ਸਥਾਨ ਆਖਦੇ ਹਾਂ। ਇਸ ਕੋਠੀ ਵਿੱਚ ਭਾਈ ਸਾਹਿਬ ਜੀ ਨੇ ਆਪਣਾ ਬਹੁਤ ਸਮਾਂ ਗੁਜ਼ਾਰਿਆ ਤੇ ਸਾਰਾ ਰਚਨਾਤਮਕ ਕੰਮ ਇੱਥੇ ਕੀਤਾ। ਕੁਝ ਕਾਰਨਾਂ ਕਰਕੇ ਇਸ ਕੋਠੀ ਨੂੰ ਅਸੀਂ ਉਸ ਤਰ੍ਹਾਂ ਨਹੀਂ ਚਲਾ ਸਕੇ ਜਿਵੇਂ ਕਿ ਚਲਾਉਣਾ ਚਾਹੀਦਾ ਹੈ। ਸਾਨੂੰ ਖੁਸ਼ੀ ਹੈ ਕਿ ਸਾਡੇ ਡਾਇਰੈਕਟਰ ਇਸ ਇਤਿਹਾਸਿਕ ਸਥਾਨ ਨੂੰ ਉਸਦਾ ਯੋਗ ਸਥਾਨ ਦਿਵਾਉਣ ਲਈ ਕਈ ਪ੍ਰੋਗਰਾਮ ਉਲੀਕ ਰਹੇ ਹਨ, ਜਿਹਨਾਂ ਵਿੱਚ ਇਸ ਪਵਿੱਤਰ ਸ਼ਹਿਰ ਨਾਲ ਜੁੜੀਆਂ ਹਸਤੀਆਂ ਦੇ ਲੈਕਚਰਾਂ ਦੀ ਲੜੀ। ਪਿਛਲੇ ਮਹੀਨੇ ਅਸੀਂ ਭਾਈ ਵੀਰ ਸਿੰਘ ਜੀ ਦੀ ਪੋਇਟਰੀ ਤੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਨੂੰ ਬੁਲਾਇਆ। ਅੱਜ ਅਸੀਂ ਉਸ ਮਹਾਨ ਸ਼ਖਸੀਅਤ ਸਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਯਾਦ ਵਿੱਚ ਜੁੜੇ ਹਾਂ, ਜਿਹਨਾਂ ਨੇ ਪੰਜਾਬੀ ਸਾਹਿਤ ਦਾ ਦਾਇਰਾ ਵਿਸ਼ਾਲ ਕੀਤਾ ਤੇ ਆਪਣੀ ਲਿਖਤਾਂ ਰਾਹੀਂ ਪੰਜਾਬੀ ਦੇ ਪਾਠਕਾਂ ਨੂੰ ਇੱਕ ਨਵੀਂ ਸੋਚਣੀ ਦਿੱਤੀ। ਮੈਨੂੰ ਪ੍ਰੀਤਲੜੀ ਦੇ ਨਾਲ ਸਾਡੇ ਪਿੰਡ ਦੇ ਗ੍ਰੰਥੀ ਦੇ ਸਪੁੱਤਰ, ਵੱਡੇ ਸਪੁੱਤਰ ਜਿਹਨੂੰ ਅਸੀਂ ਗਿਆਨੀ ਕਰਤਾਰ ਸਿੰਘ ਵਜੋਂ ਜਾਣਦੇ ਹਾਂ, ਉਹਨਾਂ ਨੇ ਜੋੜਿਆ। ਪ੍ਰੀਤਲੜੀ ਪੜ੍ਹ ਕੇ ਉਹਨਾਂ ਦਾ ਛੋਟਾ ਭਰਾ ਨਾਨਕ ਸਿੰਘ ਕਮਿਊਨਿਸਟ ਲਹਿਰ ਵਿੱਚ ਵੜ ਗਿਆ। ਮੈਨੂੰ ਭਾਵੇਂ ਪ੍ਰੀਤਲੜੀ ਨੇ ਬੜਾ ਪ੍ਰਭਾਵਿਤ ਕੀਤਾ, ਮੈਂ ਹਰ ਵਾਰੀ ਅਗਲੇ ਪਰਚੇ ਦੀ ਉਡੀਕ ਕਰਦਾ ਸਾਂ, ਪਰ ਮੈਂ ਕਮਿਊਨਿਸਟ ਵਿਚਾਰਧਾਰਾ ਨਾਲ ਜੁੜ ਨਹੀਂ ਪਾਇਆ। ਇਹਦਾ ਕਾਰਨ ਜਿਵੇਂ ਸੁਖੀਰਤ ਜੀ ਨੇ ਅੰਮ੍ਰਿਤਾ ਪ੍ਰੀਤਮ ਨਾਲ ਆਪਣੀ ਇੰਟਰਵਿਊ ਦੱਸਿਆ ਕਿ ਉਹ ਚੀਜ਼ ਨਹੀਂ ਲੱਭੀ ਜਿਹੜੀ ਕਿ ਹੋਣੀ ਚਾਹੀਦੀ ਸੀ। ਮੇਰੀ ਆਪਣੀ ਵਿਚਾਰ ਹੈ, ਭਗਵਾਨ ਜੋਸ਼ ਨੇ ਬੜਾ ਕੰਮ ਕੀਤਾ ਇਸ ਤੇ। ਭਗਵਾਨ ਇਹ ਬਾਹਰਲਾ ਮਾਡਲ ਲਿਆ ਕੇ ਇੱਥੇ ਲਗਾਉਣ ਦੀ ਕੋਸ਼ਿਸ਼ ਕੀਤੀ, ਉਹ ਬਹੁਤਾ ਕਾਮਯਾਬ ਨਹੀਂ ਹੋ ਸਕਿਆ। ਐਨੀਵੇ ਇਸ ਤੇ ਗੱਲਬਾਤ ਸੁਖੀਰਤ ਦਾ ਕਰਨਾ, ਮੈਨੂੰ ਹੋਰ ਨਹੀਂ ਬੋਲਣਾ ਚਾਹੀਦਾ, ਪਰ ਇਹ ਗੱਲ ਅੱਛੀ ਲੱਗੀ ਮੈਨੂੰ। ਪ੍ਰੀਤਲੜੀ ਦਾ ਇੱਕ ਕਲਮ ਸੀ, ਮੇਰੀ ਧਰਤੀ ਮੇਰੇ ਲੋਕ, ਉਹ ਮੈਂ ਬੜੇ ਚਾਅ ਨਾਲ ਪੜ੍ਹਦਾ ਸਾਂ, ਜਿਹਦੇ ਨਾਲ ਮੇਰੀ ਸੋਚ ਜਿਹੜੀ ਹੈ ਉਹ ਬਦਲ ਗਈ। ਮੈਂ ਹਰ ਤਰੀਕ ਚੀਜ਼ ਨੂੰ ਜਿਹੜਾ ਨਵੇਂ ਤਰੀਕੇ ਨਾਲ ਸਮਝਣਾ ਤੇ ਸੋਚਣਾ ਸ਼ੁਰੂ ਕੀਤਾ। ਮੈਂ ਸਿੱਖ ਇਤਿਹਾਸ ਦਾ ਵਿਦਿਆਰਥੀ ਹਾਂ। ਗੁਰੂ ਸਾਹਿਬਾਂ ਦੀਆਂ ਰਚਨਾ ਵਿੱਚ, ਉਹਨਾਂ ਦੀਆਂ ਮਹਾਨ ਕਾਰਨਾਮੇ ਵਿੱਚ ਉਹਨਾਂ ਵਿਸ਼ਵਾਸ ਹੈ, ਪਰ ਉਹ ਕਰਾਮਾਤਾਂ ਜਿਹੜੀਆਂ ਹਨ, ਜਿਹੜਾ ਸਾਖੀਆਂ ਜਿੱਤੀਆਂ ਹਨ ਪ੍ਰੀਤਲੜੀ ਤੋਂ ਬਾਅਦ, ਉਹਨਾਂ ਕਰਾਮਾਤਾਂ ਬਾਰੇ ਮੈਂ ਮੁੜ ਸੋਚਣਾ ਸ਼ੁਰੂ ਕੀਤਾ ਹੈ। ਕੀ ਇਹ ਕਰਾਮਾਤਾਂ ਗੁਰੂ ਸਾਹਿਬ ਦੀ ਲਿਖਣੀ ਨਾਲ ਮੇਲ ਖਾਂਦੀਆਂ ਹਨ ਕਿ ਨਹੀਂ, ਤੇ ਇਹ ਜਿਹੜੀ ਸੀ ਮੇਰੇ ਖਿਆਲ ਪ੍ਰੀਤਲੜੀ ਦੇਣ ਹੈ ਕਿ ਲੋਕਾਂ ਨੂੰ ਨਵੀਂ ਸੋਚ ਨਹੀਂ ਦਿੱਤੀ। ਇਸ ਕਰਕੇ ਅਸੀਂ ਸਰ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਬੜੇ ਮਸ਼ਹੂਰ ਹਾਂ, ਧੰਨਵਾਦੀ ਹਾਂ ਕਿ ਉਹਨਾਂ ਨੇ ਪੰਜਾਬ ਨੂੰ, ਲੋਕਾਂ ਨੂੰ ਨਵੀਂ ਸੋਚ ਨਹੀਂ ਦਿੱਤੀ। ਇਸ ਬਾਰੇ ਮੈਂ ਹੋਰ ਕੁਛ ਨਹੀਂ ਕਵਾਂਗਾ। ਅਤੇ ਭਾਈ ਵੀਰ ਸਿੰਘ ਨਿਵਾਸ ਸਥਾਨ ਦੇ ਡਾਇਰੈਕਟਰ ਡਾਕਟਰ ਸੁਖਬੀਰ ਕੌਰ ਨੂੰ ਬੇਨਤੀ ਕਰਾਂਗਾ ਕਿ ਅਗਲਾ ਪ੍ਰੋਗਰਾਮ ਕੰਡਕਟ ਕਰਨ। ਓਵਰ ਟੂ ਸੁਖਬੀਰ ਕੌਰ। ਸ਼ੁਕਰੀਆ ਜੀ, ਮਿਹਰਬਾਨੀ ਡਾਕਟਰ ਸਾਹਿਬ, ਤੁਹਾਡੀ ਹੌਸਲਾ ਅਫਜ਼ਾਈ ਲਈ ਬਹੁਤ ਬਹੁਤ ਮਿਹਰਬਾਨੀ। ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਦੇ ਸਹਿਯੋਗ ਨਾਲ ਭਾਈ ਵੀਰ ਸਿੰਘ ਨਿਵਾਸ ਸਥਾਨ ਅੰਮ੍ਰਿਤਸਰ ਵੱਲੋਂ ਜੋ ਆਨਲਾਈਨ ਪ੍ਰੋਗਰਾਮ ਆਰੰਭੇ ਗਏ ਨੇ, ਉਸ ਲੜੀ ਦਾ ਅੱਜ ਸਾਡਾ ਇਹ ਦੂਸਰਾ ਪ੍ਰੋਗਰਾਮ ਹੈ। ਤੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਿਲ ਹੋਏ ਨੇ ਬਹੁਤ ਹੀ ਸਤਿਕਾਰਯੋਗ, ਜੋ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਨੇ, ਪ੍ਰੋਫੈਸਰ ਪਰਮਿੰਦਰ ਸਿੰਘ। ਤੇ ਅੱਜ ਦੇ ਵਿਸ਼ੇ ਦੇ ਉੱਤੇ ਚਰਚਾ ਕਰਨ ਵਾਲੇ ਦੋਨਾਂ ਪੈਨਲਿਸਟ ਸ਼੍ਰੀ ਸੁਕੀਰਤ ਆਨੰਦ ਤੇ ਪ੍ਰੋਫੈਸਰ ਭਗਵਾਨ ਸਿੰਘ ਜੋਸ਼ ਦਾ ਮੈਂ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਦੇ ਸੰਯੋਜਨ ਵਿੱਚ ਸਾਨੂੰ ਜਿਹੜੀ ਵਿਸ਼ੇਸ਼ ਸਹਿਯੋਗ ਤੇ ਅਗਵਾਈ ਪ੍ਰਦਾਨ ਕਰਦੇ ਨੇ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਡਾਕਟਰ ਮਹਿੰਦਰ ਸਿੰਘ,
ਤੇ ਨਾਲ ਹੀ ਸਾਡੀ ਲੋਕਲ ਐਡਵਾਈਜ਼ਰੀ ਕਮੇਟੀ ਦੇ ਜਨਰਲ ਸਕੱਤਰ ਡਾਕਟਰ ਰਵੀਪਾਲ ਸਿੰਘ ਉਹ ਜੁਆਇਨ ਨਹੀਂ ਕਰ ਪਾਏ, ਉਹਨਾਂ ਦਾ ਜਿੱਥੇ ਸਵਾਗਤ ਹੈ ਉੱਥੇ ਨਾਲ ਹੀ ਮੈਂ ਇਸ ਗੱਲ ਲਈ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਕਿ ਉਹ ਲਗਾਤਾਰ ਸਾਨੂੰ ਸਹਿਯੋਗ ਦੇ ਰਹੇ ਨੇ ਆਪ ਸਭ, ਤੇ ਮੈਂ ਉਮੀਦ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਹਿਯੋਗ ਦਾ ਸਿਲਸਿਲਾ ਇੰਝ ਹੀ ਕਾਇਮ ਰਹੇਗਾ। ਅੱਜ ਦੇ ਪ੍ਰੋਗਰਾਮ ਦੇ ਪ੍ਰਧਾਨ ਜੀ ਪਾਸੋਂ ਮੈਂ ਪਹਿਲਾਂ ਇਜਾਜ਼ਤ ਚਾਹਾਂਗੀ। ਡਾਕਟਰ ਸਾਹਿਬ, ਡਾਕਟਰ ਪਰਮਿੰਦਰ ਸਿੰਘ ਇਜਾਜ਼ਤ ਹੈ ਜੀ ਪ੍ਰੋਗਰਾਮ ਦਾ ਅਗਲਾ ਸੰਚਾਲਨ ਕਰਨ ਵਾਸਤੇ? ਸ਼ੁਕਰੀਆ ਜੀ, ਥੈਂਕ ਯੂ। ਡਾਕਟਰ ਪਰਮਿੰਦਰ ਸਿੰਘ ਜਾਂ ਪ੍ਰੋਫੈਸਰ ਪਰਮਿੰਦਰ ਸਿੰਘ, ਜੇ ਮੈਂ ਇਹਨਾਂ ਬਾਰੇ ਗੱਲ ਕਰਨੀ ਚਾਹਵਾਂ ਤਾਂ ਡਾਕਟਰ ਸਾਹਿਬ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੰਗਲਿਸ਼ ਵਿਭਾਗ ਵਿੱਚ ਬਹੁਤ ਲੰਮਾ ਸਮਾਂ ਸੇਵਾ ਨਿਭਾਈ ਹੈ ਤੇ ਹੁਣ ਰਿਟਾਇਰ ਹੋ ਚੁੱਕੇ ਨੇ। ਪ੍ਰੋਫੈਸਰ ਪਰਮਿੰਦਰ ਸਿੰਘ ਨੇ ਅਕਾਦਮਿਕ ਹਲਕਿਆਂ 'ਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਇਹ ਅੰਗਰੇਜ਼ੀ ਤੇ ਪੰਜਾਬੀ ਦੋਹਾਂ ਜ਼ੁਬਾਨਾਂ ਵਿੱਚ ਲਿਖਦੇ ਨੇ, ਬਹੁਤ ਸਾਰੇ ਇਹਨਾਂ ਦੇ ਲੇਖ ਪ੍ਰਕਾਸ਼ਿਤ ਹੋ ਚੁੱਕੇ ਨੇ ਤੇ ਹੁਣੇ ਹੁਣੇ ਇਹਨਾਂ ਦੀ ਜਲਿਆਂਵਾਲਾ ਬਾਗ ਬਾਰੇ ਪੁਸਤਕ ਪਾਠਕਾਂ ਤੱਕ ਪਹੁੰਚੀ ਹੈ। ਰਾਜਾ ਰਾਓ ਦੇ ਨਾਵਲ ਦ ਸਰਪੈਂਟ ਐਂਡ ਦ ਰੋਪ ਉੱਪਰ ਵੀ ਇਹਨਾਂ ਦੀ ਪੁਸਤਕ ਪਾਠਕ ਜਗਤ ਵਿੱਚ ਬਹੁਤ ਮਕਬੂਲ ਹੋਈ ਹੈ। ਡਾਕਟਰ ਸਾਹਿਬ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਨੇ, ਪਾਸ਼ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਅਤੇ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਦੇ ਐਕਟਿਵ ਮੈਂਬਰ ਨੇ। ਡਾਕਟਰ ਸਾਹਿਬ ਦਾ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨ ਲਈ ਸਾਡੇ ਨਾਲ ਸ਼ਾਮਲ ਹੋਣ ਤੇ ਬਹੁਤ ਬਹੁਤ ਸਵਾਗਤ ਹੈ। ਭਾਈ ਸਾਹਿਬ, ਭਾਈ ਵੀਰ ਸਿੰਘ ਨਾਲ ਸੰਬੰਧਿਤ ਪਹਿਲੇ ਪ੍ਰੋਗਰਾਮ ਤੋਂ ਉਪਰੰਤ ਅਸੀਂ ਇਹ ਵਿਚਾਰ ਕੀਤੀ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਿਚਰਨ ਵਾਲੇ ਪ੍ਰਮੁੱਖ ਸਾਹਿਤਕਾਰਾਂ ਬਾਰੇ ਜਿਹੜੇ ਆ ਅਸੀਂ ਜੋ ਵਿਚਰਦੇ ਰਹੇ ਨੇ ਉਹਨਾਂ ਬਾਰੇ ਚਰਚਾ ਜਾਰੀ ਰੱਖਾਂਗੇ। ਤੇ ਅੱਜ ਦਾ ਇਹ ਦੂਸਰਾ ਪ੍ਰੋਗਰਾਮ ਸਮਰਪਿਤ ਹੈ ਪੰਜਾਬੀ ਸਾਹਿਤ ਤੇ ਵਿਸ਼ੇਸ਼ ਕਰਕੇ ਪੰਜਾਬੀ ਵਾਰਤਕ ਨੂੰ ਵਿਲੱਖਣ ਨੁਹਾਰ ਦੇਣ ਵਾਲੇ ਉਸ ਹਸਤਾਖਰ ਨੂੰ ਜਿਸ ਨੂੰ ਸੁਪਨਸਾਜ ਤੇ ਸ਼ਬਦਾਂ ਦਾ ਜਾਦੂਗਰ ਵੀ ਕਿਹਾ ਜਾਂਦਾ ਹੈ ਤੇ ਪ੍ਰੀਤਾਂ ਦੇ ਪਹਿਰੇਦਾਰ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਪਿਆਰ ਕਬਜ਼ਾ ਨਹੀਂ ਪਹਿਚਾਣ ਹੈ ਦੇ ਸਿਧਾਂਤ ਨੂੰ ਪ੍ਰਚਾਰਨ ਵਾਲੇ, ਪ੍ਰੀਤਨਗਰ ਵਰਗਾ ਨਮੂਨੇ ਦਾ ਨਗਰ ਵਸਾਉਣ ਵਾਲੇ ਤੇ ਸਾਹਿਤਕ ਪੱਤਰਿਕਾ ਪ੍ਰੀਤਲੜੀ ਦੇ ਸੰਸਥਾਪਕ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਂ ਨਾਲ ਪ੍ਰੀਤਲੜੀ ਲੱਤ ਦਾ ਜੁੜ ਜਾਣਾ ਇੱਕ ਤੋਂ ਵਧੇਰੇ ਮਹੱਤਵਪੂਰਨ ਨੁਕਤਿਆਂ ਵੱਲ ਇਸ਼ਾਰਾ ਕਰਦਾ ਹੈ। ਅਸਲ ਵਿੱਚ ਗੁਰਬਖਸ਼ ਸਿੰਘ ਦੀਆਂ ਸਾਰੀਆਂ ਸਾਹਿਤਕ ਕਿਰਤਾਂ ਪਹਿਲਾਂ ਪ੍ਰੀਤਲੜੀ ਵਿੱਚ ਛਪਦੀਆਂ ਨੇ ਤੇ ਬਾਅਦ ਵਿੱਚ ਪੁਸਤਕ ਰੂਪ ਗ੍ਰਹਿਣ ਕਰਦੀਆਂ ਨੇ। ਪ੍ਰੀਤਲੜੀ ਹੀ ਪ੍ਰਮੁੱਖ ਰੂਪ ਵਿੱਚ ਗੁਰਬਖਸ਼ ਸਿੰਘ ਦੀ ਸਿਰਜਣਾਤਮਕਤਾ ਅਤੇ ਸਿਧਾਂਤਕਤਾ ਦਾ ਵਾਹਕ ਬਣਦਾ ਹੈ ਤੇ ਇਸ ਦੀ ਪਾਪੂਲੈਰਿਟੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਗੁਰਬਖਸ਼ ਸਿੰਘ ਅਤੇ ਪ੍ਰੀਤਲੜੀ ਇੱਕ ਦੂਜੇ ਦੇ ਸਿਨੋਨਿਮ, ਇੱਕ ਦੂਜੇ ਦੇ ਪ੍ਰਾਇਵਾਚੀ ਬਣ ਜਾਂਦੇ ਨੇ। ਪੱਤਰਿਕਾ ਪ੍ਰੀਤਲੜੀ ਦੀ ਮਕਬੂਲੀਅਤ ਵਿੱਚ ਬੜਾ ਵੱਡਾ ਯੋਗਦਾਨ ਇਸ ਵਿੱਚ ਪ੍ਰਸਤੁਤ ਉਸ ਉਦਾਰਵਾਦੀ ਸੋਚ ਦਾ ਹੈ ਜੋ ਪ੍ਰਚਲਿਤ ਕਦਰਾਂ ਕੀਮਤਾਂ ਦੀ ਥਾਂ ਤੇ ਇੱਕ ਨਵਾਂ ਮੁੱਲ ਪ੍ਰਬੰਧ ਉਸਾਰਨ ਦੀ ਚਾਹਤ ਰੱਖਦੀ ਸੀ। ਪਰੰਤੂ ਇਸਦਾ ਇੱਕ ਹੋਰ ਪਹਿਲੂ ਵੀ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਤੇ ਉਹ ਇਹ ਹੈ ਕਿ ਗੁਰਬਖਸ਼ ਸਿੰਘ ਦੇ ਇਸ ਨਵੇਂ ਨਜ਼ਰੀਏ ਪ੍ਰਤੀ ਕਿਤੇ ਨਾ ਕਿਤੇ ਅਸਹਿਮਤੀ ਦੀ ਸੁਰ ਵੀ ਲਗਾਤਾਰ ਗੂੰਜਦੀ ਸੁਣਾਈ ਦਿੰਦੀ ਸੀ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਸਵੀਕ੍ਰਿਤੀ ਅਤੇ ਅਸਵੀਕ੍ਰਿਤੀ ਦੀ ਇਸ ਰਗੜ ਦੇ ਵਿੱਚੋਂ ਹੀ ਗੁਰਬਖਸ਼ ਸਿੰਘ ਨੂੰ ਇੱਕ ਵਿਲੱਖਣ ਨੁਹਾਰ ਮਿਲਦੀ ਹੈ। ਅਮਰੀਕਾ ਤੋਂ ਉਦਾਰਵਾਦੀ ਸੋਚ ਲੈ ਕੇ ਪੰਜਾਬ ਪਰਤੇ ਇੰਜੀਨੀਅਰ ਗੁਰਬਖਸ਼ ਸਿੰਘ ਦਾ ਸੁਪਨਾ ਅਮਰੀਕਾ ਵਰਗੀ ਜੀਵਨ ਜਾਚ ਅਪਣਾਉਣ ਦਾ ਬਣ ਜਾਂਦਾ ਹੈ ਤੇ ਉਸਨੂੰ ਆਧੁਨਿਕ ਤੇ ਨਵੀਨ ਢੰਗ ਨਾਲ ਖੇਤੀ ਕਰਨ ਦੀ ਪ੍ਰੇਰਨਾ ਦਿੰਦਾ ਹੈ ਤੇ ਨਾਲ ਹੀ ਸਰਬਸਾਂਝੀਵਾਲਤਾ ਤੇ ਖੁੱਲੇ ਮਾਹੌਲ ਵਾਲਾ ਨਗਰ ਪ੍ਰੀਤਨਗਰ ਵਸਾਉਣ ਦਾ ਬਾਇਸ ਵੀ ਬਣਦਾ ਹੈ। ਪ੍ਰੀਤਨਗਰ ਐਸਾ ਨਗਰ ਜਿੱਥੇ ਉਹਨਾਂ ਦੇ ਸਮਕਾਲ ਦੇ ਪ੍ਰਮੁੱਖ ਸਾਹਿਤਕਾਰ, ਚਿੱਤਰਕਾਰ, ਰੰਗਕਰਮੀ ਜਿਸ ਤਰ੍ਹਾਂ ਨਾਵਲਿਸਟ ਨਾਨਕ ਸਿੰਘ, ਸੋਭਾ ਸਿੰਘ, ਬਲਰਾਜ ਸਾਹਨੀ, ਅਚਲਾ ਸਚਦੇਵ ਤੇ ਹੋਰ ਕਈ ਕਲਾਕਾਰ ਵਿਰਤੀ ਵਾਲੇ ਲੋਕ ਆ ਵਸਦੇ ਨੇ ਜਾਂ ਵਸਣ ਦਾ ਸੁਪਨਾ ਆਪਣੇ ਅੰਦਰ ਵਸਾ ਲੈਂਦੇ ਨੇ। ਵੱਖ ਵੱਖ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਤੇ ਅਨੇਕਾਂ ਮਾਣ ਸਨਮਾਨ ਹਾਸਲ ਕਰਨ ਵਾਲੇ ਗੁਰਬਖਸ਼ ਸਿੰਘ ਪ੍ਰੀਤਲੜੀ ਬਾਰੇ ਕਹਿਣ ਨੂੰ ਤਾਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਬਹੁਤ ਕੁਝ ਹੈ, ਪਰ ਅਸੀਂ ਆਪਣੇ ਬੋਲਾਂ ਤੇ ਵਿਰਾਮ ਚਿੰਨ੍ਹ ਲਗਾ ਕੇ ਆਪਣੇ ਮਾਹਿਰ ਮਹਿਮਾਨ
ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪਰਿਵਾਰਕ ਮੈਂਬਰ ਸ੍ਰੀ ਸੁਕੀਰਤ ਆਨੰਦ ਜੀ ਨੂੰ ਸੁਣਨ ਨੂੰ ਤਰਜੀਹ ਦੇਵਾਂਗੇ। ਸੁਕੀਰਤ ਆਨੰਦ ਨੂੰ ਜਗਜੀਤ ਸਿੰਘ ਆਨੰਦ ਦੇ ਸਪੁੱਤਰ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਦੋਤਰੇ ਹੋਣ ਦਾ ਮਾਣ ਵੀ ਹਾਸਲ ਹੈ ਤੇ ਨਾਲ ਦੀ ਨਾਲ ਉਹਨਾਂ ਦੀ ਸਾਹਿਤਕ ਵਿਰਾਸਤ ਨੂੰ ਸੰਭਾਲਣ ਦਾ ਸ਼ਰਫ ਵੀ ਹਾਸਲ ਹੈ। ਸੁਕੀਰਤ ਹੋਰਾਂ ਨੇ ਸਾਹਿਤਕ ਹਲਕਿਆਂ ਵਿੱਚ ਤੇ ਵਿਸ਼ੇਸ਼ ਕਰਕੇ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਇਹਨਾਂ ਦੀ ਦੇਖ ਰੇਖ ਵਿੱਚ ਚੱਲ ਰਿਹਾ ਸਮਾਚਾਰ ਪੱਤਰ ਨਵਾਂ ਜ਼ਮਾਨਾ ਹਮੇਸ਼ਾ ਤੋਂ ਆਪਣੀ ਵਿਲੱਖਣ ਸ਼ੈਲੀ ਵਾਸਤੇ ਜਾਣਿਆ ਜਾਂਦਾ ਰਿਹਾ ਹੈ। ਸੁਕੀਰਤ ਆਨੰਦ ਦੀ ਮੁਹਾਰਤ ਦਾ ਖੇਤਰ ਬੇਸ਼ੱਕ ਇਕਨੋਮਿਕਸ ਹੈ, ਜਿਸ ਵਿੱਚ ਮਾਸਟਰਸ ਇਹਨਾਂ ਨੇ ਮੋਸਕੋ ਰਸ਼ੀਆ ਤੋਂ ਕੀਤੀ, ਪਰ ਇਹਨਾਂ ਦਾ ਰੁਝਾਨ ਵਧੇਰੇ ਕਰਕੇ ਸਾਹਿਤ ਤੇ ਪੱਤਰਕਾਰੀ ਵਿੱਚ ਰਿਹਾ ਹੈ ਤੇ ਇਹਨਾਂ ਨੇ ਬਹੁਤ ਸਾਰਾ ਕੰਮ ਅਨੁਵਾਦ ਦੇ ਖੇਤਰ ਵਿੱਚ ਵੀ ਕੀਤਾ ਹੈ। ਇਹਨਾਂ ਦੀਆਂ ਦਰਜਨ ਤੋਂ ਵਧੇਰੇ ਮੌਲਿਕ ਤੇ ਅਨੁਵਾਦਿਤ ਪੁਸਤਕਾਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਛਪੀਆਂ ਹਨ। ਸੁਕੀਰਤ ਜੀ, ਤੁਹਾਡਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਹੈ। ਸੁਕੀਰਤ ਹੋਰਾਂ ਨਾਲ ਸੰਵਾਦ ਰਚਾਉਣ ਵਾਲੀ ਸ਼ਖਸੀਅਤ ਪ੍ਰਸਿੱਧ ਇਤਿਹਾਸਕਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਕੰਟੈਂਪਰਰੀ ਹਿਸਟਰੀ ਦੇ ਪ੍ਰੋਫੈਸਰ ਭਗਵਾਨ ਸਿੰਘ ਜੋਸ਼ ਦਾ ਵੀ ਪ੍ਰੋਗਰਾਮ ਵਿੱਚ ਹਾਰਦਿਕ ਸਵਾਗਤ ਹੈ। ਇੰਡੀਅਨ ਨੈਸ਼ਨਲ ਲਿਬਰੇਸ਼ਨ ਮੂਵਮੈਂਟ ਉੱਤੇ ਸਪੈਸ਼ਲਾਈਜ਼ ਕਰਨ ਵਾਲੇ ਪ੍ਰੋਫੈਸਰ ਜੋਸ਼ ਦੀ ਆਧੁਨਿਕ ਭਾਰਤ ਦੀ ਸੋਸ਼ਲ ਤੇ ਪੋਲੀਟੀਕਲ ਹਿਸਟਰੀ ਉੱਤੇ ਵਿਸ਼ੇਸ਼ ਪਕੜ ਹੈ। ਗ੍ਰਾਮਸ਼ੀ ਦੇ ਹੈਜੇਮੋਨਿਕ ਕਾਨਸੈਪਟ ਦੇ ਆਧਾਰ ਉੱਤੇ ਭਾਰਤ ਦੇ ਇਤਿਹਾਸ ਵਿੱਚ ਇੰਡੀਅਨ ਨੈਸ਼ਨਲ ਸਵਾਗਤ ਜੀ ਡਾਕਟਰ ਵੇਲ ਸਿੰਘ। ਥੈਂਕ ਯੂ ਮੈਮ, ਥੈਂਕ ਯੂ, ਕੈਰੀ ਔਨ। ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਹਾਜ਼ਰ ਹੋ ਗਏ। ਸੋ ਮੈਂ ਦੱਸ ਰਹੀ ਸੀ ਕਿ ਇੰਡੀਅਨ ਨੈਸ਼ਨਲ ਲਿਬਰੇਸ਼ਨ ਮੂਵਮੈਂਟ ਉੱਤੇ ਸਪੈਸ਼ਲਾਈਜ਼ ਕਰਨ ਵਾਲੇ ਪ੍ਰੋਫੈਸਰ ਜੋਸ਼ ਦੀ ਆਧੁਨਿਕ ਭਾਰਤ ਦੀ ਸੋਸ਼ਲ ਤੇ ਪੋਲੀਟੀਕਲ ਹਿਸਟਰੀ ਉੱਤੇ ਵਿਸ਼ੇਸ਼ ਪਕੜ ਹੈ ਤੇ ਗ੍ਰਾਮਸ਼ੀ ਦੇ ਹੈਜਮੋਨਿਕ ਕਾਨਸੈਪਟ ਦੇ ਆਧਾਰ ਉੱਤੇ ਭਾਰਤ ਦੇ ਇਤਿਹਾਸ ਵਿੱਚ ਕਲੋਨੀਅਲ ਸਟੇਟ ਤੋਂ ਲੈ ਕੇ ਅਗਲੇਰੇ ਸਮਿਆਂ ਵਿੱਚ ਪੈਦਾ ਹੁੰਦੀਆਂ ਰਹੀਆਂ ਵੱਖ ਵੱਖ ਰਾਜਸੀ ਪਾਰਟੀਆਂ, ਉੱਠਦੀਆਂ ਰਹੀਆਂ ਲਹਿਰਾਂ, ਟ੍ਰੇਡ ਯੂਨੀਅਨਸ ਆਦਿ ਦੇ ਵੱਖ ਵੱਖ ਪਹਿਲੂਆਂ ਨੇ ਇਹਨਾਂ ਨੇ ਆਪਣੀ ਬਹੁਤ ਹੀ ਮਕਬੂਲ ਪੁਸਤਕ ਸਟਰਗਲ ਫਾਰ ਹੈਜੇਮਨੀ ਇਨ ਇੰਡੀਆ ਵਿੱਚ ਪ੍ਰਸਤੁਤ ਕੀਤਾ ਹੈ। ਪ੍ਰੋਫੈਸਰ ਜੋਸ਼ ਇੰਡੀਅਨ ਕਾਊਂਸਲ ਆਫ ਸੋਸ਼ਲ ਸਾਇੰਸ ਐਂਡ ਰਿਸਰਚ ਦੇ ਪ੍ਰੋਜੈਕਟ ਹਿਸਟਰੀ ਆਫ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੋ ਡਾਇਰੈਕਟਰ ਵੀ ਨੇ ਤੇ ਯੂਰਪ ਸਾਹਿਤ ਯੂਰਪ ਸਾਊਥ ਏਸ਼ੀਆ ਮੈਰੀਟਾਈਮ ਹੈਰੀਟੇਜ ਪ੍ਰੋਜੈਕਟ ਦੇ ਕਮੇਟੀ ਦੇ ਮੈਂਬਰ ਵੀ ਨੇ। ਪ੍ਰੋਫੈਸਰ ਜੋਸ਼, ਆਪ ਦਾ ਸਵਾਗਤ ਹੈ ਪ੍ਰੋਗਰਾਮ ਵਿੱਚ ਤੇ ਨਾਲ ਹੀ ਮੇਰਾ ਨਿਮੰਤਰਣ ਵੀ ਹੈ ਪ੍ਰੋਫੈਸਰ ਭਗਵਾਨ ਸਿੰਘ ਜੋਸ਼ ਅਤੇ ਸ੍ਰੀ ਸੁਕੀਰਤ ਆਨੰਦ ਹੋਰਾਂ ਨੂੰ ਕਿ ਉਹ ਪ੍ਰੋਗਰਾਮ ਦੀ ਅਗਲੀ ਕਾਰਵਾਈ ਸੰਭਾਲਣ ਅਤੇ ਦਾਰਜੀ ਯਾਨੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਜੀਵਨ ਜੁਗਤ, ਉਹਨਾਂ ਦੀ ਰਚਨਾਤਮਕਤਾ, ਉਸਦੀ ਵਿਚਾਰਧਾਰਾ ਤੇ ਉਸਦੇ ਫਲਸਫੇ ਸੰਬੰਧੀ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰਨ। ਸੱਦਾ ਹੈ ਜੀ ਪ੍ਰੋਫੈਸਰ ਭਗਵਾਨ ਜੋਸ਼ ਜੀ ਨੂੰ ਤੇ ਸੁਕੀਰਤ ਆਨੰਦ ਜੀ ਨੂੰ। ਥੈਂਕ ਯੂ ਵੈਰੀ ਮਚ, ਬੜਾ ਬੜਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸ਼ੁਕਰੀਆ ਜੀ। ਇੱਕ ਐਸੀ ਲੰਬੀ ਕਹਾਣੀ ਹੈ ਜਿਸ ਤਰ੍ਹਾਂ ਮਹਿੰਦਰ ਨੇ ਪੁਆਇੰਟ ਆਊਟ ਕੀਤਾ, ਜਿਹਨੂੰ ਪਤਾ ਨਹੀਂ ਚੱਲਦਾ ਕਈ ਵਾਰ ਕਿੱਥੋਂ ਸ਼ੁਰੂ ਕੀਤਾ ਜਾਵੇ। ਪਰ ਇਹ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਭਾਈ ਵੀਰ ਸਿੰਘ ਤੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੋ ਐਸੇ ਲੇਖਕ ਨੇ, ਬੁੱਧੀਜੀਵੀ ਨੇ, ਸਮਾਜ ਸਿਰਜਕ ਨੇ, ਲਹਿਰਾਂ ਦੇ ਸਿਰਜਕ ਨੇ, ਜਿਹਨਾਂ ਬਾਰੇ ਅਧਿਐਨ ਅਜੇ ਸ਼ੁਰੂ ਹੋਇਆ। ਮੇਰੇ ਖਿਆਲ ਵਿੱਚ ਉਹਨਾਂ ਬਾਰੇ ਅਧਿਐਨ ਅਜੇ ਸ਼ੁਰੂ ਹੋਇਆ। ਉਹਨਾਂ ਦੀ ਲੌਂਗ ਚਿਰੀ ਦੇਣ ਔਰ ਸਾਡੇ ਸਮਾਜ ਨੂੰ ਚੰਗੀ ਤਰ੍ਹਾਂ ਪ੍ਰਭਾਵਿਤ ਕਰਨ ਬਾਰੇ, ਇਹਦੇ ਬਾਰੇ ਹਲੇ ਅਸੀਂ ਘੱਟ ਗੱਲ ਕੀਤੀ ਹੈ। ਅਸੀਂ ਬਹੁਤੀਆਂ ਗੱਲਾਂ ਉਹਨਾਂ ਦੀਆਂ ਲਿਖਤਾਂ ਬਾਰੇ ਕੀਤੀਆਂ ਨੇ, ਪਰ ਉਹਨਾਂ ਦਾ ਇੰਟਲੈਕਚੁਅਲ ਇਨਫਲੂਐਂਸ ਜੋ ਸਾਡੇ ਸਮਾਜ 'ਤੇ ਹੋਇਆ, ਉਹਨਾਂ ਨੇ ਸਾਡੇ ਸਮਾਜ ਦਾ ਮੁਹਾਂਦਰਾ, ਸੱਭਿਆਚਾਰਕ ਮੁਹਾਂਦਰਾ ਕਿਵੇਂ ਬਦਲਿਆ ਤੇ ਇੱਥੋਂ ਦੀ ਇੰਟਲੈਕਚੁਅਲ ਲਾਈਫ ਨੂੰ ਕਿਵੇਂ ਸ਼ੇਪ ਕੀਤਾ, ਉਹਦਾ ਨਿਰਨਿਰਮਾਣ ਕੀਤਾ। ਔਰ ਸਾਨੂੰ ਕਿਸਾਨੀ ਦੇ ਬੈਕਗਰਾਉਂਡ ਵਾਲੇ ਕੰਮਾਂ ਤੋਂ ਆਉਣ ਵਾਲੇ ਲੋਕਾਂ ਨੂੰ ਇੱਕ ਨਵੀਂ ਕਿਸਮ ਦਾ ਸਥੈਟਿਕ ਸਿਖਾਇਆ। ਇਹ ਗੱਲਾਂ ਬਾਰੇ ਅਸੀਂ ਭਾਈ ਵੀਰ ਸਿੰਘ ਬਾਰੇ ਤੇ ਗੁਰਬਖਸ਼ ਸਿੰਘ ਬਾਰੇ ਗੱਲਾਂ ਹਾਲੇ ਕੀਤੀਆਂ ਨਹੀਂ, ਇਹ ਗੱਲਾਂ ਅਸੀਂ ਉਹਨਾਂ ਦੀਆਂ ਗੱਲਾਂ ਜੀਵਨ ਬਾਰੇ ਕੀਤੀਆਂ। ਪਰ ਉਹਨਾਂ ਦੇ ਲੌਂਗ ਟਰਮੇ ਪ੍ਰਭਾਵ ਔਰ ਪੰਜਾਬੀ ਸਮਾਜ ਦੇ ਬਾਰੇ ਵਿੱਚ ਕਿਵੇਂ ਉਹਨਾਂ ਨੇ ਰੈਵੋਲੂਸ਼ਨ ਲਿਆਂਦਾ, ਇਹਦੇ ਬਾਰੇ ਨਹੀਂ ਕੀਤੀਆਂ।
और मेरे ख्याल विच महेंद्र सिंह ने यह लड़ी शुरू करके उस काम का मुढ़ बनया और साढ़े सब दे कोऑपरेशन नाल भाई वीर सिंह सदन जिहड़ा अमृतसर है उसका सेंटर बनेगा। मैनू इस गल का यकीन है और मैनू विश्वास है कि महेंद्र जी इहनू बना के छड़नगे। ये बड़ी चंगी गल है। अज असी जो करन जा रहे हैं वह गल जिस तरह महेंद्र सिंह ने कहा कि अज की वार्तालाप गुरबख्श सिंह के समुचे जीवन ते रचना संसार बारे नहीं है। अज की जिहड़ी वार्तालाप है ये गुरबख्श सिंह नू जानन दा एक ढंग है, उन्हां तक पहुंचन दा एक ढंग है, उस आदमी दीआं यादां दे राहीं जिहड़ा उन्हां दे सब तों नज़दीक सी। मेरे ख्याल विच ये यादां उन्हां दीआं बड़ियां संभाल के रखण वालियां ने और बड़ियां कीमती यादां ने और इहदे बारे असीं गल करांगे। सो मैं सब तों पहलां उन्हां नू इह गल पुछणा चाहवांगा सुकीर्त जी नू कि जद असीं कहिंदे आं कि भाई वीर भाई गुरबख्श सिंह नू चेते करदे आं दा ख्याल आउंदे ही उन्हां दे मन विच गुरबख्श सिंह दा किहो जिहा बिंब उभरदा है, असीं गल नू इत्थों शुरू कर सकदे। सो सुकीर्त जी सानू दसो जदों तुहानूं महेंद्र सिंह जी ने कहा कि असीं गुरबख्श सिंह चेते करदे आं बारे तुहाडी गल शुरू करना चाहते हैं तो तुहाडे मन विच पहला विचार की आया चेते दे विच? गल है कि भगवान जी जदों तुसी किसे मैं गल अपनी इस तरह तुहाडे सवाल दा सीधा नहीं जवाब दियांगा, इहनूं मैं जरा खिलार के जवाब दियांगा। बिलकुल बिलकुल गल है वे कि मैं 21 साल दा सां जदों दारजी पूरे हो गए। हाँ जी। ते मैं मेरे ख्याल इस इंटरव्यू दौरान जे मैनूं इजाजत दिओ ते मेरे लिए गुरबख्श सिंह बार बार कहना औखा हुंदा है ते मैं उन्हां नूं दारजी कहा सी, बहुत दुनिया पंजाबी भी दारजी कहंदे सन, सारे दारजी समझ जाणगे कि दारजी सारे दारजी कहंदे। पहले दारजी दी जदों पूरे होए ने 77 च ते मैं 21 सालां दा सां। हुण गल है कि 21 साल मैं जेकर उन्हां जदों चेते करदा ते मैं इक मैनूं लगदा है कि मैं इक निखेड़ा कर सकदा उन्हां दे जीवन काल और उन्होंने पिछों का। दो कारण ने, एक तो वह कि जिस बंदे नाल तुसी नेड़ियों जुड़े रहे हो जिहड़ा तुहाडा नाना होवे तुसी उन्हूं लगातार वेख्या होवे, तुसी तकरीबन किसी अपने नाने नानी मां बाप नू जिन्हों कहंदे ने एक लंबे समय क्योंकि वेखदे हो, इसलिए वो एक खिंडरियां पुंडरियां यादां आंदियां ने क्योंकि उन्हां दे विच हुंदा की तुहाडे ज़ेहन च लै गया, क्यों लै गया, यह हर बंदे का वक्खरा वक्खरा होंदा। जे अज मेरी थां ते कोई होर पोतरियां या दोतरियां चो बैठा होया उहदियां यादां शायद होर तरह दियां होणगियां। सो मैं अपने तरीके नाल गल शुरू करांगा, पर उहदा दूजा पासा जिहदे ते मैं बाद च आवांगा वह है कि जदों मैं पिछल झात मार के वेखदा तो मैं गुरबख्श सिंह एक होर तरीके नाल वेखदा, उदों मैं उहनां नूं दारजी वांग नहीं वेखदा। सो मैं हुण पहलां गल्लां करदा जो मेरे ज़ेहन च उभरदियां ने। जिद्दां महेंद्र सिंह होरां ने वी मेरे नाल गल कीती सी ते मैनूं ख्याल आया कि मेरे चेते च ते कई कुछ है पर की है जिहड़ा, और मैं उहनां कुछ छोटियां छोटियां गल्लां जिहड़ियां मेरियां उभरदियां कुछ याद रहिणगियां, कुछ रहि वी जाणगियां इस प्रोग्राम च, फिर करांगे इक वारी। हां इक वारी फिर बुलावांगे तुहानूं। मैं क्या गल है कि जिहड़ी मेरी शुरुआत दी याद है, दारजी दे पोतरे दोतरे 6 बच्चे सन दारजी दे ते 12 अगो पोते दोते सन, मतलब एवरेज 2 दी सी समझ लो। कि सब तो वड्डा सुदीप या पाबलो जिहड़ा पिछले साल ही पूरा होया, बड़ी छोटी जी बीमारी तो बाद, पर नाम रात बीमारी तो बाद, वह 1951 का जमया होया सी, सब तो वड्डा सी, पलेठा सी तीजी जनरेशन गुरबख्श सिंह होरां दी, ते मैं तीजे नंबर ते सां। इस बब दी और बड़ी माड़ी गल है बदकिस्मती दी कि हुण मैं सारिआं तों वड्डा हो गया क्योंकि सुमीत जिहड़ा 2 नंबर ते सी उहनूं दहशतगर्दां ने मार दित्ता सी 84 च ते पाबलो पिछले साल ही चला गया। सारे असीं पोते दोतियां इह फैले बड़े लंबे काल ते होए आ क्योंकि जिहड़ा आखरी हिरदेपाल सिंह होरां दा बेटा 1973 दा जन्म है। सो बेसिकली इह वै कि कुछ मेरे जिहड़े मामे पुत मासी पुत भरा भैणा ने वह मेरे लिए बच्चों वर्गे ने, बहुत छोटे भी ने मेरे तो, पर मेरा हाण सीगा पाबलो सुमीत ऋतुराज जिहड़ा नवतेज सिंह होरां दा तीसरा लड़का सी और मैं ते एक साडे दिल्ली वाले मासी जी जिहड़े अजे भी जिउंदे ने प्रतिमा उहनां दा बेटा अरुण। मेरी सब तो पहली याद, मैं तुहानूं इह बैकग्राउंड तां दित्ती है, मेरी सब तो पहली याद यह है कि मैनू एक पाबलो दे नाल सुदीप दे नाल हसद हुंदा सी कि दारजी उन्नू प्यार करदे ने मैनू घट करदे। हुण ये
ਇਹ ਜਿਹੜੀ ਗੱਲ ਹੈ ਇਹ ਮੈਨੂੰ ਬੜੇ ਮੁੱਢਲੇ ਬਚਪਨ ਤੋਂ ਸੀਗਾ ਕਿ ਦਾਰ ਜੀ ਮੈਨੂੰ ਓਨਾ ਪਿਆਰ ਕਿਉਂ ਨਹੀਂ ਕਰਦੇ। ਇਹ ਗੱਲ ਤੇ ਮੈਨੂੰ ਬਹੁਤ ਬਾਅਦ ਵਿੱਚ ਸਮਝ ਆਈ ਕਿ ਕਈ ਗੱਲਾਂ ਹੁੰਦੀਆਂ ਨੇ, ਹਰ ਬੱਚੇ ਨੂੰ ਇੱਕੋ ਜਿਹਾ ਪਿਆਰ ਨਹੀਂ ਮਿਲ ਸਕਦਾ, ਹਰ ਬੱਚੇ ਨੂੰ ਲੱਗਦਾ ਮੈਨੂੰ ਮਿਲਣਾ ਚਾਹੀਦਾ। ਪਰ ਇਹ ਇਹਦੇ ਨਾਲ ਜੁੜੀ ਹੋਈ ਜਿਹੜੀ ਗੱਲ ਹੈ ਕਿ ਸਭ ਤੋਂ ਪਹਿਲੀ ਜਿਹੜੀ ਮੈਨੂੰ ਸ਼ਾਬਾਸ਼ੀ ਚੇਤੇ ਹੈ ਉਹ ਹੈ ਕਿ ਮੈਂ ਕੋਈ 10 ਸਾਲ ਦਾ ਸੀ ਜਦੋਂ ਮੈਂ ਛੋਟੀਆਂ ਛੋਟੀਆਂ ਰਚਨਾਵਾਂ ਮੇਰੀਆਂ ਨਵਾਂ ਜ਼ਮਾਨਾ ਦੇ ਬਾਲ ਪੰਨੇ ਤੇ ਛਪਣ ਲੱਗ ਪਈਆਂ। ਮੈਂ ਪ੍ਰੀਤਨਗਰ ਗਿਆ ਤੇ ਮੈਨੂੰ ਦਾਰ ਜੀ ਨੇ ਕਿਹਾ ਕਿ ਤੂੰ ਚੰਗਾ ਲਿਖਦਾ, ਬੜਾ ਬੁਕਿਸ਼ ਲਿਖਦਾ। ਪਰ ਹੁਣ ਮੈਨੂੰ ਜਿੰਨੀ ਕੁ ਇੰਜ ਦੀ ਅੰਗਰੇਜ਼ੀ ਆਉਂਦੀ ਸੀ ਬੁਕਿਸ਼ ਤੋਂ ਮੈਨੂੰ ਲੱਗਾ ਬੁੱਕ ਮਤਲਬ ਕਿਤਾਬ ਹੁੰਦਾ, ਕਿਤਾਬ ਚੰਗੀ ਚੀਜ਼ ਹੁੰਦੀ ਹੈ ਤੇ ਮੈਨੂੰ ਕੋਈ ਬੜੀ ਸ਼ਾਬਾਸ਼ ਮਿਲੀ ਹੈ। ਮੈਨੂੰ ਬਾਅਦ ਵਿੱਚ ਮੇਰੇ ਪਿਤਾ ਜੀ ਨੇ ਸਮਝਾਇਆ ਕਿ ਨਹੀਂ ਇਹ ਇੱਕ ਕਿਸਮ ਨਾਲ ਉਹ ਤੇਰੀ ਤਾਰੀਫ ਵੀ ਕਰ ਰਹੇ ਸਨ ਤੇ ਤੈਨੂੰ ਇਹ ਵੀ ਸਮਝਾ ਰਹੇ ਸਨ ਕਿ ਤੇਰੀ ਜ਼ਬਾਨ ਜਿਹੜੀ ਹੈ ਉਹ ਕਿਤਾਬੀ ਹੈ। ਤੇ ਮੈਂ ਕਿਹਾ ਪਾਪਾ ਕਿਤਾਬੀ ਜ਼ਬਾਨ ਤੇ ਚੰਗੀ ਹੁੰਦੀ ਹੈ ਨਾ। ਉਹਨਾਂ ਨੇ ਕਿਹਾ ਨਹੀਂ, ਉਹ ਤੈਨੂੰ ਇਹ ਕਹਿਣਾ ਚਾਹ ਰਹੇ ਨੇ ਕਿ ਤੇਰੀ ਜ਼ਬਾਨ ਜਿਹੜੀ ਹੋਣੀ ਚਾਹੀਦੀ ਜੋ ਤੇਰੀ ਜ਼ਬਾਨ ਹੋਵੇ। ਸੋ ਇਹ ਮੈਨੂੰ ਜਿਹੜੀ ਦੂਜੀ ਗੱਲ ਚੇਤੇ ਹੈ। ਸੋ ਹੁਣ ਤੀਜੀ ਗੱਲ ਹੈ ਕਿ ਮੈਂ ਫਿਰ ਥੋੜਾ ਉਗੜ ਦੁਗੜਾ ਹੋ ਰਿਹਾ। ਨਹੀਂ ਨਹੀਂ ਬਿਲਕੁਲ ਠੀਕ ਹੈ, ਬਿਲਕੁਲ ਸਮਝ ਆ ਰਹੀ ਤੁਹਾਡੀ ਗੱਲ, ਸਾਡੇ ਮਨ ਵਿੱਚ ਲਹਿਰ ਇੱਕ ਜੁੜੀ ਹੋਈ ਹੈ। ਉਸ ਤੋਂ ਅਗਲੀ ਗੱਲ ਮੈਨੂੰ ਜਿਹੜੀ ਚੇਤੇ, ਮਤਲਬ ਬੜਾ ਕੁਝ ਹੈ ਜ਼ਿੰਦਗੀ ਚ। ਮਤਲਬ ਇਹ ਹੈ ਕਿ ਦਾਰ ਜੀ ਨੂੰ ਦੇਖੋ, ਅਸੀਂ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਉੱਥੇ ਕੱਟਣ ਜਾਂਦੇ ਸਾਂ, ਕਿਉਂਕਿ ਅਸੀਂ ਜਲੰਧਰ ਰਹਿੰਦੇ ਸਾਂ ਤੇ ਅਸੀਂ ਬਹੁਤ ਜ਼ਿਆਦਾ ਵੀ ਜਾਂਦੇ ਸਾਂ ਪ੍ਰੀਤਨਗਰ। ਮੇਰਾ ਜਨਮ ਵੀ ਪ੍ਰੀਤਨਗਰ ਦਾ ਹੀ ਹੈ। ਤੇ ਇਹ ਵੀ ਹੌਲੀ ਹੌਲੀ ਖੁਰ ਗਿਆ ਕਿ ਪਾਬਲੋ ਨਾਲ ਵੱਧ ਪਿਆਰ ਹੈ, ਕਿਉਂਕਿ ਦਿਸਣ ਲੱਗ ਪਿਆ। ਤੇਰੀ ਅਗਲੀ ਯਾਦ ਜਿਹੜੀ ਜੁੜੀ ਹੈ ਕਿ ਦਾਰ ਜੀ ਜਿਹੜੇ ਨੇ ਉਹਨਾਂ ਦਾ ਇੱਕ ਬੜਾ ਸਖ਼ਤ, ਇਹ ਗੱਲ ਕਿਸੇ ਕੋਲੋਂ ਲੁਕੀ ਵੀ, ਉਹਨਾਂ ਦਾ ਇੱਕ ਬੜਾ ਸਖ਼ਤ ਨਿਤਨੇਮ ਹੁੰਦਾ ਸੀ। ਉਹ ਇੱਕ ਆਪਣੇ ਪੜ੍ਹਨ ਵਾਲੇ ਕਮਰੇ 'ਚ ਉਹ ਜਿਹੜੀ ਜਗ੍ਹਾ ਸੀ ਉੱਥੇ ਬੈਠ ਕੇ ਲਿਖਦੇ ਹੁੰਦੇ ਸਨ। ਪਰ ਸਾਨੂੰ ਸਾਰਿਆਂ ਨੂੰ, ਬੱਚਿਆਂ ਨੂੰ ਕਿਹਾ ਜਾਂਦਾ ਸੀ ਕਿ ਇਸ ਵੇਲੇ ਤੁਸੀਂ ਉਹ ਨਾ ਉਸ ਪਾਸੇ ਜਾਣਾ ਨਾ ਰੌਲਾ ਪਾਉਣਾ। ਅਗਲੀ ਗੱਲ ਇਹ ਹੈ ਕਿ ਦਾਰ ਜੀ ਬਾਰੇ ਇੱਕ ਗੱਲ ਕਿ ਤਕਰੀਬਨ 1 ਜਾਂ 1:30 ਵਜੇ ਪ੍ਰੀਤਨਗਰ ਦੇ ਵਿੱਚ ਰੋਟੀ ਦਾ ਮੇਜ਼ ਲੱਗਦਾ ਸੀ। ਰੋਟੀ ਹਮੇਸ਼ਾ ਉੱਥੇ ਮੇਜ਼ ਤੇ ਖਾਧੀ ਜਾਂਦੀ ਸੀ। ਸਾਰਾ ਪਰਿਵਾਰ ਆਇਆ ਹੁੰਦਾ ਸੀ ਗਰਮੀਆਂ ਦੀਆਂ ਛੁੱਟੀਆਂ 'ਚ, ਮੇਰੀ ਦਿੱਲੀ ਵਾਲੀ ਮਾਸੀ ਦੇ ਬੱਚੇ ਵੀ, ਅਸੀਂ ਵੀ ਜਲੰਧਰੋਂ ਆਏ ਹੁੰਦੇ ਸੀ। ਕਾਫੀ ਵੱਡਾ ਮੇਜ਼ ਹੁੰਦਾ ਸੀ। ਸਾਨੂੰ ਸਾਰਿਆਂ ਨੂੰ ਕਿਹਾ ਜਾਂਦਾ ਸੀ ਖੇਡ ਖੁੱਡ ਕੇ ਆਓ ਗਰਮੀਆਂ ਦੇ ਦਿਨਾਂ ਵਿੱਚ। ਸਭ ਤੋਂ ਪਹਿਲਾਂ ਨਾਨੀ ਸਾਡੀ ਨੇ, ਮਾਤਾ ਜੀ ਨੇ ਕਹਿਣਾ ਕਿ ਜਾਓ ਹੁਣ ਮੂੰਹ ਧੋ ਕੇ ਆਓ, ਚੰਗੀ ਤਰ੍ਹਾਂ ਟੇਬਲ ਤੇ ਸਾਫ਼ ਸੁਥਰੇ। ਔਰ ਦਾਰ ਜੀ ਨੇ ਆਉਣਾ, ਸਫ਼ੇਦ ਦਸਤਾਰ ਬੰਨੀ ਹੋਈ, ਇੰਝ ਲੱਗਣਾ ਜਿਵੇਂ ਕਿ ਬੰਦਾ ਜਿਹੜਾ ਨਾ ਹੁਣੇ ਨਿਕਲ ਕੇ ਆਇਆ ਵੈ, ਮਤਲਬ ਆਪਣੇ ਮੇਕਅਪ ਰੂਮ ਚੋਂ। ਔਰ ਇਹ ਦਾਰ ਜੀ ਦੀ ਜਿਹੜੀ ਗੱਲ ਹੈ ਨਾ, ਇਸ ਗੱਲ ਨੂੰ ਹੀ ਕਰਕੇ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੇ, ਉਹਨਾਂ ਦੀ ਇੱਕ ਕਿਤਾਬ ਹੈ ਮੂਰਤਾਂ, ਜਿਹਦੇ ਵਿੱਚ ਜਿਹੜਾ ਗੁਰਬਖਸ਼ ਸਿੰਘ ਹੋਰਾਂ ਦਾ ਉਹਨਾਂ ਨੇ ਖਾਕਾ ਜਾਂ ਰੇਖਾ ਚਿੱਤਰ ਲਿਖਿਆ, ਉਹਦਾ ਨਾਂ ਰੱਖਿਆ GS ਚੋਪੜਾ। ਗੁਰਬਖਸ਼ ਸਿੰਘ ਹੋਰਾਂ ਦੀ ਕੋਈ ਗੋਤ ਚੋਪੜਾ ਨਹੀਂ ਸੀ। ਕਿਉਂ? ਉਹ ਗੱਲ ਇਸ ਚੋਂ ਬਣਾਈ ਹੋਈ ਹੈ ਕਿ ਕਿਵੇਂ ਉਹ ਇੱਕ ਥਾਂ ਤੇ ਪਹੁੰਚਦੇ ਨੇ, ਕੋਈ ਲੇਖਕਾਂ ਦੀ ਮੀਟਿੰਗ ਹੋ ਰਹੀ, ਉਹ ਸਭ ਤੋਂ ਪਹਿਲਾਂ ਗੁਸਲਖਾਨੇ ਵੜ ਕੇ ਮੂੰਹ ਤੁਸ਼ੂ ਧੋਂਦੇ ਨੇ। ਸੋ ਜਿਹੜੀ ਮੈਂ ਗੱਲ ਕਹਿਣੀ ਚਾਹ ਰਿਹਾ ਕਿ ਜਿਹੜੀ ਗੱਲ ਮੇਰੇ ਨਾਲ ਬਾਰ ਬਾਰ ਜੁੜਦੀ ਹੈਗੀ, ਸਾਨੂੰ ਇਹ ਹੁੰਦਾ ਸੀਗਾ ਕਿ ਕਿੰਨੇ ਵੀ ਖੁੱਥੇ ਹੋਏ ਹੋ, ਕੱਪੜੇ ਪਾਏ ਹੋਏ, ਜਾਮਨੂੰ ਖਾਧੇ ਹੋਏ, ਤੁਹਾਡੇ ਕੱਚਿਆਂ ਦੇ ਵਿੱਚ ਫਿਰ ਰਹੇ ਹੋਵੋ, ਪਰ ਤੁਸੀਂ ਜਦੋਂ ਟੇਬਲ ਤੇ ਆਣਾ ਦਾਰ ਜੀ ਦੇ ਸਾਹਮਣੇ, ਤੁਸੀਂ ਸਾਫ਼ ਸੁਥਰੇ ਹੋ ਕਿਹਾ। ਸੋ ਇਹ ਹੁਣ ਇਹ ਕਿਸਮ ਦਾ ਜਿਹਨੂੰ ਕਹਿੰਦੇ ਨੇ ਡਿਸਿਪਲਿਨ। ਇੱਥੇ ਮੈਂ ਥੋੜੀ ਜਿਹੀ ਰੋਕ ਕੇ ਗੱਲ ਕਰਾਂ ਕਿ ਦਾਰ ਜੀ ਦੇ 6 ਬੱਚਿਆਂ ਚੋਂ ਇਹ ਜਿਹੜੀ ਦਾਰ ਜੀ ਵਾਲੀ ਨਫਾਸਤ ਹੈ, ਪੁੱਤਰਾਂ 'ਚ ਨੀ ਖਾਸ ਆਈ। ਧੀਆਂ ਸਾਰੀਆਂ 'ਚ ਹੀ ਜਿਹੜੀ ਹੈ ਨਾ, ਉਹ ਹੀ ਸੀਗਾ ਕਿ ਅਸੀਂ ਸਾਰੇ ਔਖੇ ਹੁੰਦੇ ਰਹਿੰਦੇ ਸੀ ਕਿ ਸਾਡੀਆਂ ਮਾਵਾਂ, ਮਤਲਬ ਕਿ ਤੁਸੀਂ ਹੁਣ ਟਿਕ ਕੇ ਬੈਠੋ, ਇਹ ਥਾਂ ਸਾਫ਼ ਹੋਣੀ ਚਾਹੀਦੀ ਹੈ। ਹੁਣ ਉਸ ਤੋਂ ਅਗਲੀ ਗੱਲ ਜਿਹੜੀ ਮੈਨੂੰ ਚੇਤੇ ਆਉਂਦੀ ਹੈਗੀ ਹੈ, ਉਹ ਹੈ ਵੈ ਕਿ ਹੁਣ ਮੈਨੂੰ ਹੁਣ ਸਾਲ ਭੁੱਲ ਰਿਹਾ ਵੈ ਕਿ ਪਹਿਲਾਂ ਕਿਹੜੀ ਗੱਲ ਹੋਈ ਤੇ ਪਿੱਛੋਂ, ਪਰ ਮੈਨੂੰ ਉਹ ਹੈ ਵੈ ਕਿ ਰੁੱਖਾਂ ਦੀ ਜੀਰਾਂਦ ਦਾਰ ਜੀ ਦਾ ਦੂਜਾ ਨਾਵਲ, ਉਹਨੇ 2 ਹੀ ਨਾਵਲ ਲਿਖੇ ਨੇ। ਰੁੱਖਾਂ ਦੀ ਜੀਰਾਂਦ ਜਦੋਂ ਛਪਿਆ ਤੇ ਉਦੋਂ ਦਾਰ ਜੀ ਨੇ ਮੈਨੂੰ ਪੜ੍ਹਨ ਲਈ ਦਿੱਤਾ, ਉਦੋਂ ਤੱਕ ਮੈਂ ਵੱਡਾ ਹੋ ਚੁੱਕਾ ਸਾਂ। ਮੈਨੂੰ ਹੁਣ ਚੇਤੇ ਨਹੀਂ ਕਿ ਉਹ ਕਿਹੜੇ ਸੰਨ ਛਪਿਆ, ਕਿ ਉਹ 73 ਤੋਂ ਪਹਿਲਾਂ ਛਪਿਆ ਜਾਂ 73 ਤੋਂ ਬਾਅਦ ਛਪਿਆ, ਕਿਉਂਕਿ 73 'ਚ ਮੈਂ ਮੋਸਕੋ ਚਲਾ ਗਿਆ ਸਾਂ। ਪਰ ਮੈਨੂੰ ਇੰਨਾ ਚੇਤੇ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਹਾਲੇ, ਮੇਰੀ ਆਵਾਜ਼ ਆ ਰਹੀ ਹੈ? ਮੈਨੂੰ ਬਾਕੀਆਂ ਦੀ ਆਵਾਜ਼ ਦਿਸਣਾ ਬੰਦ ਹੋ ਗਿਆ। ਬਿਲਕੁਲ ਠੀਕ ਸੁਣ ਰਿਹਾ, ਬਿਲਕੁਲ ਤੁਹਾਡੀ ਆਵਾਜ਼ ਆ ਰਹੀ ਹੈ। ਔਰ ਇੰਜੋਇੰਗ ਲੱਗ ਗਿਆ ਹੋਣਾ। ਇੰਜ ਹੈ ਕਿ ਉਹਨਾਂ ਨੇ ਰੁੱਖਾਂ ਦੀ ਜੀਰਾਨ ਦਾ ਖਰੜਾ ਸਭ ਤੋਂ ਪਹਿਲਾਂ ਮੈਨੂੰ ਪੜ੍ਹਨ ਲਈ, ਜਿਹੜੀ ਬੜੀ ਮਾਣ ਵਾਲੀ ਗੱਲ ਵੀ ਸੀ। ਪਰ ਹੁਣ ਇਹ ਕਿ ਮੈਂ ਵੱਡਾ ਹੋ ਚੁੱਕਿਆ ਸਾਂ, ਮੈਨੂੰ ਨਾ ਉਹ ਕੁਝ ਜ਼ਿਆਦਾ ਹੀ ਰੋਮੈਂਟਿਸਿਜ਼ਮ ਨਾਲ ਲਬਰੇਜ਼ ਨਾਵਲ ਲੱਗਿਆ। ਔਰ ਮੈਨੂੰ ਇੱਕ ਦੁਵਿਧਾ ਹੋਈ ਉਸ ਵੇਲੇ ਕਿ ਦਾਰ ਜੀ ਨੇ ਕਿਹਾ ਤੈਨੂੰ ਕਿਹੋ ਜਿਹਾ ਲੱਗਿਆ। ਤੇ ਮੈਨੂੰ ਇੱਕ ਉਸ ਦੁਵਿਧਾ 'ਚੋਂ ਮੈਨੂੰ ਚੇਤੇ ਅੱਜ ਵੀ ਕਿ ਉਹਦੇ 'ਚ ਨਾ ਇੱਕ ਮੈਨੂੰ ਨਾਵਲ ਹੁਣ ਕੋਈ ਬਹੁਤਾ ਯਾਦ ਨਹੀਂ ਹੈ, ਪਰ ਇਹ ਕਿ ਉਹਦੇ 'ਚ ਇੱਕ ਨਾ ਆਪਸੀ
मेल दा औरत और मर्द दा एक बड़ा खूबसूरत चित्रण है जिहड़ा कि मैनू उस वेले भी लगा कि यह पंजाबी च यह सब कुछ कहना किड्डा औखा है और इन्होंने किन्ने सोहने तरीके नाल कहा। मैं अपनी सारी गल उत्थे लैके चला गया ते मैं कहा दर्जी तुसीं उत्थे कमाल करती है ते यह खा गया कि मैनू नावल कमाल दा नहीं लगा। बदला भी ले लिया कि उन्होंने कहा तू चंगा लिखता पर बुकिश लिखना है। गुड वन। अच्छा सुनया मैं वैसे पिछू सोची है तो बदला नहीं सी लै रहा पर मैं तुहानू दस रहा मेरा मतलब यह सीगा कि मैं ऑलरेडी यह जरूर हो चुका सीगा कि दारजी नाल तुसीं खुल के गल कर सकते हूँ। जी मैं एक छोटी जी गल मैंने जी उन्होंने बड़ी याद आती है गल है 73 च मैं हमने जिक्र किया मैं मॉस्को पढ़न चला गया। मैं तहैया किया होया मेरा स्वरूप मिंदर सिंह हुरां वाला हुंदा सी जब तक मैं मॉस्को नहीं सी गया। पगड़ी बंदा सा भावें इन्नी भरवीं दाढ़ी कोई नहीं सी आई हुई। मैं तहैया किया होया सीगा कि मैं भगवान जोश वर्गा हो जाना। बच्चा घरों जा रहा मैं 17 साल मैं हाले भी चंगी तरह याद है कि उन्होंने कहा कि नाल एक होर गल सी कि मेरे तो पहला पाबलो सुदीप भी जा चुका सी बाहर उन्हें भी बाहर जाके वाल कटा लाए। दारजी ने मैं क्या कहें पुत्र जी इंज कहते होंगे सर जो खास करके गल करनी हो तो कहते होंगे सर ना नहीं लेंदे पुत्र जी। पुत्र जी तुम हम बाहर चले जाना ते इंज है कि दस्तार रखी रखनी। मैं ना हाँ ना ना क्योंकि मैं झूठ भी नहीं सी बोलना चाहता पर मैं उन्होंने दिल भी नहीं सी दिखाना चाहता। तो उन्होंने मैंने एक गल की उन्होंने कहा कि दस्तार रखोगे ना बिल्कुल वखरे लगोगे ते मतलब तुहाडी पछाण होएगी। मैं पछाण की खातर मैं दस्तार कोई नहीं रखनी मेरे लिए जब बहुत वड्डा सी उस वेले। दूजी गल जिहड़ी उन्होंने मैनूं कही उन्होंने आपे ही ना जिवें मेरी कोई चेहरे तो भाव तो पढ़ लिया कि कहिंदे मैनूं नहीं पता मैं जो तैनूं अज तुहानूं कह रहा वा तुसीं मन्नोगे कि नहीं। हुण इह सारी गल ना मेरे चेते चेंज खुणी है कि दारजी उंज मैनूं तूं कह के कहिंदे सन पर जदों इक किसे नाल ओह सरमन ही कहांगा दे रहे सन या नसीहत दे रहे उन्होंने बिल्कुल प्लूरल च तुसी लफज वरत्या सी। मैंने कहा कि तुसी मैनू नहीं पता मेरी गल मनोगे कि नहीं मनोगे पर एक गल जरूर मनना सिगरट कदी ना पीना। ओह मैं बड़ा जिन्हों कहंदे ने ना जोर दे सिर ला दिता क्योंकि मेरी कोई मंशा कोई इरादा नहीं सी सिगरट पीना शुरू करन दा ते ओह गल भी मैनू बड़ी चंगी तरह चेते है। हुण जिहड़ी अगली गल है ना 73 च मैं चला गया पर इस बाब की गल है कि मैं भावें मॉस्को चला गया सा ते 75 दे विच मैं हिंदुस्तान सा जदों माता जी सरदारनी गुरबख्श कौर गुरबख्श सिंह पूरे होए वो दसंबर 1975 की गल है ते दारजी ते साढ़े वड्डे मासी उमा जिहड़े वह भी पिछले साल ही फौत होए ने ये दोनों 50वीं वरेगंढ सी एन आर्बर दारजी दी यूनिवर्सिटी दी मिशिगन च ते ये दोनों लंबे समय लई अमरीका गए सन उदों प्यो ते धी और ये मुड़े सन ते माता जी पिछों काफ़ी बीमार हो गए सन। ये मुड़ जरूर आए सन पर माता जी तकरीबन मेरे ख्याल आखिरी दिनों ते ही सन और मैं अपने अम्मी नाल प्रीतनगर सा उस वेले 10 दिसंबर की गल है दारजी घर सन सब नूं लग रहा सी कि बड़ी कोई गड़बड़ होने वाली है ते माता जी बहुत ढिले पै गए ते कार च उमा मासी मेरे मदर उर्मिला आनंद मैं ते ड्राइवर लैके असी उन्हां नूं लैके गए ते माता जी अमृतसर अपणे च राह च ही पूरे हो गए सन ते असी उन्हां नूं अमृतसर लैके ते गए डॉक्टर बलवंत सिंह हुंदे सन उन्हां नूं कार च ही आके देखिया ते उन्होंने कहा कि नहीं तुसीं इन्हां नूं घर लै जाओ। और मैनूं हुण इह गल मैं तुहानूं तां विस्थार च दस रहा कि मैनूं इह जिहड़ी गल दारजी नाल जुड़ी चेते है कि मैं प्रीतनगर वाले घर जदों कार आई है मैनूं लगदा कि दारजी समझ गए सन कि घंटा भर पहला कार गई है ते कार मुड़ी है। मैं जदों मैं बच्चा सा मतलब भावें मैं 19 साल का सा पर उन्हां लई ते बच्चा सा होर भी उन्हां दीआं धीआं भी नाल सन मैं नहीं दारजी कोल गया पर मैं दारजी का जिहड़ा चेहरा देखिया ना मैनूं नहीं भुलदा। मैनूं लगदा दारजी नूं मैं टुट्टिया कदी इंज वेख्या ही नहीं जदों उन्हां नूं मैं देखिया। और उस तों बाद ऐ वै कि मेरी अपनी उन्हां है कि दारजी माता जी तों बाद कोई पौणे कु 2 साल जींदे रहे ने अगस्त 77 च हुण 44 साल हो जाणगे इस महीने उन्होंने गया वह पौने 2 साल जिहड़े माता जी तो बिना रहे ने मैनूं लगदा दारजी पहलां वाले दारजी नहीं सन रहे। ये तो जिहड़ियां ने ना मेरियां
जिन्हों कहते ने बचपन तो जुड़िया हुई उगड़ दुगड़ियां जी यादा पर ये जो मैं हूँ जो मैं तुम शुरू च किया कि मैं जो उन्होंने चेते करदा तो मैं उन्होंने जो बाद पिछल झात मारद चेते करदा तो मैं एक होर तरीके उन्होंने देखता मैं लगता है कि मैं कुछ वो गल्लां दिसन लग पैंदियां ने जिहड़ियां के गल्लां बहुत ही वक्रियां और अनोखियां ने हुण इह वै कि मैं माता जी की क्योंकि गल कर रहा मैं उत्थों ही शुरू करदा वा कि माता जी दार जी जिहड़े ने उह बहुत उचेरी पढ़ाई करके आए सन अमरीका तो माता जी बिल्कुल भी पढ़े नहीं सन होए इहदे बावजूद मैनूं जापदा है कि जिन्ना प्रभाव माता जी का सी दार जी दे उत्ते उहनूं ना तो नज़रअंदाज करना ठीक होएगा ते ना ही जे उहनूं नज़रअंदाज करदी गुरबख्श सिंह नूं समझना भी संभव होएगा मैनूं अजे पिछले साल ही उमा मासी दे पूरे हो जाण तो बाद उहनां दे जिहड़ा आरकाइव सन उह मेरे कोल आ गए उन्हां चो दार जी दी सांभी होई चिट्ठी मिली जिहड़ी शायद उस वेले हो सकदा है कि प्रीतड़ी छपी भी होवे पर मैनूं चेते नहीं क्योंकि 77 नूं 39 साल हो गए ने उह दार जी माता जी दी मौत तो बाद एक किस्म नाल अपने सुनेहियां नूं मुखातब ने और उस औरत की गल कर रहे ने और जिस किस्म का खत है वह एक किस्म की जिन्हों कहते हैं एक साहित्यक किरत भी है वो एक अपनी धर्मपत्नी बारे बयान भी कर रहे हैं तो वो तो एक गुरबख्श सिंह का वो पासा भी उभरता है कि जेड़ा के पासा मैनू लगता कि गल करनी तां जरूरी हो जाती है कि देखो बड़े सारे लफज ने जेडे कि मैं वड्डे होके सुने ते सिखे जो दार जी पल वे हो रहे सन उदो हाले लैक्सीकोलॉजी च नहीं सन है फैमिनिज्म औरतों की बराबरी एक मिनट लिए जो ये चेते करिए कि जेडे वीवे पिछली सदी के तीजे दहाके के शुरू चो अमरीका गए ने दहाके जो इंग्लैंड वर्गे मुल्क भी औरतों की हाले जदोजहद हने होने मुकी सी कि सू वोटर अधिकार होना चाहिए सो आदमी तो उस वेले की पैदाइश है ना वो बावजूद गुरबख्श सिंह दे विच अपने आप इनहेरेंटली औरत दी बराबरी बारे एक सोच होना यह मैनू लगता है कि मैं बहुत पछड़ के समझ पई जिहड़ी के मैनू यह समझ इसलिए पैंदी है कि ना सिर्फ उन्हां दा देखो हुणे सुखबीर जी ने गल कीती सी प्यार कब्जा नहीं पछाण है उहदे बारे साहित्य वल जावांगे ते बड़ियां सारियां होर गल्लां भी ने गुरबख्श सिंह उहनां दीआं उहनां ने अपनियां औरत दोस्तां बारे बड़ा कुछ लिखिया होया पर जिहड़ी हुण घर नाल जुड़ी हुई गल है कि जिहड़ी खुल उहनां ने अपनिया धिया दी जी बराबरी उन्होंने अपनिया उन्होंने कोई वितकरा उस वेले ना रखा देखो मेरे मामे और मासिया सारे 1920s से 30s बॉर्न ने सब तो छोटे अनुमस्त 1936 सन मतलब इस गल भी हूँ 90 साल हो चुके 90 साल पहला जमे हुए बच्चों चाहे जी बराबरी देखना जिदिया असं हम गल कर शुरू की थी। बहुत वही गल है मेरे हिसाब से जिहड़ी जदों मैं वेखदा तो मैं सिर्फ एज गुरबख्श सिंह का दो तरह नहीं वेखदा मैं इहनूं देखदा एक सुचेत बंदे दे तौर दे उत्ते जिहड़ा सोचदा है कि अज भी जिहड़ा पंजाबी मुआशरा है उहदे विच औरतां दी बराबरी दी गल करना अजे भी जिहनूं कहिंदे ने ना सिर्फ स्टेजां तक सीमित है मैं इत्थे एक छोटी जी गल करना कि मैनूं इत्थों याद आंदा कि इह अज तों 20 साल पुरानी गल है जलंधर दे विच एक फंक्शन हो रहा सी लेखकां दा जिदे च बहुते कवि सन ते मेरे मदर उर्मिला आनंद नूं क्योंकि वह भी लिखते सन वो आए हुए सन मेहमान के तौर पर उन्होंने बोलने लिए कहा गया तो उन्होंने बोलने जिहड़ी गल कही सी मैनूं अज भी चेते है कि उन्होंने सारे कवि जिहड़े बंदे मर्द बैठे सन उन्होंने कहा कि भराओ मैनूं एक गल दसो कि तुहाडियां बीवियां नूं कोई दिलचस्पी नहीं है तुहाडी लिखत च या तुहानूं कोई दिलचस्पी नहीं है कि साहित्यक फंक्शन चो आण मैनूं इह क्यों नहीं इत्थे औरतां भी बैठियां दिसदियां हुण इह गल मैं तां कह रहा कि इह गल गुरबख्श सिंह दी धी ही कह सकदी कर सकदी सी बिल्कुल हाँ सो ये जिहड़ियां गल्लां ने ना ये मेरे मन च अच्छा एक गल मैं होर कहांगा मैनूं लगदा मैं बहुत ज्यादा बोल रहा तुसीं मैनूं रोक नहीं 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 यू आर फाइन ते इंटरेस्टिंग सानूं असली असली आनंद आ रहा है इंटरेस्टिंग है दूजी गल जिहड़ी है कि मैं ये गल्लां जिहड़ियां ने मैंने जिस तरह किया मैं एक पछड़ के सुझियां होईयां गल्लां ने जिहड़ियां मैं पिछों जो एनालाइज करदा दार जी देखो गल है वह कि दार जी ओवरली धार्मिक तो नहीं सन पर रब च उन्हां दा यकीन सी
ਪਾਠ ਵੀ ਕਰਦੇ ਸਨ ਮੈਨੂੰ ਨਹੀਂ ਪਤਾ ਕਿੰਨਾ ਕੁ ਰੈਗੂਲਰਲੀ ਕਰਦੇ ਸਨ ਕਿਉਂਕਿ ਮੈਂ ਉਹਨਾਂ ਨੂੰ ਕਦੀ ਕਰਦਿਆਂ ਨਹੀਂ ਦੇਖਿਆ ਪਰ ਮੇਰੇ ਛੋਟੇ ਮਾਮੀ ਜੀ ਪ੍ਰਵੀਨ ਕਹਿੰਦੇ ਨੇ ਕਿ ਉਹ ਮਤਲਬ ਉਹਨਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਵੀ ਸੀ ਤੇ ਪਾਠ ਵੀ ਕਰਦੇ ਸਨ ਹਾਲਾਂਕਿ ਮੈਂ ਆਪ ਨਹੀਂ ਵੇਖਿਆ ਹੋਇਆ ਪਰ ਇਹ ਹੈ ਕਿ ਉਹਨਾਂ ਨੇ ਬੜੀਆਂ ਥਾਵਾਂ ਤੇ ਲਿਖਿਆ ਹੋਇਆ ਕਿ ਉਹ ਰੱਬ 'ਚ ਯਕੀਨ ਰੱਖਦੇ ਨੇ ਉਹਨਾਂ ਦੇ ਛੇ ਬੱਚਿਆਂ 'ਚ ਸਾਰੇ ਦੇ ਸਾਰੇ ਜਿਹੜੇ ਨੇ ਰੱਬ 'ਚ ਯਕੀਨ ਰੱਖਣ ਵਾਲਾ ਕੋਈ ਵੀ ਨਹੀਂ ਹੈ ਬਹੁਤ ਪੱਛੜ ਕੇ ਅਨੂ ਮਾਸੀ ਜੀ ਉਹ ਵੀ ਲੈਟਿਨ ਅਮਰੀਕਾ ਜਾ ਕੇ ਥੋੜੇ ਜਿਹੇ ਹੋ ਗਏ ਸਨ ਰਿਲੀਜੀਅਸ ਪਰ ਬਾਕੀ ਦੇ ਜਿਹੜੇ ਪੰਜ ਇੱਥੇ ਨੇ ਉਹਨਾਂ 'ਚੋਂ ਨਵਤੇਜ ਮਾਮਾ ਹੀ ਪਾਲੀ ਮਾਮਾ ਹੀ ਕਿਸੇ ਦਾ ਵੀ ਰੱਬ 'ਚ ਯਕੀਨ ਨਹੀਂ ਹੈ ਸਭ ਚੰਗਿਆਈ 'ਚ ਯਕੀਨ ਰੱਖਦੇ ਨੇ ਜਿਹੜੀ ਮੈਨੂੰ ਲੱਗਦਾ ਕਿ ਦਾਰ ਜੀ ਦੀ ਦੇਣ ਵੀ ਹੈ ਪਰ ਇਹ ਵੀ ਫੈਕਟ ਹੈ ਕਿ ਸੱਭਿਆਚਾਰਕ ਤੌਰ ਤੇ ਅਸੀਂ ਸਾਰੇ ਸਿੱਖ ਕਿਉਂਕਿ ਇੱਥੇ ਮੈਂ ਡਿਫਰੈਂਸੀਏਟ ਕਰਨਾ ਚਾਹੁੰਦਾ ਕਿ ਅਸੀਂ ਕੋਈ ਸਿੱਖੀ ਤੋਂ ਮੁਨਕਰ ਲੋਕ ਤੇ ਨਹੀਂ ਹੈ ਸਾਡੇ ਜਿਹੜੇ ਸੰਸਕਾਰ ਨੇ ਸਾਰੇ ਸਿੱਖੀ ਵਾਲੇ ਔਰ ਉਹਨਾਂ ਦੇ ਸੰਸਕਾਰ ਸਿੱਖੀ ਵਾਲੇ ਉਹਨਾਂ ਚ ਵੀ ਨੇ ਜਿਹੜੀਆਂ ਮੇਰੀਆਂ ਦੋ ਮਾਸੀਆਂ ਦੇ ਸਿੱਖਾਂ ਦੇ ਨਾਲ ਵਿਆਹ ਨਹੀਂ ਵੀ ਹੋਏ ਦਿੱਲੀ ਵਾਲੇ ਮਾਸੀਆਂ ਤੁਸੀਂ ਧਾਰਮਿਕਤਾ ਔਰ ਸੱਭਿਆਚਾਰ ਵਿੱਚ ਨਿਖੇੜਾ ਕਰ ਰਹੇ ਹੋ ਹੁਣ ਉਹਦੇ ਚ ਮੇਰੀ ਕਹਿਣ ਦੀ ਗੱਲ ਹੈ ਵੈ ਕਿ ਸੈਕੂਲਰ ਲਫ਼ਜ਼ ਤੇ ਬਹੁਤ ਬਾਅਦ ਚ ਯੂਜ਼ ਹੋਣਾ ਸ਼ੁਰੂ ਹੋਇਆ ਬਹੁਤ ਬਾਅਦ ਚ ਵਰਤੋਂ ਚ ਆਇਆ ਅੱਜ ਕੱਲ ਬੜਾ ਵਿਵਾਦ ਵੀ ਇਹਦੇ ਬਾਰੇ ਕੌਣ ਸੀਡੋ ਸੈਕੂਲਰ ਤੇ ਸੈਕੂਲਰ ਮੈਨੂੰ ਮੈਨੂੰ ਜਾਪਦਾ ਹੈ ਕਿ ਗੁਰਬਖਸ਼ ਸਿੰਘ ਉਹਨਾਂ ਨੇ ਆਪਣੇ ਬੱਚਿਆਂ ਨੂੰ ਤਰਬੀਅਤ ਆਪਣੇ ਬੱਚਿਆਂ ਨੂੰ ਹੀ ਨਹੀਂ ਮੈਨੂੰ ਜਾਪਦਾ ਜਿਹੜੇ ਪ੍ਰੀਤ ਲੜੀ ਦੇ ਨਾਲ ਆ ਕੇ ਪ੍ਰੀਤ ਨਗਰ ਦੇ ਵਿੱਚ ਜੁੜੇ ਲੋਕ ਉਹ ਲੋਕਾਂ ਦੇ ਵਿੱਚ ਇੱਕ ਜਿਹੜੀ ਸੈਕੂਲਰਿਜ਼ਮ ਦੀ ਇੱਕ ਜਿਹਨੂੰ ਕਹਿੰਦੇ ਪਾਣ ਚੜ ਗਈ ਨਾ ਉਹ ਜਨਰੇਸ਼ਨਾਂ ਤੱਕ ਨਹੀਂ ਮੁੱਕੀ ਮੇਰੇ ਦਿੱਲੀ ਚ ਐਸੇ ਦੋਸਤ ਵੀ ਨੇ ਜਿਹੜੇ ਕਿ ਜਿਹਨਾਂ ਦੇ ਮਾਪੇ ਕਦੀ ਪ੍ਰੀਤ ਨਗਰ ਰਹੇ ਹੋਏ ਨੇ ਬੱਚਿਆਂ ਨੇ ਕਦੀ ਪ੍ਰੀਤ ਨਗਰ ਜਾ ਕੇ ਵੀ ਨਹੀਂ ਵੇਖਿਆ ਉਹ ਮੇਰੇ ਦੋਸਤ ਨੇ ਹੁਣ ਪਰ ਉਹ ਵੀ ਜੈਨੂਇਨਲੀ ਸੈਕੂਲਰ ਨੇ ਮੈਨੂੰ ਲੱਗਦਾ ਕਿ ਇਹ ਵੀ ਗੁਰਬਖਸ਼ ਸਿੰਘ ਦੀ ਬੜੀ ਵੱਡੀ ਦੇਣ ਹੈ ਕਿ ਉਹਨਾਂ ਨੇ ਬਹੁਤ ਸਾਰਾ ਜਿਹੜਾ ਇੱਕ ਨਾ ਧਰਮ ਔਰ ਧਰਮ ਕੀ ਹੁੰਦਾ ਅਸਲੀ ਧਰਮ ਕੀ ਹੋਣਾ ਚਾਹੀਦਾ ਇਹਦੇ ਬਾਰੇ ਜਿਸ ਕਰਕੇ ਤੁਹਾਨੂੰ ਪਤਾ ਪਰਮ ਮਨੁੱਖ ਤੇ ਵਿਵਾਦ ਵੀ ਬੜਾ ਚਿੜਿਆ ਹੁਣ ਅਗਲੀ ਗੱਲ ਜਿਹੜੀ ਹੈ ਉਹ ਇਹਦੇ ਨਾਲ ਜੁੜੀ ਹੋਈ ਮੈਂ ਇੱਥੇ ਇਹ ਵੀ ਕਰਨਾ ਚਾਹਾਂਗਾ ਕਿ ਜਦੋਂ ਅਸੀਂ ਇਹ ਵੇਖਦੇ ਹਾਂ ਨਾ ਕਿ ਵਿੰਦਰ ਸਿੰਘ ਹੋਰਾਂ ਨੇ ਕਮਿਊਨਿਜ਼ਮ ਦੇ ਬਾਰੇ ਥੋੜੀ ਜਿਹੀ ਗੱਲ ਕੀਤੀ ਗੁਰਬਖਸ਼ ਸਿੰਘ ਹੋਰੀ ਆਪ ਤੇ ਕਦੀ ਵੀ ਕਮਿਊਨਿਸਟ ਨਹੀਂ ਸੀ ਨਵਤੇਜ ਮਾਮਾ ਹੀ ਕਮਿਊਨਿਸਟ ਸਨ ਐਕਚੁਅਲੀ ਜੇ ਦੇਖਿਆ ਜਾਏ ਤੇ ਕਮਿਊਨਿਸਟ ਪਾਰਟੀ ਨਾਲ ਜੁੜੇ ਹੋਏ ਗੁਰਬਖਸ਼ ਸਿੰਘ ਹੋਰਾਂ ਦੀ ਦੂਜੀ ਪੀੜ੍ਹੀ ਵਿੱਚ ਸਿਰਫ ਨਵਤੇਜ ਮਾਮਾ ਹੀ ਸਨ ਤੇ ਉਹਨਾਂ ਦੇ ਜਵਾਈ ਮੇਰੇ ਪਿਤਾ ਜਗਜੀਤ ਸਿੰਘ ਨਾਮ ਸਨ ਬਾਕੀ ਬੱਚਿਆਂ ਚੋਂ ਇੱਕ ਮੇਰੇ ਦਿੱਲੀ ਵਾਲੇ ਮਾਸੜ ਜੀ ਵੀ ਕਮਿਊਨਿਸਟ ਸਨ ਕੁਝ ਚਿਰ ਪਰ ਐਕਟਿਵ ਕਮਿਊਨਿਸਟ ਨਵਤੇਜ ਮਾਮਾ ਹੀ ਤੇ ਪਾਪਾ ਹੀ ਸਨ ਹੁਣ ਇਹ ਕਿ ਬੱਚੇ ਕਮਿਊਨਿਸਟ ਨਹੀਂ ਸਨ ਗੁਰਬਖਸ਼ ਸਿੰਘ ਹੋਰਾਂ ਨੇ ਬਾਰੇ ਜੇ ਕਿਹਾ ਜਾਏ ਨਾ ਕਿ ਉਹ ਕਮਿਊਨਿਸਟ ਨਹੀਂ ਸਨ ਪਰ ਉਹਨਾਂ ਨੇ ਮੈਨੂੰ ਕਿਸੇ ਸ਼ਾਇਦ ਵਰਿਆਮ ਸੰਧੂ ਨੇ ਕਦੀ ਕਿਹਾ ਸੀਗਾ ਕਿ ਕਿਸੇ ਹੋਰ ਨੇ ਕਿਹਾ ਮੈਨੂੰ ਇਸ ਵੇਲੇ ਚੇਤੇ ਨੇ ਕਿ ਉਹਨਾਂ ਨੇ ਕਮਿਊਨਿਸਟ ਬਣਾਏ ਬਹੁਤ ਜਿਹੜੀ ਪੜ੍ਹ ਕੇ ਕਮਿਊਨਿਸਟ ਲੋਕ ਬਣੇ ਨੇ ਨਾ ਕੋਈ ਗੁਰਬਖਸ਼ ਸਿੰਘ ਹੋਰੀ ਕਮਿਊਨਿਜ਼ਮ ਦਾ ਪ੍ਰਚਾਰ ਨਹੀਂ ਸੀ ਕਰਦੇ ਮੈਨੂੰ ਲੱਗਦਾ ਕਿ ਇਹ ਵੀ ਇੱਕ ਆਪਣੇ ਆਪ ਚ ਇਹਦੇ ਤੇ ਬੜਾ ਵੱਡਾ ਅਧਿਐਨ ਕੀਤਾ ਔਰ ਸ਼ਾਇਦ ਗੁਰਬਖਸ਼ ਸਿੰਘ ਨੂੰ ਇਸ ਗੱਲ ਦੀ ਬੜੀ ਡੂੰਘੀ ਸਮਝ ਸੀ ਕਿ ਪ੍ਰਚਾਰ ਨਾਲ ਲੋਕੀ ਨਹੀਂ ਬਦਲਦੇ ਬਿਲਕੁਲ ਸੋ ਗੱਲ ਤੁਸੀਂ ਅੱਗੇ ਜਾਰੀ ਕਰੋ ਮੈਂ ਬਥੇਰਾ ਕੁਝ ਕਹਿ ਲਿਆ ਨਹੀਂ ਮੈਂ ਹੁਣ ਤੁਸੀਂ ਜਿਹੜੀ ਗੱਲ ਤੇ ਆਏ ਨੇ ਮੈਨੂੰ ਬੜਾ ਇਹ ਜਿਹੜੀ ਧਾਰਮਿਕਤਾ ਔਰ ਸੱਭਿਆਚਾਰਕ ਸਿੱਖ ਸੱਭਿਆਚਾਰ ਸਿੱਖ ਧਾਰਮਿਕਤਾ ਵਿੱਚ ਜੋ ਨਿਖੇੜਾ ਕੀਤਾ ਹੈ ਮੇਰੇ ਖਿਆਲ 'ਚ ਇਹ ਨਿਖੇੜਾ ਜਿਹੜਾ ਹੈ ਇਹ ਭਾਈ ਵੀਰ ਸਿੰਘ ਦੇ ਵੇਲੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਵੇਖਿਆ ਜਾਵੇ ਇੱਕ ਢੰਗ ਨਾਲ ਤਾਂ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਪੰਜਾਬੀ ਭਾਸ਼ਾ ਦਾ ਮੁਹਾਂਦਰਾ ਸਿਰਜਿਆ ਮੈਨੂੰ ਲੱਗਦਾ ਇਸੇ ਗੱਲ ਨੂੰ ਹੀ ਗੁਰਬਖਸ਼ ਸਿੰਘ ਨੇ ਅੱਗੇ ਜਾ ਕੇ ਇੱਕ ਸੈਕੂਲਰ ਤਿੰਜ ਦਿੱਤੀ ਇੱਕ ਸੈਕੂਲਰ ਪਿਉਂ ਦਿੱਤੀ ਇਸ ਗੱਲ ਦੀ ਔਰ ਉਹਨਾਂ ਦੀ ਤੁਸੀਂ ਪਰਮਨੁੱਖ ਦਾ ਨਾਂ ਲਿਆ ਮੈਂ ਜਦੋਂ ਉਹਨਾਂ ਦੀ ਕਿਤਾਬ ਪਰਮਨੁੱਖ ਪੜ੍ਹੀ ਤੇ ਮੈਨੂੰ ਲੱਗਿਆ ਮੈਨੂੰ ਪਹਿਲੀ ਵਾਰ ਸਿੱਖੀ ਦੀ ਸਮਝ ਆਈ ਹੈ ਕਿਉਂਕਿ ਉਹਦੇ ਵਿੱਚ ਉਹਨਾਂ ਨੇ ਇੱਕ ਨਵੀਂ ਕਿਸਮ ਦਾ ਰੈਸ਼ਨਲ ਸਿੱਖਿਜ਼ਮ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੀ ਫਾਊਂਡੇਸ਼ਨ ਲੇ ਡਾਊਨ ਕੀਤੀ ਜਿਹਨੂੰ ਕਿ ਉਹਨੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਪਖੰਡ ਤੋਂ ਭੂਤ ਪ੍ਰੇਤਾਂ ਤੋਂ ਔਰ ਦੂਸਰੇ ਵਹਿਮਾਂ ਭਰਮਾਂ ਤੋਂ ਅਲੱਗ ਕਰਕੇ ਇੱਕ ਰੈਸ਼ਨਲ ਬੇਸਿਸ ਦੇ ਤੌਰ ਤੇ ਇੱਕ ਸਿੱਖਿਜ਼ਮ ਦਾ ਖੜਾ ਕੀਤਾ ਮੇਰੇ ਖਿਆਲ 'ਚ ਇਹ ਬੜੀ ਉਹਨਾਂ ਦੀ ਵੱਡੀ ਹੈ ਤੇ ਇਹਦੇ ਬਾਰੇ ਤੁਹਾਡੇ ਕਦੇ ਸਾਹਮਣੇ ਜਾਂ ਪਰਿਵਾਰ ਵਿੱਚ ਜਿਸ ਤਰ੍ਹਾਂ ਕੋਈ ਬਹਿਸ ਬਹਿਸੀ ਕਦੇ ਹੋਈ ਉੱਥੇ ਨਹੀਂ ਮੈਨੂੰ ਜਾਪਦਾ ਕਿ ਇਹ ਬਹਿਸ ਮੁਬਾਸਾ ਇਸ ਲਈ ਵੀ ਨਹੀਂ ਹੋਇਆ ਕਿ ਜੋ ਦਾਰਜੀ ਦੀ ਇੱਕ ਵਿਚਾਰਧਾਰਕ ਜਿਹਨੂੰ ਅਸੀਂ ਹੁਣ ਇਸ ਵੇਲੇ ਦੇਣ ਕਹਿੰਦੇ ਹਾਂ ਇੱਕ ਜਿਹੜਾ ਵਿਚਾਰਧਾਰਕ ਕਿਸਮ ਦਾ ਉਹਨਾਂ ਦਾ ਬੇਸ ਸੀ ਉਹ ਆਪ ਮੁਹਾਰੇ ਉਹਨਾਂ ਦੇ ਜਿਹਨੂੰ ਕਹਿੰਦੇ ਨੇ ਬੱਚਿਆਂ ਵਿੱਚ ਤੇ ਅੱਗੋਂ ਬੱਚਿਆਂ ਦੇ ਬੱਚਿਆਂ ਵਿੱਚ ਆਇਆ ਔਰ ਉਹਦੇ ਚ ਕੋਈ ਬਹਿਸ ਮੁਬਾਸੇ ਦੀ ਮੈਨੂੰ ਜਾਪਦਾ ਕਿ ਕੋਈ ਗੁੰਜਾਇਸ਼ ਹੀ ਨਹੀਂ ਸੀ ਕਦੀ ਸੋਚਣਾ ਹੀ ਨਹੀਂ ਪਿਆ
कि भाई असी मतलब मैं नहीं लगता कि असी कभी भी किसी समय के उत्ते कोई शक या शुभा होया हो सानू इस गल बारे कि यह गल जी ठीक है या नहीं। देखो एक होर मैं इतने गल कहना कि यह गल तो सारी जानी जाती है बड़ी चंगी तरह के परम मनुख जो लिखा गया तो कट्टड़ किस्म के सिखा वालों उन्होंने उत्ते हमला भी करने की कोशिश की गई है। पुरानी हो गई है गल सिर्फ पुरानी इसलिए मैं कह रहा हो गई है क्योंकि उन्होंने जुड़ी तो पुरानी हो गई है पर अजकल फिर असं कैसे माहौल चो गुजर रहे हैं कोई भी गल करनी हो खुर चुक के पैन वाले बथेरे हो जाते हैं। यह गल जानी जाती है मैं लंबे रख रहा हूं फैक्ट यह भी है कि जो पाकिस्तान बनया प्रीतनगर के आले दुआले मुसलमाना के पिंड बड़ी देर तक दारजी ने कोशिश की कि मुसलमान इतों उजड़ के ना जा फिर जल्द गल वसों बारी हो गई तो पता लगना शुरू होया उन्होंने वे नावों लैंड का की लोड़ है जेडे कि हिस्टरी सब न पता ही है कि उस वे सिखा दे लीडर सन जिन्होंने भी जनून चढ़िया होया सीगा मैं उस नावों च नहीं जावांगा उन्होंने जो जत्थे लैके आना शुरू किया तो उदो प्रीतनगर तो रातों रात फिर नेड़े दे पिंडां दे लोगों नू पार किया गया पाकिस्तान वाल पहुंचाया गया। एक गल भी जी है उस वेले दे जिहड़े जनूनी किस्म दे लोग सन उन्हें बड़ी भैड़ी लगी क्योंकि देखो जनून तो दोनों पासे इको जिहा होया होया सीगा। उस च उन्होंने एक होर गल लगी कि गुरबख्श सिंह फिर सिखां दा गद्दार है क्योंकि इन्हें मुसलमानां नू बचा दिता निकलता है कि हमले होने शुरू हुए दारजी ने प्रीतनगर के एक भोरे च बंद करना पिया उस तो ही फिर होया कि जो महिंदर सिंह रंधावा रही तो कुछ चिर लिए सब जानते हैं कि उन्होंने मरौली भी आके रहना पिया प्रीतनगर फिर कुछ दिल्ली निकली तो एक बार किस्म उस वे जो प्रीतनगर उजड़िया भी उसका कारण भी यह सगा कि आस पास के लोग जो आंढ गुआंढ के लोग सू कुछ खिलाफ हो गए सन। सो यह जड़िया गलां ने ना मतलब मैनू नहीं जापता कि दारजी का यह निर्णय ਇਹਦੇ ਤੇ ਕਿਸੇ ਵੀ ਬੱਚਿਆਂ ਚੋਂ ਕਿਸੇ ਨੇ ਕਿੰਤੂ ਕੀਤਾ ਹੋਏ ਜਾਂ ਬਾਅਦ ਵਿੱਚ ਅਸੀਂ ਤੇ ਉਦੋਂ ਹੈ ਹੀ ਨਹੀਂ ਸਾਂ ਸਾਡੇ ਸਾਰਿਆਂ ਦੇ ਤੇ ਜਨਮ 1900 ਸਭ ਤੋਂ ਵੱਡਾ ਸੀ 51 ਦਾ ਜੰਮਿਆ ਹੋਇਆ ਪਰ ਮੈਨੂੰ ਲੱਗਦਾ ਹੈ ਕਿ ਸਾਡੇ ਵਿੱਚ ਕਦੀ ਵੀ ਪਾਬਲੋ ਤੋਂ ਲੈ ਕੇ ਸਭ ਤੋਂ ਛੋਟੇ ਨਿਰੂਪਮ ਤੱਕ ਜਿਹੜਾ ਹੁਣ ਪਾਬਲੀ ਪਾਲੀ ਮਾਮਾ ਦਾ ਪੁੱਤਰ ਅਮਰੀਕਾ ਰਹਿੰਦਾ ਹੈ ਕਦੀ ਵੀ ਕਿਸੇ ਦੇ ਵਿੱਚ ਇਸ ਕਿਸਮ ਦੀ ਭਾਵਨਾ ਨਹੀਂ ਆਈ ਕਿ ਦੂਜਾ ਫਿਰਕਾ ਜਿਹੜਾ ਹੈਗਾ ਉਹਨੂੰ ਅਸੀਂ ਆਪਣਾ ਬਰਾਬਰ ਦਾ ਸਮਝ ਕੇ ਦੇਖੋ ਫਿਰਕੇ ਸਾਰੇ ਵੱਖਰੇ ਵੱਖਰੇ ਹੁੰਦੇ ਨੇ ਸਾਡੇ ਸੋਚਣ ਦੇ ਸਾਡੇ ਧਰਮ ਪੂਜਣ ਦੇ ਢੰਗ ਵੱਖਰੇ ਵੱਖਰੇ ਹੋ ਸਕਦੇ ਨੇ पर यह किसी च कभी गल नहीं आई कि क्योंकि कोई दूजा दूजे फिरके का इसलिए मैं अपने वाले फिरके दे बंदे नालों माड़ा लगता है यह पक्की देन है उन्होंने। एक होर गल जिहड़ी मैं तुहाडे नाल करना चाहुंदा उह बड़ा सी कि तुहाडे घर शायद उस इलाके विच इको एक घर सी जिथे दलितां नूं चौंतरे ते चढ़न अंदर बाहर घूमन की पूरी आजादी सी और सुनिया है मैं कि लोगों के आस पास ये फैलिया होया सी कि गुरबख्श सिंह दे घरे ते इस तरह का कोई विचार ही नहीं है ये कहो जे लोग ने। बड़ी चंगी गल तुसी मैनू याद कराई है क्योंकि ये भी एक गल है जिहड़ी खुंझ जाणी सी बड़ी महत्वपूर्ण गल है क्योंकि मैनू भी इस गल का ख्याल आंदा देखो ना तो असीं दलित लफज उदों सुनिया होया सी कुछ पता हुंदा सी पर यह फैक्ट है कि मैनू क्योंकि देखो मेरी ना प्रीतनगर दे विच जम्मिया भी होने करके ते बहुत सारी उम्र गुजारी भी होने करके मैं तुहानू इत्थे छोटी जी गल होर भी दसदा 1939 च जदों ते प्रीतनगर वसदा दारजी उदों डिसाइड करदे ने अज भी हिंदुस्तान च हो रहा है जी कि मैला ढोण का काम नहीं करना चाहिए लोगों दारजी नूं सीगा कि मैला ढोण का काम किसी नूं देना नहीं है ते उस पिंड विच 1939 नूं हुण किन्ने साल हो गए 80 साल हो गए 82 साल हो गए ने 82 साल पहला दारजी ये सोचते हैं कि मैं मैला नहीं किसी ढोन देना वो गर्कियां जिन्होंने सैप्टिक टैंक कहते हैं बनाते हैं हूं तो गल पर 80 साल पहला की गल नहीं मैं तुम्हें दसदा कि मैं प्रीतनगर जाता सा ना मैं जलंधर आना बड़ा बुरा लगता है अपने घर क्योंकि 1960 के मेरी तो होश की गल है ना मैं 4-5 साल का सा जिन्होंने टट्टी कहें एक मगोरा हों जलंधर मॉडल टाउन जिहड़ा कि इस वे बड़ा पॉश इलाका है जलंधर का उस थले एक ट्रेन पई होंगी मैं पहला तो डर लगता मैं डिग जाना गंद बड़ा पिया मैं कहना हूं वापस चलिए प्रीतनगर यह मतलब एक उल्टी गल सी बच्चे शहरी जेडे ने पिंड जाके घबराते ने कि उत्थे सुविधावां नहीं ने मेरे लिए उल्टी अपने आप बहुत वड्डी गल है कि गुरबख्श सिंह उहनां दे मन च ख्याल आना कि सब तो पहला यह काम खत्म करना चाहिए जिहड़ा कि आदमी नूं आदमी नाल इक वितकरा देखो एक जिहड़ी एक सुचमता एक ब्राह्मणवाद सारिआं च वड़िआ होइआ है ना कल्ला ब्राह्मणा च नहीं है
ਉਹ ਹਰ ਕਿਸੇ ਦੇ ਅੰਦਰ ਵੜਿਆ ਹੋਇਆ ਕਿ ਅਸੀਂ ਜਿਹਨੂੰ ਕਹਿੰਦੇ ਨੇ ਜਿਹੜੀ ਗੱਲ ਅਸੀਂ ਆਪ ਰੋਜ਼ ਕਰਨੀ ਹੁੰਦੀ ਹੈ ਉਹਦੇ ਬਾਰੇ ਨਾ ਤੇ ਅਸੀਂ ਗੱਲ ਕਰ ਸਕਦੇ ਹਾਂ ਨਾ ਉਹ ਲਫ਼ਜ਼ ਬੋਲ ਸਕਦੇ ਹਾਂ ਕਹਿਣਾ ਹੋਇਆ ਤੇ ਅੰਗਰੇਜ਼ੀ ਚ ਪੋਟੀ ਕਹਿ ਦਿੰਦੇ ਹਾਂ ਉਹ ਜਿਹੜੀ ਇੱਕ ਗੱਲ ਹੈ ਨਾ ਉਹ ਇੱਕ ਜ਼ਿਹਨ ਚੋਂ ਕੱਢਣ ਲਈ ਇਹ ਬੜਾ ਜ਼ਰੂਰੀ ਹੈ ਪਹਿਲਾ ਕਦਮ ਦੂਜੀ ਗੱਲ ਭਿੱਟ ਵਾਲੀ ਕੋਈ ਗੱਲ ਨਾ ਹੋਣਾ ਔਰ ਮੈਂ ਉੱਥੇ ਇੱਕ ਗੱਲ ਦੱਸ ਸਕਦਾ ਜਿਹੜੀ ਦਰਜੀ ਨਾਲ ਨਹੀਂ ਜੁੜੀ ਜਿਹੜੀ ਮੇਰੇ ਨਾਲ ਜੁੜੀ ਹੋਈ ਹੈ ਮੈਂ ਜਲੰਧਰ ਚ ਪੜ੍ਹਦਾ ਸਾਂ ਨੌਵੀਂ ਜਮਾਤ ਚ ਪ੍ਰੋਫੈਸਰ ਚ ਹੁੰਦਾ ਸੀਗਾ ਕਿ ਬੱਚੇ ਇਕੱਠੇ ਟਿਫਿਨ ਲੈ ਕੇ ਆਉਂਦੇ ਹੁੰਦੇ ਸਨ ਤੇ ਸ਼ੇਅਰ ਕਰਦੇ ਸਨ ਜੇ ਸਕੂਲਾਂ ਚ ਹੁੰਦਾ ਮੈਂ ਕਿਹਾ ਕਿ ਮੈਂ ਸਕੂਲ ਬਦਲ ਕੇ ਆਇਆ ਸਾਂ ਮੈਂ ਅੱਠਵੀਂ ਤੱਕ ਕਿਸੇ ਹੋਰ ਸਕੂਲ ਚ ਮੈਂ ਨੌਵੀਂ ਚ ਆਇਆ ਕਿ 15 ਜਾਂ 20 ਦਿਨ ਦੇ ਬਾਅਦ ਮੇਰੇ ਨਾਲ ਟਿਫਿਨ ਮੇਰੇ ਚੋਂ ਲੈਣਾ ਬੰਦ ਕਰ ਦਿੱਤਾ ਤੇ ਮੈਨੂੰ ਸਮਝ ਨਾ ਆਈ ਤੇ ਮੈਨੂੰ ਬਾਅਦ ਵਿੱਚ ਮੇਰੇ ਦੋਸਤ ਦੱਸਿਆ ਕਿ ਇਹ ਜੀਤ ਸਿੰਘ ਮੁੰਡਾ ਇੱਕ ਹੁੰਦਾ ਸੀ ਕਿ ਉਹਨੇ ਦੱਸਿਆ ਕਿ ਤੁਹਾਡੇ ਘਰ ਤੇ ਚੂੜੀ ਜਿਹੜੀ ਹੈ ਉਹ ਭਾਂਡੇ ਮਾਂਜਦੀ ਹੈਗੀ ਹੈ ਮੈਨੂੰ ਪਤਾ ਵੀ ਨਹੀਂ ਸੀਗਾ ਕਿ ਇਹਦੇ ਵਿੱਚ ਕੋਈ ਗੱਲ ਹੁੰਦੀ ਹੈ ਕਿਉਂਕਿ ਦਰਜੀ ਨੇ ਆਪਣੇ ਬੱਚਿਆਂ ਨੂੰ ਸਿਖਾਇਆ ਸੀਗਾ ਕਿ ਤੁਸੀਂ ਇਹਨਾਂ ਲੋਕਾਂ ਕੋਲੋਂ ਭਾਂਡੇ ਮਜਵਾਓਗੇ ਤਾਂ ਹੀ ਦੂਜਿਆਂ ਨੂੰ ਸਮਝ ਆਏਗੀ ਉਹ ਕਿਧਰੇ ਗੱਲ ਖਿਲਰ ਗਈ ਮੈਨੂੰ ਪਤਾ ਨਹੀਂ ਕਿ ਮਿੰਦਰੋ ਹੁੰਦਾ ਸੀ ਮੈਂ ਬਹੁਤ ਪਛੜ ਕੇ ਇੱਕ ਆਰਟੀਕਲ ਵੀ ਲਿਖਿਆ ਮਿੰਦਰੋ ਦੇ ਉੱਤੇ ਮੇਰੇ ਨਾਲ ਰੋਟੀ ਪਾਣੀ ਕਿਸੇ ਨਾਲ ਮੈਨੂੰ ਛੇਕ ਦਿੱਤਾ ਕਿਉਂਕਿ ਸਕੂਲ ਦੇ ਬੱਚੇ ਮੈਂ 1969 ਦੀ ਗੱਲ ਕਰ ਰਿਹਾ ਗੁਰਬਖਸ਼ ਸਿੰਘ ਕੀ ਕਰਦਾ ਸੋ ਇੱਕ ਗੱਲ ਤੇ ਇਹ ਹੈ ਕਿ ਬਿਲਕੁਲ ਵੀ ਕਿਸੇ ਦੇ ਵਿੱਚ ਸਾਡੇ ਬੱਚਿਆਂ ਚ ਤੀਜੀ ਜਨਰੇਸ਼ਨ ਕੀ ਹੁੰਦੀ ਚੌਥੀ ਵੀ ਆ ਜਾਏਗੀ ਕਿਸੇ ਨੇ ਕਦੀ ਇਹ ਸੋਚਿਆ ਹੀ ਨਹੀਂ ਇਹ ਗੱਲਾਂ ਤੇ ਹੁਣ ਲੋਕਾਂ ਨੇ ਕਰਨੀਆਂ ਸ਼ੁਰੂ ਕੀਤੀਆਂ ਨਾ ਭਿੱਖਦੀਆਂ ਤੇ ਇਹਦੇ ਨਾਲ ਜੁੜੀ ਇੱਕ ਗੱਲ ਹੋਰ ਜੇ ਹੁਣ ਨਾ ਬੜੇ ਸਾਰੇ ਲੋਕ ਕਰਨ ਲੱਗ ਪਏ ਨੇ ਕਿ ਗੋਤ ਨਾ ਲਾਈ ਜਾਏ ਨਾ ਕਿ ਉਹ ਵੀ ਇੱਕ ਪ੍ਰੋਬਲਮ ਕ੍ਰੀਏਟ ਕਰਦੀ ਹੈ ਮੈਨੂੰ ਬੜੀ ਦੇਰ ਤੱਕ ਨਹੀਂ ਸੀ ਪਤਾ ਗੁਰਬਖਸ਼ ਸਿੰਘ ਦੀ ਜ਼ਾਤ ਗੋਤ ਕੀ ਸੀ ਮੈਨੂੰ ਕਿਉਂਕਿ ਗੁਰਬਖਸ਼ ਸਿੰਘ ਤਾਂ ਗੁਰਬਖਸ਼ ਸਿੰਘ ਹੀ ਰਿਹਾ ਕਦੀ ਉਹਨੇ ਇਹ ਗੱਲ ਨਹੀਂ ਕਹੀ ਕਿ ਮੈਂ ਕੀ ਸੀਗਾ ਕਿਸੇ ਨੂੰ ਪਤਾ ਵੀ ਉਹ ਕੀ ਸੀਗਾ ਇਹ ਤੇ ਬਾਅਦ ਵਿੱਚ ਹੈਗਾ ਕਿ ਪੰਜਾਬੀ ਦੇ ਸਾਹਿਤਕਾਰ ਵੀ ਲੱਭਣ ਲੱਗ ਪਏ ਜੀ ਕਿ ਫਲਾਣਾ ਖੱਤਰੀ ਹੈ ਫਲਾਣਾ ਕੰਬੋ ਹੈ ਤੇ ਉਹਦੇ ਨਾਲ ਇੱਕ ਹੋਰ ਜਿਹੜੀ ਅਜੀਬ ਗੱਲ ਉਹਨਾਂ ਦੀ ਜ਼ਾਤ ਪ੍ਰੀਤ ਲੜੀ ਸੀ ਆਪਣੇ ਆਪ ਵਿੱਚ ਦੇਖੋ ਸਭ ਕੋਨਸ਼ੀਅਸਲੀ ਕਰ ਰਹੇ ਸਨ ਉਹ ਬੱਚਿਆਂ ਚ ਵੀ ਆ ਮੈਨੂੰ ਕਿਸੇ ਨੇ ਕਿਹਾ ਨਹੀਂ ਦੇਖੋ ਮੇਰਾ ਅੱਜ ਵੀ ਤੁਸੀਂ ਇੱਥੇ ਨਾਂ ਸੁਕੀਰਤ ਆਨੰਦ ਲਿਖਿਆ ਹੋਇਆ ਪਰ ਜਿਹੜੇ ਸਾਹਿਤ ਚ ਜਾਣਦੇ ਉਹਨਾਂ ਨੂੰ ਪਤਾ ਮੇਰੀਆਂ ਸਾਰੀਆਂ ਕਿਤਾਬਾਂ ਦੇ ਨਾਲ ਤੇ ਨਾ ਸਿੰਘ ਲੱਗਾ ਹੁੰਦਾ ਤੇ ਨਾ ਆਨੰਦ ਲੱਗਾ ਹੁੰਦਾ ਉਹ ਕੱਲਾ ਸੁਕੀਰਤ ਵਿੱਚ ਇਨਫੈਕਟ ਜਦੋਂ ਮੇਰੀ ਕਿਤਾਬ ਅੰਗਰੇਜ਼ੀ ਛਪੀ ਤੇ ਮੈਨੂੰ ਪਬਲਿਸ਼ਰ ਨੇ ਕਿਹਾ ਕਿ ਕੱਲਾ ਸੁਕੀਰਤ ਬੜਾ ਅਜੀਬ ਲੱਗਦਾ ਇਹਦੇ ਨਾਲ ਕੁਝ ਜੋੜੋ ਮੈਂ ਕਿਹਾ ਜੀ ਮੈਂ ਪੰਜਾਬੀ ਛਪਦਾ ਰਿਹਾ ਮੈਂ ਇਹਦੇ ਨਾਲ ਕੀ ਜੋੜ ਲਵਾਂ ਮੈਨੂੰ ਲੱਗਦਾ ਕਿ ਇਹ ਜਿਹੜੀ ਇੱਕ ਗੱਲ ਹੈ ਨਾ ਕਿ ਤੁਸੀਂ ਆਪਣੀ ਜ਼ਾਤ ਜਾਂ ਗੋਤ ਤੋਂ ਉੱਠ ਕੇ ਦੇਖੋ ਥੋੜਾ ਬਹੁਤ ਮੈਨੂੰ ਅਸਲ ਚ ਜੇ ਆਪਣੀ ਪਛਾਣ ਬਾਰੇ ਕਿ ਮੇਰੀ ਕੋਈ ਗੋਤ ਜਾਂ ਜ਼ਾਤ ਹੈ ਨਾ ਉਹ ਆਪਣੀ ਦਾਦੀ ਤੋਂ ਪਤਾ ਲੱਗਾ ਕਿਉਂਕਿ ਉਹ ਖਤਰਾਣੀ ਸੀ ਉਹਨੂੰ ਬੜਾ ਹੁੰਦਾ ਸੀ ਕਿ ਖਤਰੀ ਆ ਢਾਈ ਘਰੇ ਆ ਅਸੀਂ ਫਲਾਣੇ ਆ ਟਿਮਖਾਣੇ ਆ ਤੇ ਉਹ ਸਭ ਕੁਝ ਮੇਰੇ ਤੇ ਅਸਰ ਨਾ ਹੋਇਆ ਉਹ ਆਪਣੇ ਕਿਸਮ ਦੇ ਸਰ ਪਰ ਸੁਣੀ ਹੋਵੇ ਜਾਂ ਆਪਣੇ ਮਾਸੀਆਂ ਮਾਮਿਆਂ ਵੱਲੋਂ ਕਦੀ ਜ਼ਾਤ ਗੋਤ ਸੁਣੀ ਹੋਵੇ ਨੈਵਰ ਇਹ ਬੜੀ ਵੱਡੀ ਗੱਲ ਹੈ ਮੈਨੂੰ ਲੱਗਦਾ ਅੱਛਾ ਇੱਕ ਹੋਰ ਗੱਲ ਜਿਹੜੀ ਮੈਂ ਚਾਹਨਾ ਕਿ ਤੁਸੀਂ ਸਾਨੂੰ ਦੱਸੋ ਗੁਰਬਖਸ਼ ਸਿੰਘ ਕਈ ਵਾਰੀ ਬਿਮਾਰ ਵੀ ਹੋਏ ਮੇਰੇ ਖਿਆਲ ਵਿੱਚ ਥੋੜਾ ਬਹੁਤਾ ਜਿੰਨਾ ਮੈਂ ਉਹਨਾਂ ਬਾਰੇ ਜਾਣਦਾ ਉਸ ਬਿਮਾਰੀ ਦੇ ਦੌਰਾਨ ਕਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਰਹਿੰਦਾ ਸੀ ਜਾਂ ਕਿਸ ਤਰ੍ਹਾਂ ਤੁਸੀਂ ਮਿਲਦੇ ਸੀ ਜਾਂ ਕੀ ਉਹਨਾਂ ਦਾ ਕੋਈ ਵੈਦ ਹਕੀਮ ਸੀ ਜਾਂ ਡਾਕਟਰਾਂ ਨੂੰ ਸਿਰਫ ਦਿਖਾ ਕਿਸ ਤਰ੍ਹਾਂ ਦਾ ਉਹਨਾਂ ਦਾ ਵਿਵਹਾਰ ਹੁੰਦਾ ਸੀ ਦੇਖੋ ਦੋ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਨੇ ਇੱਕ ਹੁੰਦੇ ਨੇ ਮਾਨਸਿਕ ਕਿਸਮ ਦੀ ਬਿਮਾਰੀ ਤੇ ਇੱਕ ਹੁੰਦੀ ਫਿਜ਼ੀਕਲ ਤੁਸੀਂ ਕਿਹੜੀ ਦੀ ਗੱਲ ਕਰਦੇ ਮੈਨੂੰ ਦੋਵਾਂ ਬਾਰੇ ਦੱਸੋ ਤਾਂ ਬੜੀ ਚੰਗੀ ਗੱਲ ਜਿਹੜੀ ਉਹਨਾਂ ਦੀ ਫਿਜ਼ੀਕਲ ਬਿਮਾਰੀ ਹੈ ਨਾ ਉਹ ਤਕਰੀਬਨ ਉਹਨਾਂ ਦੇ ਮੈਂ ਬਹੁਤਾ ਉਹਨਾਂ ਨੂੰ ਦੇਖਿਆ ਬਿਮਾਰ ਮਾਤਾ ਜੀ ਦੇ ਜਾਣ ਤੋਂ ਬਾਅਦ ਦਿਲ ਦੇ ਰੋਗ ਨਾਲ ਉਹ ਗਏ ਨੇ ਆਪਣੀ ਸਿਹਤ ਦਾ ਉਹ ਬੜਾ ਧਿਆਨ ਰੱਖਦੇ ਸਨ ਬਹੁਤ ਜ਼ਿਆਦਾ ਇਹ ਮਤਲਬ ਜਿਹੜਾ ਵੀ ਗੁਰਬਖਸ਼ ਸਿੰਘ ਨੂੰ ਥੋੜਾ ਬਹੁਤ ਪੜਿਆ ਉਹ ਜਾਣਦਾ ਕਿ ਕਿੰਨਾ ਕੁਝ ਉਹਨਾਂ ਨੇ ਸਿਹਤ ਦੀ ਸੰਭਾਲ ਬਾਰੇ ਲਿਖਿਆ ਹੋਇਆ ਬਿਲਕੁਲ ਸਿਹਤ ਉਹਨਾਂ ਦਾ ਉਹਨਾਂ ਦੀ ਵਰਜਿਸ਼ ਕਰਨਾ ਸਭ ਕੁਝ ਕਰਨਾ ਤੇ ਉਂਝ ਹੈ ਕਿ ਜਿਹੜੀ ਉਮਰ ਨਾਲ ਕੁਝ ਬਿਮਾਰੀਆਂ ਆ ਜਾਂਦੀਆਂ ਨੇ ਇਹਦੇ ਬਾਵਜੂਦ ਉਹਨਾਂ ਸਮੇਂ ਦੇ ਹਿਸਾਬ ਨਾਲ ਵੀ ਉਹ 82 ਸਾਲ ਦੀ ਮੈਨੂੰ ਲੱਗਦਾ ਉਹ ਹੋਰ ਜੀਵ ਜਾਂਦੇ ਜੇਕਰ ਮਾਤਾ ਜੀ ਪਹਿਲਾਂ ਨਾ ਚਲੇ ਜਾਂਦੇ ਸੋ ਉਹਨਾਂ ਨੂੰ ਮੈਂ ਸਿਵਾਏ ਉਸ ਸਾਲ ਸਵਾ ਸਾਲ ਦੇ ਜਦੋਂ ਕੁਝ ਬਿਮਾਰ ਸਨ ਫਿਜ਼ੀਕਲੀ ਥੋੜਾ ਬਹੁਤ ਦੇਖਿਆ ਹੋਇਆ ਉਹਦਾ ਕੋਈ ਮੈਨੂੰ ਬਹੁਤਾ ਜਿਹਨੂੰ ਕਹਿੰਦੇ ਨੇ ਚੇਤੇ ਇਸ ਲਈ ਨਹੀਂ ਹੈ ਕਿਉਂਕਿ ਉਹਨਾਂ ਦੀ ਨਾ ਦੇਖ ਸੰਭਾਲ ਜਿਹੜੀ ਹੈ ਕਰਨ ਲਈ ਸਾਡੀ ਨਰਸਾਂ ਵਰਗੀ ਮਾਸੀ ਜਿਹਨੇ ਮਾਮਾ ਜੀ ਨੂੰ ਵੀ ਦੇਖਿਆ ਤੇ ਜਿਹਨੇ ਦਰਜੀ ਨੂੰ ਵੀ ਦੇਖਿਆ ਉਹ ਮਾਮਾ ਸੀ ਸਾਂ ਹੁਣ ਗੱਲ ਹੈ ਕਿ ਇੱਕ ਮਾਨਸਿਕ ਪਾਸੇ ਦੀ ਗੱਲ ਹੈ ਜਿਹੜੀ ਕਿ ਮੈਂ ਖੁਦ ਨਹੀਂ ਦੇਖੀ ਹੋਈ ਪਰ ਮੈਨੂੰ ਆਪਣੀ ਮਾਂ ਕੋਲੋਂ ਵੀ ਔਰ ਆਪਣੀ ਨਾਨੀ ਦੀ ਕਈ ਤੇ ਮੈਨੂੰ ਨਹੀਂ ਚੇਤੇ ਪਰ ਮੈਨੂੰ ਨਾ ਮਤਲਬ ਸੁਣੀਆਂ ਗੱਲਾਂ ਪਤਾ ਨੇ ਦਰਜੀ ਜਿਹੜੇ ਨੇ ਦਰਜੀ ਨੂੰ ਤੁਹਾਨੂੰ ਪਤਾ ਸੁਪਨ ਸਾਜ਼ ਵੀ ਕਹਿੰਦੇ ਨੇ ਆਦਰਸ਼ਵਾਦੀ ਵੀ ਕਹਿੰਦੇ ਪਹਿਲੇ ਜਿਹੜਾ ਬੰਦਾ ਬੜੇ ਵੱਡੇ ਸੁਪਨੇ ਲੈਂਦਾ ਹੈ
ਉਹਦੇ ਸੁਪਨੇ ਕੁਝ ਨਾ ਕੁਝ ਟੁੱਟਦੇ ਵੀ ਨੇ ਔਰ ਮੈਨੂੰ ਲੱਗਦਾ ਕਿ ਪ੍ਰੀਤ ਨਗਰ ਦਾ ਟੁੱਟਣਾ ਵੀ ਉਹਨਾਂ ਲਈ ਬਹੁਤ ਵੱਡਾ ਸਦਮਾ ਸੀ ਬਹੁਤ ਕਿਉਂਕਿ ਜੇ ਪਾਰਟੀਸ਼ਨ ਨਾ ਹੁੰਦੀ ਤੇ ਬੜਾ ਫਰਕ ਹੋਣਾ ਸੀ ਖੈਰ ਉਸ ਗੱਲ ਚ ਕੀ ਜਾਣਾ ਉਹਦੇ ਤੋਂ ਮੈਂ ਸੁਣਿਆ ਕਿ ਦਰਜੀ ਡਿਪਰੈਸ਼ਨ ਵਿੱਚ ਦੋ ਤਿੰਨ ਵਾਰੀ ਚਲੇ ਗਏ ਸਨ ਮੈਂ ਤੁਹਾਡੀ ਗੱਲ ਦੇ ਜਵਾਬ ਵਿੱਚ ਕਹਿ ਰਿਹਾ ਪਰ ਇਹ ਮੈਂ ਪਰਸਨਲ ਆਪਣੇ ਤਜਰਬੇ ਤੋਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਉਹਨਾਂ ਨੂੰ ਜਿਸ ਪੜਾਅ ਮੈਨੂੰ ਚੇਤੇ ਨੇ ਦੇਖੋ ਜੇ ਉਹ ਡਿਪਰੈਸ਼ਨ ਚ 60-62 ਤੱਕ ਵੀ ਚਲੇ ਜਾਂਦੇ ਰਹੇ ਹੋਣ ਨਾ ਉਹ ਮੇਰੀ ਹੋਸ਼ ਵਿੱਚ ਨਹੀਂ ਹੋ ਸਕਦਾ ਹੈਗਾ ਕਿਉਂਕਿ 6 ਸਾਲ ਮੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਂਦੀ ਸੋ ਮੈਨੂੰ ਆਪ ਸਮਝ ਨਹੀਂ ਹੈ ਪਰ ਮੈਨੂੰ ਇਹ ਪਤਾ ਵੈ ਮਾਂ ਕੋਲੋਂ ਵੀ ਤੇ ਪਾਲੀ ਮਾਮਾ ਜੀ ਨੇ ਵੀ ਇਸੇ ਬਾਰੇ ਜ਼ਿਕਰ ਕੀਤਾ ਕਿ ਦਾਰ ਜੀ ਡਿਪਰੈਸ਼ਨ ਚਲੇ ਜਾਂਦੇ ਹੁੰਦੇ ਸਨ ਔਰ ਉਹ ਮਤਲਬ ਉਹ ਚੋਂ ਨਿਕਲ ਆਉਂਦੇ ਪਰ ਮੇਰੇ ਕੋਲ ਉਹਦਾ ਕੋਈ ਤਜਰਬਾ ਹੈ ਨਹੀਂ ਪਰ ਇਹ ਵੈ ਕਿ ਹੁਣ ਇੱਥੇ ਨਾ ਭਗਵਾਨ ਜੀ ਗੱਲ ਹੈ ਕਿ ਦਾਰ ਜੀ ਪ੍ਰਣ ਪੁਸਤਕ ਲਿਖਦੇ ਹੁੰਦੇ ਸਨ ਉਹ ਪੁਸਤਕਾਂ ਉਹਨਾਂ ਦੀਆਂ ਮੈਂ ਕੁਝ ਫਰੋਲੀਆਂ ਵੀ ਨੇ ਮੈਂ ਬਲਕਿ ਮੈਂ ਇਸ ਪ੍ਰੋਗਰਾਮ ਇਹ ਵੀ ਕਹਿਣਾ ਚਾਹਾਂਗਾ ਕਿ ਸਾਨੂੰ ਪੰਜਾਬੀਆਂ ਦੇ ਵਿੱਚ ਖਾਮੀ ਹੈ ਮੈਂ ਦੇਖਦਾ ਕਿ ਰੂਸੀ ਦੇ ਖਾਸ ਕਰ ਦੇਖ ਕੇ ਅੰਗਰੇਜ਼ਾਂ ਦੇ ਵੀ ਜਿਹੜੇ ਨੇ ਉਹਨਾਂ ਦੀਆਂ ਚਿੱਠੀਆਂ ਉਹਨਾਂ ਦੇ ਖੱਤ ਪੱਤਰੀ ਉਹਨਾਂ ਨੂੰ ਕਿਸੇ ਨੇ ਕੀ ਲਿਖਿਆ ਉਹਦੇ ਤੇ ਲੋਕੀ PhDਆਂ ਕਰਦੇ ਨੇ ਕਿਤਾਬਾਂ ਪੁਸਤਕਾਂ ਪਿਛਲੇ ਸਾਲ ਹੀ ਵੇਖੀਆਂ ਸਨ ਉਹ ਚ ਜ਼ਿਕਰ ਆਉਂਦਾ ਕਿ ਅੱਜ ਮੇਰਾ ਰੌਂ ਕੁਝ ਠੀਕ ਹੈ ਮੈਂ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗਾ ਜਿਹਨੂੰ ਨਾ ਮਨ ਬਚਨੀ ਹੈ ਉਹਨਾਂ ਦੇ ਵਿੱਚ ਸੋ ਉਹ ਇਸ ਗੱਲ ਨੂੰ ਜਿਹੜੀ ਤੁਸੀਂ ਗੱਲ ਪੁੱਛ ਰਹੇ ਹੋ ਉਹਨੂੰ ਇੱਕ ਕਿਸਮ ਨਾਲ ਉਹਦੀ ਪ੍ਰੋੜਤਾ ਕਰਦੀ ਹੈ ਕਿ ਦਾਰ ਜੀ ਕਦੀ ਕਦੀ ਡਿਪਰੈਸ਼ਨ ਚ ਚਲੇ ਜਾਂਦੇ ਸਨ ਮੇਰੇ ਹੋਸ਼ ਵਿੱਚ ਮੈਨੂੰ ਨਹੀਂ ਚਾਹੀਦਾ ਹੋਰ ਇੱਕ ਗੱਲ ਜਿਹੜੀ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਨਾਨੇ ਨਾਨੀਆਂ ਔਰ ਜਿਹੜੇ ਹੁੰਦੇ ਨੇ ਉਹ ਬੜਾ ਲਾਡ ਲਡਾਉਂਦੇ ਨੇ ਕਹਾਣੀਆਂ ਸੁਣਾਉਂਦੇ ਨੇ ਤੁਸੀਂ ਬਚਪਨ ਚ ਕਿਹੋ ਜਿਹੀਆਂ ਕਹਾਣੀਆਂ ਸੁਣੀਆਂ ਉਹਨਾਂ ਕੋਲੋਂ ਕਿਸ ਤਰ੍ਹਾਂ ਦਾ ਲਾਡ ਲਡਾਇਆ ਉਹਨਾਂ ਤੁਹਾਨੂੰ ਮੈਨੂੰ ਇੰਜ ਦਾ ਲਾਡ ਉਹਨਾਂ ਨੇ ਲਡਾਇਆ ਬਿਲਕੁਲ ਨੀ ਜੇ ਚੇਤੇ ਜਿਹੜਾ ਕਿ ਅਖੌਤੀ ਅਸੀਂ ਕਹਿ ਰਹੇ ਹਾਂ ਜਿਸ ਤਰ੍ਹਾਂ ਦਾ ਤੁਸੀਂ ਇਸ਼ਾਰਾ ਕਰ ਰਹੇ ਹੋ ਮੈਨੂੰ ਨਹੀਂ ਮੈਨੂੰ ਉਹਨਾਂ ਦਾ ਜਿਹੜਾ ਹੈ ਨਾ ਗੱਲਾਂ ਚੇਤੇ ਆਉਂਦੀਆਂ ਨੇ ਉਹ ਇਹੋ ਹੀ ਨੇ ਕਿ ਉਹ ਮੈਨੂੰ ਜਿਸ ਤਰ੍ਹਾਂ ਬੜੇ ਖੁਸ਼ ਹੋਏ ਸਨ ਜਦੋਂ ਨੀਲ ਆਰਮਸਟਰੋਂਗ ਜਿਹੜਾ ਵੈ ਚੰਨ ਤੇ ਪਹੁੰਚਿਆ ਸੀ ਹੁਣ ਜਦੋਂ ਯੂਰੀ ਗਗਾਰਿਨ ਪਹੁੰਚਿਆ ਸੀਗਾ ਮੈਂ ਬਿਲਕੁਲ ਹੀ 5-6 ਸਾਲ ਦਾ ਸੀ ਮੈਨੂੰ ਨਹੀਂ ਉਹ ਪਰ ਨੀਲ ਵੇਲੇ ਮੈਂ 14 ਸਾਲ ਦਾ ਸੀ 13 ਸਾਲ ਦਾ ਸੀ ਉਹ ਜਿਹੜਾ ਉਹਨਾਂ ਦਾ ਰਿਐਕਸ਼ਨ ਸੀ ਉਹਨਾਂ ਨੇ ਮੈਨੂੰ ਮਤਲਬ ਐਡੇ ਖੁਸ਼ ਜਦੋਂ ਖਬਰ ਉਹਨਾਂ ਨੂੰ ਮਿਲੀ ਉਹਨਾਂ ਨੇ ਬੁਲਾਇਆ ਇੱਧਰ ਆ ਮੈਂ ਉੱਥੇ ਸਾਂ ਕਿਉਂਕਿ ਮੈਨੂੰ ਹੁਣ ਚੇਤੇ ਨਹੀਂ ਹੈ ਪਰ ਉਹ ਗਰਮੀਆਂ ਦੇ ਦਿਨਾਂ ਚ ਕਿਧਰੇ ਚੱਲ ਤੇ ਗਿਆ ਕਿਉਂਕਿ ਮੈਂ ਪ੍ਰੀਤਨਗਰ ਸਾਂ ਉਸ ਵੇਲੇ ਜਿਹੜਾ ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਉਹ ਮੈਨੂੰ ਨਾ ਮਤਲਬ ਮੈਂ ਉਹਨੂੰ ਲਾਡ ਦੇ ਦਰਜੇ ਚ ਰੱਖਣਾ ਕਿਉਂਕਿ ਦਾਰਜੀ ਦੇ ਜਿਹੜੇ ਲਾਡ ਹੁੰਦੇ ਸਨ ਨਾ ਉਹ ਹੁੰਦੇ ਵੀ ਕੁਝ ਇੰਜ ਦੇ ਸਨ ਜਿਵੇਂ ਤੁਹਾਨੂੰ ਕੁਝ ਦੱਸਣਾ ਚਾਹੁੰਦੇ ਨੇ ਤੁਸੀਂ ਕਹਿੰਦੇ ਮੈਨੂੰ ਦਾਰਜੀ ਕੋਲੋਂ ਕੋਈ ਵੀ ਬਾਬਾਣੀਆਂ ਕਹਾਣੀਆਂ ਸੁਣੀਆਂ ਤੇ ਕੋਈ ਨੀ ਜੀ ਚੇਤੇ ਕਿ ਇੱਕ ਰਾਜਾ ਹੁੰਦਾ ਸੀ ਰਾਣੀ ਹੁੰਦੀ ਸੀ ਹਾਂ ਇਹ ਵੈ ਕਿ ਉਹ ਕਿਤਾਬਾਂ ਲਿਖਦੇ ਸਨ ਉਹਨਾਂ ਦੀ ਬੱਚਿਆਂ ਦੀ ਕਿਤਾਬ ਹੈ ਬੰਬ ਬਹਾਦਰ ਉਹਨਾਂ ਦੀ ਇੱਕ ਅੱਧੀ ਕਿਤਾਬ ਜਿਹੜੀ ਹੈ ਮੇਰੇ ਨਾਂ ਤੇ ਵੀ ਸ਼ਰਤਾਜ ਤੇ ਸਰੂ ਵੀ ਮੈਨੂੰ ਡੈਡੀਕੇਟਡ ਹੈ ਫਿਰ ਬੱਚਿਆਂ ਦੀ ਵੀ ਜਿਹੜੀ ਕਿਤਾਬ ਹੈ ਉਹ ਮੈਨੂੰ ਡੈਡੀਕੇਟਡ ਹੈ ਅਸਲ ਚ ਇਸ ਗੱਲੋਂ ਮੈਨੂੰ ਲੱਗਦਾ ਹੈ ਕਿ ਅਸੀਂ ਜਿਹੜੀ ਵਡੇਰੇ ਦੋਤੇ ਪੋਤੇ ਸਨ ਇਸ ਗੱਲੋਂ ਬੜੇ ਕਹਿੰਦੇ ਹਾਂ ਖੁਸ਼ਕਿਸਮਤ ਰਹੇ ਹਾਂ ਕਿ ਬੜੀਆਂ ਸਾਰੀਆਂ ਕਿਤਾਬਾਂ ਦਰਜੀ ਨੇ ਫਿਰ ਜ਼ਮੀਨ ਦੇ ਨਾਂ ਸੁਕੀਰਤ ਤੇ ਅੰਗਨਾ ਦੇ ਨਾਂ ਔਰ ਉਹ ਜਿਹੜੀਆਂ ਕਹਾਣੀਆਂ ਨੇ ਮੈਨੂੰ ਲੱਗਦਾ ਸਾਨੂੰ ਲੱਗਦਾ ਹੁੰਦਾ ਸੀਗਾ ਕਿ ਕਿਉਂਕਿ ਕਿਤਾਬਾਂ ਸਾਡੇ ਨਾਂ ਨੇ ਸਾਡੇ ਵੱਲ ਮੁਖਾਤਬ ਨੇ ਔਰ ਉਹ ਕੀ ਹੁੰਦਾ ਸੀ ਕਿ ਕਿਤਾਬ ਤੁਹਾਨੂੰ ਦਿੰਦੇ ਸੀ ਤੇ ਕਹਿੰਦੇ ਸੀ ਤੇਰੇ ਲਈ ਕਿਤਾਬ ਇਹਨੂੰ ਪੜ੍ਹ ਸੋ ਮੈਨੂੰ ਯਾਦਦਾ ਜੀ ਭਗਵਾਨ ਜੀ ਕਿ ਉਹਨਾਂ ਨੇ ਸੁਣਾਈਆਂ ਘੱਟ ਹੋਈਆਂ ਨੇ ਉਹਨਾਂ ਨੇ ਪੜ੍ਹਾਈਆਂ ਵੱਧ ਹੋਣੀਆਂ ਦੇਣ ਮੰਗਦਾ ਵਾ ਉਹਨਾਂ ਦੀ ਮੈਨੂੰ ਆਉਂਦੀ ਹੈ ਬਾਵਜੂਦ ਕਿ ਮੈਂ 17 ਸਾਲ ਦੀ ਉਮਰ ਤੋਂ ਬਾਅਦ ਕਦੀ ਪੰਜਾਬ ਨਹੀਂ ਰਿਹਾ ਬਹੁਤ ਪਛੜ ਕੇ ਪੰਜਾਬ ਵਾਪਸ ਆਇਆ 15 ਸਾਲ ਪਹਿਲਾਂ ਹੀ ਕਿ ਲੋਕ ਮੈਨੂੰ ਜਦੋਂ ਕਹਿੰਦੇ ਨੇ ਕਿ ਤੇਰੀ ਪੰਜਾਬੀ ਚ ਰਵਾਨੀ ਹੈ ਤੇਰੀ ਪੰਜਾਬੀ ਚੰਗੀ ਹੈ ਤੇ ਮੈਨੂੰ ਲੱਗਦਾ ਕਿ ਇਹ ਵੀ ਦਾਰਜੀ ਦਾ ਹੀ ਭੁੱਖਾ ਹੈ ਕਿ ਉਹਨਾਂ ਦੇ ਨੇੜੇ ਬਿਲਕੁਲ ਹੀ ਪਹੁੰਚ ਸਕਦਾ ਅੱਛਾ ਮੈਂ ਰੁਕ ਕੇ ਗੱਲ ਹੋਰ ਕਵਾਂਗਾ ਇਹ ਜਿਹਨਾਂ ਸਟ੍ਰੀਮਸ ਆਫ ਕੌਨਸ਼ੀਅਸਨੈਸ ਚੋਂ ਮੈਂ ਨਿਕਲ ਰਿਹਾ ਦੇਖੋ ਮੈਨੂੰ ਨਾ ਇਸ ਵੇਲੇ ਦੀ ਪੰਜਾਬੀ ਜ਼ਬਾਨ ਨਾਲ ਇੱਕ ਥੋੜੀ ਜਿਹੀ ਸ਼ਿਕਾਇਤ ਵੀ ਹੈ ਉਹ ਇਹ ਹੈ ਕਿ ਹੁਣ ਦੇ ਜਿਹੜੇ ਲੇਖਕ ਨੇ ਨਵੇਂ ਉਹ ਬੜੇ ਆਲਸੀ ਹੋ ਗਏ ਨੇ ਉਹ ਅੰਗਰੇਜ਼ੀ ਤੇ ਹਿੰਦੀ ਦੇ ਲਫ਼ਜ਼ ਜਿਉਂ ਦਾ ਤਿਉਂ ਚੁੱਕ ਕੇ ਆਪਣੀ ਲੇਖਣੀ ਪਾ ਦਿੰਦੇ ਨੇ ਫਿਕਸ਼ਨ ਲਿਖਣ ਵਾਲੇ ਲੋਕ ਹੁਣ ਗੱਲ ਇਹ ਹੈ ਕਿ ਉਹ ਨਾ ਇੱਧਰ ਦੀ ਰਹਿੰਦੀ ਹੈ ਫਿਰ ਪੰਜਾਬੀ ਨਾ ਉੱਧਰ ਦੀ ਰਹਿੰਦੀ ਜਿਹੜੀ ਜਿਹੜੀ ਜਨਰੇਸ਼ਨ ਸੀ ਨਾ ਦਾਰਜੀ ਤੋਂ ਸ਼ੁਰੂ ਹੋ ਕੇ ਦੁੱਗਲ ਵੀ ਤੇ ਬਲਵੰਤ ਗਾਰਗੀ ਨਵਤੇਜ ਸਿੰਘ ਵੀ ਤੇ ਸੁਖਬੀਰ ਵੀ ਇਹ ਉਹ ਲੋਕ ਸਨ ਜਿਹੜੇ ਪਰਮਿੰਦਰ ਸਿੰਘ ਹੋਰਾਂ ਵਾਂਗੂ
ਅੰਗਰੇਜ਼ੀ ਚ ਵੀ ਲਿਖ ਸਕਦੇ ਸਨ ਤੇ ਪੰਜਾਬੀ ਚ ਵੀ ਲਿਖ ਸਕਦੇ ਸਨ। ਇਹ ਵੱਖਰੀ ਗੱਲ ਹੈ ਕਿ ਚੁਣੀ ਉਹਨਾਂ ਨੇ ਪੰਜਾਬੀ, ਪਰ ਇਹ ਉਹ ਲੋਕ ਸਨ ਜਿਨ੍ਹਾਂ ਨੇ ਇੱਕ ਇੱਕ ਲਫ਼ਜ਼ ਜਿਹੜਾ ਵੈ ਘੜਨ ਦੀ ਕੋਸ਼ਿਸ਼ ਕੀਤੀ। ਹੁਣ ਇਹ ਹੈ ਕਿ ਮੈਂ ਤੁਹਾਨੂੰ ਇੱਥੇ ਮਿਸਾਲ ਦਿਆਂਗਾ ਕਿ ਉਹਨਾਂ ਦੀ ਦਾਰਜੀ ਦੀ ਜੀਵਨ ਕਹਾਣੀ ਚ ਸਕਾਈ ਸਕ੍ਰੈਪਰ ਤੇ ਹਿੰਦੁਸਤਾਨ ਚ ਬੰਬਈ ਤੋਂ ਇਲਾਵਾ ਕਿਧਰੇ ਦਿਸਦੇ ਹਾਲੇ ਵੀ ਨਹੀਂ ਹੈਗੇ। ਦਿੱਲੀ ਥੋੜੇ ਬਹੁਤ ਆ ਗਏ ਨੇ, ਸਕਾਈ ਸਕ੍ਰੈਪਰ ਫੇਰ ਵੀ ਨਹੀਂ ਹੈਗੇ। ਦਾਰਜੀ ਨੇ ਅਸਮਾਨ ਵਿਨਵੀਆਂ ਇਮਾਰਤਾਂ ਆਪਣੀ ਜੀਵਨ ਕਹਾਣੀ ਜਿਹੜੀ 1950 ਚ ਲਿਖੀ ਉਹਦੇ ਚ ਵਰਤਿਆ ਹੋਇਆ। ਅੱਜ ਮੈਨੂੰ ਲੱਗਦਾ ਪੰਜਾਬੀ ਦਾ ਕੋਈ ਲੇਖਕ ਜਿਹੜਾ, ਇਹ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਇੱਕ ਛੋਟੀ ਜਿਹੀ ਮਿਸਾਲ ਹੈ ਕਿ ਜੋ ਪੰਜਾਬੀ ਨੂੰ ਇਹਨਾਂ ਦੀ ਦੇਣ ਹੈ, ਇਹਨਾਂ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਵੀ ਕਿਉਂ ਗਿਆ, ਕਿਉਂਕਿ ਜਿੰਨਾ ਕੁਝ ਇਹਨਾਂ ਨੇ ਪੰਜਾਬੀ ਨੂੰ ਇੱਕ ਕਿਸਮ ਨਾਲ ਨਵੀਂ ਜ਼ਬਾਨ, ਕਿਉਂਕਿ ਜ਼ਬਾਨ ਨੇ ਤਰੱਕੀ ਕਰਨੀ ਹੁੰਦੀ ਹੈ, ਜ਼ਬਾਨ ਜਿਹੜੀ ਹੈ ਉਹ ਵਾਰਿਸ ਸ਼ਾਹ ਤੱਕ ਨਹੀਂ ਰਹਿ ਸਕਦੀ, ਉਹਨੇ ਨਵੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ। ਦਾਰਜੀ ਨੇ ਸਾਇੰਸ ਦੇ ਲਫ਼ਜ਼, ਦਾਰਜੀ ਨੇ ਸੈਕਸ ਦੇ ਲਫ਼ਜ਼, ਦਾਰਜੀ ਨੇ ਕਈ ਕੁਝ ਲਿਆਂਦਾ ਜਿਹੜਾ ਮੈਨੂੰ ਲੱਗਦਾ ਹੈ ਕਿ ਉਹ ਬੜੀ ਤਵੱਜੋ ਇਸ ਲਈ ਦੇਣ ਦੀ ਲੋੜ ਹੈ ਕਿ ਕਈ ਵਾਰੀ ਲੱਗਦਾ ਹੈ ਕਿ ਕੁਝ ਕਿਤਾਬਾਂ ਸ਼ਾਇਦ ਜਿਹੜੀਆਂ ਨੇ ਪ੍ਰਸੰਨ ਲੰਮੀ ਉਮਰ ਟਾਈਪ ਲਿਆ ਚੁੱਕੀਆਂ ਨੇ, ਪਰ ਮੈਨੂੰ ਲੱਗਦਾ ਕਿ ਨਵੇਂ ਲੇਖਕਾਂ ਨੂੰ ਗੁਰਬਖਸ਼ ਸਿੰਘ ਨੂੰ, ਨਾਨਕ ਸਿੰਘ ਨੂੰ, ਭਾਈ ਵੀਰ ਸਿੰਘ ਨੂੰ ਇਸ ਲਈ ਪੜ੍ਹਨਾ ਚਾਹੀਦਾ ਕਿਉਂਕਿ ਉਹਨਾਂ ਨੂੰ ਪੰਜਾਬੀ ਸਿੱਖਣ ਦੀ ਲੋੜ ਹੈ। ਨਹੀਂ ਤੇ ਹੁਣ ਐਸਾ ਜਿਹਨੂੰ ਕਹਿੰਦੇ ਨੇ, ਮੈਂ ਹੁਣ ਇਹਨਾਂ ਦਾ ਅੱਜ ਕੱਲ੍ਹ ਦਾ ਲਫ਼ਜ਼ ਵਰਤ, ਪੰਜਾਬੀ ਦਾ ਐਸਾ ਆਧੁਨਿਕੀਕਰਨ ਹੋ ਗਿਆ ਵੈ ਜਿਹੜੀ ਪੰਜਾਬੀ ਨਹੀਂ ਜਾਪਦੀ। ਤੁਸੀਂ ਦੇਖੋ ਵੀ ਭਾਈ ਵੀਰ ਸਿੰਘ ਨੇ ਇੰਨੀਆਂ ਲਿਖਤਾਂ ਵੈਸਟ ਦੀਆਂ ਪੰਜਾਬੀ ਚ ਟਰਾਂਸਲੇਟ ਕੀਤੀਆਂ, ਕਿਤੇ ਉਹਨਾਂ ਨੇ ਅੰਗਰੇਜ਼ੀ ਮੁਹਾਵਰਾ ਨਹੀਂ ਵਰਤਿਆ। ਉਹਨਾਂ ਨੇ ਵੀ ਇੰਨੇ ਨਵੇਂ ਸ਼ਬਦ ਘੜੇ ਨੇ ਕਿ ਆਦਮੀ ਹੈਰਾਨ ਰਹਿ ਜਾਂਦਾ ਕਿ ਇੰਨੀ ਇੰਨੀ ਡੁੱਬ ਕੇ ਭਾਸ਼ਾ ਦੇ ਵਿੱਚ ਉਹਨਾਂ ਨੇ ਉਹ ਸਾਰਾ ਕੁਛ ਕਿਹਾ। ਅਸੀਂ ਬਹੁਤ ਗੱਲਾਂ ਕੀਤੀਆਂ ਨੇ, ਗੱਲਾਂ ਦਾ ਤਾਂ ਕੋਈ ਅੰਤ ਨਹੀਂ, ਕਿਉਂਕਿ ਇਹ ਇਹੋ ਜਿਹੇ ਜੀਵਨ ਨੇ ਜਿਹਨਾਂ ਬਾਰੇ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਹੋਰ ਵੀ, ਤੇ ਆਰਬੀਟਰੀ ਢੰਗ ਨਾਲ ਇੱਕ ਬੜੇ ਹੀ ਗੈਰ ਰਸਮੀ ਢੰਗ ਨਾਲ ਮੈਂ ਤੁਹਾਨੂੰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਅਸੀਂ ਇੱਥੇ ਚੱਲਦਾ ਰੱਖਣ ਵਾਸਤੇ ਬੰਦ ਕਰ ਰਹੇ ਹਾਂ, ਔਰ ਮਹਿੰਦਰ ਸਿੰਘ ਇਹਦੇ ਬਾਰੇ ਕੁਛ ਗੱਲ ਕਹਿਣਗੇ। ਮਹਿੰਦਰ ਸਿੰਘ ਜੀ, ਮੈਂ ਇਹ ਸੁਝਾਅ ਹੈਗਾ ਕਿ ਪਹਿਲਾਂ ਤਾਂ ਮੈਂ ਸੁਖੀਰਤ ਜੀ ਨੂੰ ਲੈਕਚਰ ਲਈ ਬੁਲਾਇਆ, ਕਹਿੰਦੇ ਯਾਰ ਲੈਕਚਰ ਨਾਲ ਨਹੀਂ ਮਜ਼ਾ ਆਉਣਾ, ਇਨ ਕਨਵਰਸੇਸ਼ਨ, ਇਹਨਾਂ ਦਾ ਆਈਡੀਆ ਸੀ, ਇਹ ਬੜਾ ਕਾਮਯਾਬ ਰਿਹਾ, ਨੋਰਮਲੀ ਲੈਕਚਰ ਬੋਰਿੰਗ ਹੋ ਜਾਂਦਾ ਸੱਚੀ ਗੱਲ ਹੈ। ਦੂਜਾ ਮੈਂ ਚਾਹਾਂਗਾ ਥੋੜਾ ਨਾਨੀ ਜੀ ਬਾਰੇ ਗੱਲ ਕਰਨ, ਆਪਣੀ ਨਾਨੀ ਬਾਰੇ, ਲਾਡ ਥੋੜਾ ਦਿੱਤਾ ਹੋਣਾ ਉਹਨਾਂ ਨੇ ਨਾਨੀ ਬਾਰੇ, ਦੱਸੋ ਜੀ। ਚੰਗਾ ਕੀਤਾ ਜੇ ਗੱਲ ਕੀਤੀ ਨਾਨੀ ਦੀ ਗੱਲ, ਦਾਰਜੀ ਨਾਲ ਹੁੰਦਾ ਸੀ ਥੋੜਾ ਜਿਹਾ ਕਿ ਪਾਬਲੋ ਉਹਨਾਂ ਦਾ ਚਹੇਤਾ ਵੈ, ਨਾਨੀ ਦਾ ਚਹੇਤਾ ਮੈਂ ਸਾਂ ਨਾ, ਮੈਨੂੰ ਪਿਆਰ ਨਾਨੀ ਕੋਲੋਂ ਮਿਲਿਆ। ਮੈਨੂੰ ਨੀ ਲੱਗਦਾ ਕਿ ਕਿਸੇ ਵੀ ਨਾਨੀ ਨੇ ਕੰਪਨਸੇਟ ਕਰਦਾ ਨਾ, ਉਹਨਾਂ ਦੇ ਕੰਪਿਊਟਰ ਨੂੰ ਲੱਗ ਰਿਹਾ ਹੈ ਕੁਛ ਨਹੀਂ, ਪਰ ਬੜਾ ਚਿਰ ਹੈ ਬਿਜਲੀ ਨਾ ਚਲੀ ਗਈ ਹੋਵੇ। ਉਹ ਕਹਿ ਰਹੇ ਜੇ ਬਿਜਲੀ ਚਲੀ ਗਈ ਤੇ ਪਰਮਿੰਦਰ ਜੀ ਕੰਟੀਨਿਊ ਕਰਨਗੇ ਡਾਇਲੌਗ ਬਿਟਵੀਨ ਭਗਵਾਨ ਐਂਡ ਪਰਮਿੰਦਰ। ਪਰਮਿੰਦਰ ਜੀ ਤੁਹਾਡਾ ਕੀ ਖਿਆਲ ਹੈ ਕਿ ਜਿਸ ਤਰ੍ਹਾਂ ਦਾ ਭਾਈ ਵੀਰ ਸਿੰਘ ਜਨਮ ਸਥਾਨ ਜਿਹੜਾ ਹੈ ਇਹਦੇ, ਇਹਨੂੰ ਇੱਕ ਪੰਜਾਬੀ ਲੇਖਕਾਂ ਨਾਲ ਗੱਲਬਾਤ ਕਰਨ ਦਾ ਔਰ ਉਹਨਾਂ ਸਾਹਿਤ ਰਚਨਾਵਾਂ ਬਾਰੇ ਕੇਂਦਰ ਬਣੇ ਇੱਕ ਬੜਾ ਅੱਛਾ, ਇਹ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਪਰਮਿੰਦਰ ਜੀ ਨੂੰ ਜੁੜਨਾ ਪਏਗਾ ਨਾ ਸਾਡੇ ਨਾਲ, ਤੁਹਾਡਾ ਕੰਪਿਊਟਰ ਤੁਹਾਡੇ ਆਨ ਨਹੀਂ। ਪਰਮਿੰਦਰ ਜੀ, ਹਾਂ ਪਰਮਿੰਦਰ ਜੀ, ਹਾਂ ਪਰਮਿੰਦਰ ਤੁਹਾਡਾ ਮਿਊਟ ਹੈ ਤੁਹਾਡਾ, ਸ਼ੁਡ ਆਈ? ਹਾਂ ਜੀ, ਓਕੇ ਨਾ? ਹਾਂ ਹਾਂ, ਨਾਓ ਬਿਲਕੁਲ ਸੁਣਾਈ ਦੇ ਰਿਹਾ। ਹਾਂ ਠੀਕ ਹੈ, ਅਜੇ ਮੈਂ ਸਕਰੀਨ ਇਸ ਫਾਈਨ। ਹਾਂ ਬਿਲਕੁਲ ਸੁਣੇ ਜੀ, ਓਕੇ। ਐਕਚੁਅਲੀ ਮੈਨੂੰ ਖੁਦ ਜਦੋਂ ਮੈਂ ਇਸ ਪ੍ਰੋਗਰਾਮ ਸ਼ਾਮਿਲ ਹੋਇਆ ਉਸ ਤੋਂ ਪਹਿਲਾਂ ਮੈਨੂੰ ਫਾਰਮੈਟ ਨਹੀਂ ਪਤਾ, ਸਿਰਫ ਇਹਨਾਂ ਪਰ ਕਨਵਰਸੇਸ਼ਨ ਹੋਣੀ ਹੈ। ਅੱਛਾ, ਇਹ ਬਿਲਕੁਲ ਨਹੀਂ ਪਤਾ ਸੀ ਕਿ ਆਲਰੇਡੀ ਇਹ ਪ੍ਰੋਗਰਾਮ ਇਸ ਲੈਵਲ ਤੇ ਇਹਨਾਂ ਨੇ ਕਨਸੀਵ ਕੀਤਾ ਕਿ ਜਿਹਨੇ ਅੰਮ੍ਰਿਤਸਰ ਨਾਲ ਸੰਬੰਧ ਜਾਂ ਨੇੜੇ ਤੇੜੇ ਨਾਲ ਸੰਬੰਧ ਪੰਜਾਬੀ ਲਿਖਾਰੀ ਹੈ, ਉਹਨਾਂ ਦੇ ਬਾਰੇ ਗੱਲ ਕਰਨੀ ਹੈ। ਇਹ ਆਪਣੇ ਤੌਰ ਤੇ ਇਸ ਕਰਕੇ ਬੜਾ ਜ਼ਿਆਦਾ ਮਹੱਤਵਪੂਰਨ ਹੈ ਕਿ ਨੋਰਮਲੀ ਮੈਂ ਬਹੁਤ ਦੇਰ ਅੰਮ੍ਰਿਤਸਰ ਦੇ ਵਿੱਚ ਇਹ ਦੇਖਦਾ ਰਿਹਾ ਕਿ ਭਾਈ ਵੀਰ ਸਿੰਘ ਸਦਨ ਨੂੰ ਸਿਰਫ ਅਸੀਂ ਭਾਈ ਵੀਰ ਸਿੰਘ ਨਾਲ ਜੋੜਦੇ ਹਾਂ, ਉਹਦੇ ਹੋਰ ਕਈ ਤਰ੍ਹਾਂ ਦੇ ਆਯਾਮ ਹੈ ਜਿਹੜੇ ਤੁਸੀਂ ਪਹਿਲਾਂ ਧਰਮ ਤੇ ਸੱਭਿਆਚਾਰ ਦੀ ਵਿਲੱਖਣਤਾ ਦੀ ਫਰਕ ਦੀ ਗੱਲ ਕੀਤੀ ਹੈ, ਲਗਭਗ ਉਹ ਫਰਕ ਸਾਨੂੰ ਨਜ਼ਰ ਨਹੀਂ ਆਉਂਦਾ ਸੀ ਉੱਥੇ। ਇਹ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ ਇਹ ਇਸ ਕਰਕੇ ਬੜਾ ਮਹੱਤਵਪੂਰਨ ਹੈ ਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਇਹ ਫਰਕ ਕਰਨਾ ਬੜਾ ਜ਼ਰੂਰੀ ਹੈ।
ਕਿ ਜੋ ਇਸ ਵੇਲੇ ਹਿੰਦੁਸਤਾਨ ਦਾ ਮਾਹੌਲ ਬਣਿਆ ਹੋਇਆ ਇਹਦੇ ਵਿੱਚ ਜਿਹੜੀ ਇਹ ਫਰਕ ਰੱਖਣਾ ਤੇ ਉਹਦੇ ਵਿੱਚੋਂ ਤੁਸੀਂ ਜ਼ਿਆਦਾ ਸੱਭਿਆਚਾਰ ਤੇ ਫੋਕਸ ਕਰਨ ਆਪਣੇ ਤੌਰ ਤੇ ਤੇ ਜਿਹੜੇ ਜ਼ਮਾਨੇ ਦੀਆਂ ਗੱਲਾਂ ਤੁਸੀਂ ਕਰਨੀਆਂ ਇਸ ਪ੍ਰੋਗਰਾਮ ਸ਼ੁਰੂ ਕੀਤੀਆਂ ਅਗਰ ਉਹਦੀਆਂ ਇਹ ਪਰਤਾਂ ਫੋੜੀਆਂ ਜਾਣ ਉਹ ਪਰਤਾਂ ਆਪਣੇ ਤੌਰ ਤੇ ਅੱਜ ਕੱਲ੍ਹ ਦੇ ਮਾਹੌਲ ਨੂੰ ਸਮਝਣ ਦੇ ਵਾਸਤੇ ਵੀ ਤੇ ਹੋਰ ਨਵਾਂ ਸਾਹਿਤ ਰਚਨ ਵਾਸਤੇ ਬਹੁਤ ਜ਼ਿਆਦਾ ਸਹਾਈ ਹੋ ਸਕਦੀ ਬਿਲਕੁਲ ਠੀਕ ਇਸ ਕਰਕੇ ਇਹ ਆਪਣੇ ਤੌਰ ਤੇ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਸੀਂ ਹਜੇ ਵੀ ਬਹੁਤ ਵਾਰੀ ਅੱਜ ਇੱਥੇ ਬੈਠ ਕੇ ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਲੋਕ ਸੈਕੂਲਰ ਹੈ ਬਹੁਤ ਵਾਰੀ ਉਸ ਜ਼ਮਾਨੇ ਨੂੰ ਖਾਸ ਕਿਸਮ ਦੀ ਸੰਕੀਰਨ ਦੀ ਨਜ਼ਰ ਵੇਖਦੇ ਆ ਉਸ ਸੰਕੀਰਨ ਜਾਓਗੇ ਜਿਵੇਂ ਉਹਨਾਂ ਵਿੱਚ ਉਹ ਗੱਲਾਂ ਜਿਹੜੀ ਗੱਲ ਭਗਵਾਨ ਉਹਨਾਂ ਨੇ ਹੁਣ ਗੱਲ ਕੀਤੀ ਸੀਗੀ ਕਿ ਭਾਈ ਵੀਰ ਸਿੰਘ ਨੇ ਅੰਗਰੇਜ਼ੀ ਸਾਹਿਤ ਨੂੰ ਜਾਂ ਅੰਗਰੇਜ਼ੀ ਦੀਆਂ ਕਿਤਾਬਾਂ ਨੂੰ ਤਰਜਮਾ ਕੀਤਾ ਪੰਜਾਬੀ 'ਚ ਤੇ ਉਹਨਾਂ ਨੇ ਪੰਜਾਬੀ ਜ਼ਬਾਨ ਦੇ ਉਹ ਸ਼ਬਦ ਘੜੇ ਜਾਂ ਵਰਤੇ ਤੇ ਇੱਕ ਬਹੁਤ ਚੰਗੀ ਪੰਜਾਬੀ ਲੈ ਕੇ ਆਏ ਆਪਣੇ ਤੌਰ ਤੇ ਇਸ ਤਰ੍ਹਾਂ ਹੀ ਦਾਰਜੀ ਵੀ ਜਿਹੜੀ ਉਨੀ ਪੰਜਾਬੀ ਸੀਗੀ ਉਸ ਪੰਜਾਬੀ 'ਚ ਉਹਨਾਂ ਨੇ ਖਾਸ ਰੰਗ ਦਿੱਤਾ ਪੰਜਾਬੀ ਨੂੰ ਜਿਹਦੀ ਸੋਫਟਨੈਸ ਸੀ ਜਿਹੜੀ ਬਿਊਟੀ ਸੀ ਇਹ ਜਿਹੜੇ ਪਾਸੇ ਹੈਗੇ ਆ ਇਹ ਕਾਫੀ ਹੱਦ ਤੱਕ ਹੁਣ ਲੁਕ ਚੁੱਕੇ ਆ ਮੇਰੇ ਮੈਂ ਇਹ ਗੱਲ ਇਸ ਕਰਕੇ ਕਰ ਰਿਹਾ ਮੇਰੀ ਗੱਲ ਦੀ ਗੋਈ ਡਾਕਟਰ ਭਗਵਾਨ ਜ਼ਰੂਰ ਭਰਨਗੇ ਕਿ ਜਦੋਂ ਫਰਜ਼ ਕਰੋ ਅਸੀਂ ਆਪ ਇਸ ਪਾਸੇ ਨੂੰ ਆਉਣਾ ਸ਼ੁਰੂ ਕੀਤਾ ਉਹ ਇੱਕ ਉਹੋ ਜਿਹਾ ਜ਼ਮਾਨਾ ਸੀਗਾ ਜਿਸ ਜ਼ਮਾਨੇ ਦੇ ਵਿੱਚ ਅਸੀਂ ਇਸ ਪਾਸੇ ਨੂੰ ਬਹੁਤ ਵਾਰੀ ਘਟਾ ਕੇ ਦੇਖਦੇ ਸੀ ਬਿਲਕੁਲ ਬਿਲਕੁਲ ਠੀਕ ਮੈਂ ਇਸ ਕੰਪੇਅਰ ਕਰਾਂ ਫਰਜ਼ ਕਰੋ ਮੈਂ ਆਪਣੇ ਸਮੇਂ ਦੀ ਗੱਲ ਕਰਦਾ ਕਿ ਉਸ ਵੇਲੇ ਫਰਜ਼ ਕਰੋ ਇੱਕ ਮੁਕਾਬਲਾ ਚੱਲਦਾ ਸੀ ਪ੍ਰੀਤ ਲੜਿਆ ਤੇ ਹੇਮ ਜੋਤੀ ਦਾ ਇਫ ਆਈ ਐਮ ਕਰੈਕਟ ਇੱਕ ਮੁਕਾਬਲਾ ਸੀ ਉਦੋਂ ਮੈਨੂੰ ਖੁਦ ਯਾਦ ਹੈ ਕਿ ਸਾਨੂੰ ਹੇਮ ਜੋਤੀ ਹੀ ਚੰਗੀ ਲੱਗਦੀ ਸੀ ਇੱਕ ਲੈਵਲ ਤੇ ਪ੍ਰੀਤ ਲੜੀ ਪੜ੍ਹਦੇ ਪੜ੍ਹਦੇ ਵੀ ਸ਼ਿਫਟ ਟੂ ਹੇਮ ਜੋਤੀ ਤੇ ਸਾਨੂੰ ਉਹੀ ਚੰਗੀ ਲੱਗਣ ਲੱਗ ਗਈ ਬਿਲਕੁਲ ਲੇਕਿਨ ਦੋਹਾਂ ਦੀ ਆਪਣੀ ਮਹੱਤਤਾ ਹੈ ਬਿਲਕੁਲ ਬਿਲਕੁਲ ਆਪਣੀ ਮਹੱਤਤਾ ਹੈਗੀ ਕਿ ਹੇਮ ਜੋਤੀ ਦਾ ਆਪਣਾ ਰੋਲ ਹੈ ਜਿਹੜਾ ਉਦੋਂ ਨਿਭਾਉਣਾ ਚਾਹੀਦਾ ਜਦੋਂ ਨਿਭਾਇਆ ਉਸਨੇ ਪਰ ਹੇਮ ਜੋਤੀ ਤਾਂ ਬਣ ਸੀ ਉਹਦੇ ਪਿੱਛੇ ਪ੍ਰੀਤ ਲੜੀ ਦਾ ਬਿਲਕੁਲ ਬਹੁਤ ਕੁਛ ਪਿਆ ਸੀ ਬਹੁਤ ਔਰ ਉਹਨਾਂ ਦੇ ਪਿੱਛੇ ਭਾਈ ਵੀਰ ਸਿੰਘ ਖੜੇ ਨੇ ਉਹ ਬਹੁਤ ਬਖੜਾ ਬਹੁਤ ਬਹੁਤ ਬੜੀ ਵੱਡੀ ਗੱਲ ਭਾਈ ਵੀਰ ਸਿੰਘ ਕ੍ਰਿਟਿਸਾਈਜ਼ ਕਰ ਸਕਦਾ ਉਹ ਵੱਖਰੀ ਕਿਸਮ ਦੀ ਗੱਲ ਹੈ ਵੱਖਰੀ ਪਰ ਭਾਈ ਵੀਰ ਸਿੰਘ ਦੇਣ ਤੋਂ ਮੁਨਕਰ ਨਹੀਂ ਹੋ ਸਕਦਾ ਨਾ ਜੀ ਨਾ ਕੋਈ ਨਹੀਂ ਪਰ ਇਸ ਕਰਕੇ ਇੰਪੋਰਟੈਂਟ ਗੱਲ ਇਹ ਹੈ ਕਿ ਦੋਹਾਂ ਨੂੰ ਜੋੜਨਾ ਆਪਸ ਵਿੱਚ ਦੀ ਹਾਂ ਇਹ ਪ੍ਰੋਗਰਾਮ ਕਨਸੀਵ ਕੀਤਾ ਨੇ ਇਸ ਪ੍ਰੋਗਰਾਮ ਦੀ ਮਹੱਤਤਾ ਇਸ ਗੱਲ 'ਚ ਪਈ ਹੈ ਜਿਹੜੀ ਕਿ ਪੰਜਾਬੀ ਸਾਹਿਤ ਨੂੰ ਹੋਰ ਜ਼ਿਆਦਾ ਤਕੜਾ ਸਹਾਈ ਸਾਬਤ ਹੋ ਸਕਦੀ ਬਿਲਕੁਲ ਦੂਜੀ ਮਿਸਾਲ ਦੇ ਸਕਦਾ ਕਿ ਬਚਪਨ 'ਚ ਮੰਨ ਲਓ ਦੋ ਨੋਵਲਿਸਟ ਪੜ੍ਹੇ ਨਾਨਕ ਸਿੰਘ ਪੜ੍ਹਿਆ ਤੇ ਕੰਵਲ ਨੂੰ ਪੜ੍ਹਿਆ ਇੱਕ ਵੇਲੇ ਅਸੀਂ ਸਿਰਫ ਕੰਵਲ ਨੂੰ ਚੰਗਾ ਕਹਿੰਦੇ ਸੀਗੇ ਤੇ ਨਾਨਕ ਸਿੰਘ ਨੂੰ ਸੁਧਾਰਵਾਦੀ ਕਹਿ ਕੇ ਰੋਕ ਦਿੰਦੇ ਸੀ ਲੇਕਿਨ ਜਦੋਂ ਅਸੀਂ ਅੱਗੇ ਵੱਧ ਕੇ ਦੇਖਦੇ ਹਾਂ ਫਰਜ਼ ਕਰੋ ਤੇ ਨਾਨਕ ਸਿੰਘ ਦੇ ਵਿੱਚ ਉਸ ਕਿਸਮ ਦੀਆਂ ਇਨਸਾਈਟਸ ਪਈਆਂ ਹੈ ਜਿਹੜੀਆਂ ਇਨਸਾਈਟਸ ਬਿਲਕੁਲ ਉਸ ਵੇਲੇ ਸੱਭਿਆਚਾਰ ਨੂੰ ਬਹੁਤ ਵਾਰੀ ਅੰਦਰੋਂ ਢਾਲ ਆਉਂਦੀਆਂ ਜਾ ਕੇ ਜਿਹੜੇ ਉਹਦੇ ਜਿਹੜੇ ਨਾਨਕ ਸਿੰਘ ਦੇ ਪਾਤਰ ਬਹੁਤ ਉਹਦੇ ਇੰਨੇ ਮਜ਼ਬੂਤ ਹੈ ਤੇ ਇੰਨੇ ਜ਼ਿਆਦਾ ਸਵਰਸਿਵ ਹੈ ਉਹ ਸਵਰਸ਼ਨ ਬਹੁਤ ਵਾਰੀ ਸਾਨੂੰ ਕਵਲ ਚ ਨਹੀਂ ਮਿਲਦੀ ਉਹ ਬਹੁਤ ਵਾਰੀ ਜਾ ਕੇ ਗੁਰਦਾਸ ਸਿੰਘ ਜਾ ਕੇ ਮਿਲਦੀ ਹੈ ਇਸ ਕਰਕੇ ਜਿਹੜੀ ਇਹ ਹਿਸਟਰੀ ਦਾ ਜਾਣੂ ਹੋਣ ਆਪਣੇ ਤੌਰ ਤੇ ਇਹਨੂੰ ਮੇਲ ਕੇ ਚੱਲਣਾ ਅਗਰ ਤੁਸੀਂ ਕੰਸੀਵ ਕੀਤੇ ਬਹੁਤ ਵਧੀਆ ਪ੍ਰੋਗਰਾਮ ਹੈ ਤੇ ਇਸ ਤਰ੍ਹਾਂ ਚੱਲਣਾ ਚਾਹੀਦਾ ਬਿਲਕੁਲ ਇਹ ਤੁਹਾਡੀ ਗੱਲ ਜਿਹੜੀ ਸੀ ਨਾ ਕਿ ਸੱਭਿਆਚਾਰ ਦੀਆਂ ਪਰਤਾਂ ਖੋਲਣ ਵਾਲਾ ਇੱਕ ਪ੍ਰੋਗਰਾਮ ਬਣਨਾ ਚਾਹੀਦਾ ਹੈ ਔਰ ਹਰ ਵਾਰੀ ਅਸੀਂ ਜਦੋਂ ਇੱਥੇ ਕੋਈ ਕਿਸੇ ਨੂੰ ਬੁਲਾਈਏ ਕੋਈ ਵੀ ਲੇਖਕ ਆਵੇ ਕੋਈ ਵੀ ਆਵੇ ਤੇ ਉਹ ਇਹ ਜਿਹੜਾ ਡਿਸਟਿੰਕਸ਼ਨ ਅਸੀਂ ਕੀਤੀ ਹੈ ਬੇਸਿਕਲੀ ਧਾਰਮਿਕਤਾ ਦੀ ਔਰ ਸਿੱਖ ਸੱਭਿਆਚਾਰ ਦੀ ਇਹਨੂੰ ਲੈ ਕੇ ਔਰ ਉਸ ਤੋਂ ਅੱਗੇ ਫਿਰ ਉਹਦੇ ਵਿੱਚ ਕਿਸ ਤਰ੍ਹਾਂ ਚੇਂਜਿਸ ਆਉਂਦੀਆਂ ਪ੍ਰਿੰਸੀਪਲ ਤੇਜਾ ਸਿੰਘ ਕਿਤਨੇ ਕਿਤਨੇ ਪੰਜਾਬੀ ਬੁੱਧੀਜੀਵੀ ਆਉਂਦੇ ਨੇ ਹਾਂ ਜੇ ਅਸੀਂ ਇਸ ਪਲੈਟਫਾਰਮ ਨੂੰ ਪੰਜਾਬੀ ਇੰਟਲੈਕਚੁਅਲ ਐਵੋਲੂਸ਼ਨ ਜਿਹੜੀ ਹੋਈ ਜਾਂ ਜਿਹੜਾ ਵਿਕਾਸ ਤੇ ਨਿਕਾਸ ਹੋਇਆ ਅਸੀਂ ਉਹਦੇ ਨਾਲ ਇਹਨੂੰ ਚਲਾਈਏ ਤੇ ਮੇਰੇ ਖਿਆਲ ਮੈਂ ਜਿਹੜਾ ਭਾਈ ਵੀਰ ਸਿੰਘ ਨਿਵਾਸ ਹੈ ਇਹ ਇੱਕ ਬਹੁਤ ਵੱਡਾ ਇਸ ਤਰ੍ਹਾਂ ਦੀ ਬੁੱਧੀਜੀਵੀ ਡਿਸਕਸ਼ਨ ਦਾ ਕੇਂਦਰ ਬਣਨਾ ਚਾਹੀਦਾ ਮੇਰੀ ਬੇਨਤੀ ਤੁਹਾਨੂੰ ਇਹ ਵੀ ਕਿ ਤੁਸੀਂ ਇਹਦੇ ਨਾਲ ਜੁੜੇ ਰਹੋਗੇ ਔਰ ਇਸ ਗੱਲ ਦੇ ਵਿੱਚ ਪਾਰਟੀਸਪੇਟ ਕਰਦੇ ਰਹੋ ਕਿਉਂਕਿ ਇਹ ਬੜੀ ਜ਼ਰੂਰੀ ਚੀਜ਼ ਹੈ ਮੈਂ ਚਾਹੁੰਦਾ ਕਿ ਮਹਿੰਦਰ ਸਿੰਘ ਜੀ ਗੱਲ ਕਹਿਣ ਜੋ ਕਹਿਣੀ ਹੈ ਮੈਂ ਆਪਣੀ ਗੱਲ ਇੱਥੇ ਕਹਿ ਕੇ ਖਤਮ ਕਰਦਾ ਹਾਂਜੀ ਮਹਿੰਦਰ ਜੀ ਪਤਾ ਨਹੀਂ ਸ਼ਕੀਰਤ ਜੀ ਜੁੜ ਵਗੈਰੇ ਕਿ ਨਹੀਂ ਦੁਬਾਰਾ
ਕਹਿ ਰਹੇ ਸੀ ਜੇ ਮੇਰਾ ਬਿਜਲੀ ਚਲੀ ਗਈ ਤੇ ਪਰਮਿੰਦਰ ਵਰੀ ਸੰਭਾਲਣਗੇ ਆ ਮੈਂ ਮਨ ਦੀ ਗੱਲ ਕਰਨਾ ਚਾਹੁੰਦਾ ਮੈਂ ਇੱਥੇ ਡਾਇਰੈਕਟਰ ਨਹੀਂ ਸੀਗਾ ਪਰ ਮੈਨੂੰ ਯਾਦ ਹੈ ਕਿ ਅੰਮ੍ਰਿਤਾ ਪ੍ਰੀਤਮ ਨੇ ਮੈਨੂੰ ਦੱਸਿਆ ਕਿ ਲਾਇਬ੍ਰੇਰੀ ਆਏ ਤੇ ਕਹਿੰਦੇ ਨਹੀਂ ਤੁਹਾਡਾ ਇੱਥੇ ਆਉਣ ਤੇ ਮਨਾਹੀ ਹੈ ਮਨਾਹੀ ਕਿਵੇਂ ਹੋ ਗਈ ਭਾਈ ਅੰਮ੍ਰਿਤਾ ਪ੍ਰੀਤਮ ਦੀ ਮੈਨੂੰ ਲੌਜਿਕ ਨਹੀਂ ਸਮਝ ਆਇਆ ਜਦੋਂ ਮੈਂ ਜੁਆਇਨ ਕੀਤਾ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਕਿਹਾ ਕਿ ਮਹਿੰਦਰ ਸਿੰਘ ਇੱਕ ਵਧੀਆ ਸੈਮੀਨਾਰ ਕਰੀਏ ਐਲੀਮੈਂਟਸ ਆਫ ਕੰਪੈਸ਼ਨ ਇਨ ਪੰਜਾਬੀ ਲਿਟਰੇਚਰ ਕਹਿੰਦਾ ਅੰਮ੍ਰਿਤਾ ਨੂੰ ਕਹੋ ਕੀ ਨੋਟ ਐਡਰੈਸ ਦੇ ਮੈਂ ਕਿਹਾ ਜੀ ਅੰਮ੍ਰਿਤਾ ਤੇ ਬੈਨ ਕੀਤੀ ਹੋਈ ਇੱਥੇ ਕਹਿੰਦੇ ਕਿਹਨੇ ਕੀਤੀ ਦੱਸੋ ਦੱਸੀ ਪੂਰੀ ਕਹਾਣੀ ਕਹਿੰਦਾ ਰੋਕ ਦੇਖਾਂਗਾ ਕੌਣ ਰੋਕਦਾ ਲੰਬੀ ਗੱਲ ਹੈ ਅੰਮ੍ਰਿਤਾ ਜੀ ਨੇ ਬੁਲਾਇਆ ਉਹ ਜਫੀ ਪਾ ਕੇ ਰੋਣ ਲੱਗ ਗਏ ਕਹਿੰਦਾ ਮਹਿੰਦਰ ਸਿੰਘ ਆਰ ਯੂ ਇਨ ਸੈਂਸਿਸ ਤੈਨੂੰ ਕੱਢ ਦੇਣਗੇ ਮੈਂ ਕਿਹਾ ਕੋਈ ਨਹੀਂ ਕਿਤੇ ਰੋਡ ਚੜ ਜਾਵਾਂਗੇ ਅੰਮ੍ਰਿਤਾ ਆਈ ਇਮਰੋਜ਼ ਆਏ ਬੜਾ ਵਧੀਆ ਕਾਮਯਾਬ ਹੋਇਆ ਫੰਕਸ਼ਨ ਫਿਰ ਵੱਡੀ ਤਬਦੀਲੀ ਉਦੋਂ ਆਈ ਜਦੋਂ ਡਾਕਟਰ ਅਮਰੀਕ ਸਿੰਘ ਹੋਰਾਂ ਨੇ ਡਾਕਟਰ ਨੇਕੀ ਹੋਰਾਂ ਨੇ ਇਮੈਜਿਨ ਪ੍ਰੋਫੈਸਰ ਬਿਪਿਨ ਚੰਦਰਾ ਪ੍ਰੋਫੈਸਰ ਗਰੇਵਾਲ ਨੰਦਾ ਸਾਹਿਬ ਸਾਰੇ ਗਏ ਡਾਕਟਰ ਮਨਮੋਹਨ ਸਿੰਘ ਕੋਲ ਕਿ ਤੂੰ ਸਾਡੇ ਪ੍ਰਧਾਨ ਬਣੋ ਉਹਨਾਂ ਅਜੀਬ ਜਿਹੀ ਗੱਲ ਕਹਿੰਦੇ ਨਹੀਂ ਮੈਂ ਸੰਸਦ ਦਾ ਪ੍ਰਧਾਨ ਨਹੀਂ ਬਣ ਸਕਿਆ ਮੈਂ ਚੰਗਾ ਸਿੱਖ ਨਹੀਂ ਹੈਗਾ ਸਾਨੂੰ ਚੰਗਾ ਇਨਸਾਨ ਚਾਹੀਦਾ ਇੰਟਲੈਕਚੁਅਲ ਚਾਹੀਦਾ ਜਦੋਂ ਪ੍ਰਧਾਨ ਬਣੇ ਫਿਰ ਬੜੀ ਕਾਇਆਕਲ ਬਦਲੀ ਰਵੇਲ ਸਿੰਘ ਸੁਣੇ ਹੋਣਗੇ ਪਤਾ ਨਹੀਂ ਜੁਆਇਨ ਕੀਤਾ ਕਿ ਨਹੀਂ ਰਵੇਲ ਸਿੰਘ ਆਰ ਯੂ ਔਨ ਔਰ ਆਫ ਤੇ ਉਹਨਾਂ ਨੇ ਫਿਰ ਮੈਂ ਕਹਿੰਦਾ ਯੰਗ ਟਰਕਸ ਤੇ ਪੰਜ ਸੱਤ ਬੰਦੇ ਜੁਆਇਨ ਕਰਾਇਆ ਸਾਡੇ ਨਾਲ ਤੇ ਅਸੀਂ ਭਾਈ ਵੀਰ ਸਿੰਘ ਸਦਨ ਨੂੰ ਭਾਈ ਵੀਰ ਸਿੰਘ ਸਾਹਿਤ ਸਦਨ ਬਣਾਤਾ ਫਰਕ ਹੈ ਨਾ ਬਿਲਕੁਲ ਭਾਈ ਵੀਰ ਸਿੰਘ ਸਦਨ ਭਾਈ ਵੀਰ ਸਿੰਘ ਸਾਹਿਤ ਦਾ ਸਦਨ ਇਹ ਭਾਈ ਵੀਰ ਸਿੰਘ ਯਾਦ ਚ ਬਣਿਆ ਸਾਲ ਵਿੱਚ ਦੋ ਵਾਰੀ ਵੱਡੇ ਪ੍ਰੋਗਰਾਮ ਕਰਦੇ ਹਾਂ ਭਾਈ ਸਾਹਿਬ ਦਾ ਜਨਮ ਦਿਨ ਭਾਈ ਸਾਹਿਬ ਦਾ ਪਿਆਨਾ ਦਿਵਸ ਮੇਰੀ ਵਿਕਵਲੀ ਉਸ ਤਰ੍ਹਾਂ ਦੀ ਨਹੀਂ ਹੈਗੀ ਪਰ ਨਾਲ ਸਭ ਤਰ੍ਹਾਂ ਦੇ ਸਾਹਿਤਕਾਰਨ ਇੱਥੇ ਆਉਣ ਦੀ ਆ ਗਿਆ ਰਾਈਟ ਲੈਫਟ ਸੈਂਟਰ ਆ ਸਕਦੇ ਹਨ ਕਿਉਂਕਿ ਸਾਹਿਤ ਦਾ ਕੇਂਦਰ ਹੈ ਤੇ ਇਹਦੇ ਲਈ ਤੁਸੀਂ ਬੜਾ ਸਹਿਯੋਗ ਦਿੱਤਾ ਹੈ ਮੈਨੂੰ ਯਾਦ ਹੈ ਸ਼ਾਇਦ ਭਗਵਾਨ ਪਸੰਦ ਨਹੀਂ ਕਰੇਗਾ ਇੱਕ ਐਸਾ ਵਕਤ ਆਇਆ ਕਿ ਕੋਰਟ ਨੇ ਤਿੰਨ ਐਡਮਿਨਿਸਟ੍ਰੇਟਰ ਅਪੁਆਇੰਟ ਕਰਤੇ ਟੂ ਮਾਈ ਗੁੱਡ ਲੱਕ ਭਗਵਾਨ ਵਾਜ ਵਨ ਆਫ ਦੋਜ਼ ਥ੍ਰੀ ਐਡਮਿਨਿਸਟ੍ਰੇਟਰਸ ਉਦੋਂ ਫਿਰ ਬੜਾ ਕਿਸੇ ਪੁਆਇੰਟ ਤੇ ਝਗੜਾ ਹੋ ਗਿਆ ਤੇ ਦੋ ਬੰਦੇ ਕਹਿੰਦੇ ਲੈਟ ਅਸ ਡਿਸਾਈਡ ਬਾਈ ਮੈਜੋਰਿਟੀ ਜ਼ੋਰ ਦੀ ਨੇ ਮੇਜ਼ ਤੇ ਮਾਰਿਆ ਭਗਵਾਨ ਨੇ ਮੁੱਠਾ ਵਨ ਪਲੱਸ ਟਰੂਥ ਇਜ਼ ਮੈਜੋਰਿਟੀ ਫਿਰ ਵਨ ਬੰਦੇ ਨੇ ਫੈਸਲਾ ਕੀਤਾ ਇਹਦੀ ਕਾਇਆ ਗੱਲ ਬਦਲ ਗਈ ਇਸ ਕਰਕੇ ਮੈਂ ਭਗਵਾਨ ਨੂੰ ਭੁੱਲਦਾ ਨਹੀਂ ਹੈਗਾ ਸੋ ਮੈਂ ਚਾਹਾਂਗਾ ਅੰਮ੍ਰਿਤਸਰ ਦੀ ਗੱਲ ਵਾਪਸ ਜਾਈਏ ਹਾਂਜੀ ਹਾਂ ਸਾਡੀ ਗੁੱਡ ਲੱਕ ਹੈ ਕਿ ਸੁਖਬੀਰ ਮਹਾਲ ਸਾਡੇ ਕੋਲ ਜੁਆਇਨ ਕਰ ਗਏ ਨੇ ਬੜੇ ਉਦਮੀ ਹਨ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਪਹਿਲਾਂ ਲੈਕਚਰ ਗੁਰੂ ਤੇਗ ਬਹਾਦਰ ਤੇ ਕਰਨਾ ਮੈਂ ਕਿਹਾ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਬਿਲਕੁਲ ਪਰ ਸਾਰਾ ਪੰਜਾਬ ਸਾਰਾ ਇੰਡੀਆ ਗੁਰੂ ਤੇਗ ਬਹਾਦਰ ਤੇ ਕਰ ਰਿਹਾ ਨਵੀਂ ਗੱਲ ਹੈ ਨੀ ਕੁਛ ਕਹਿਣ ਨੂੰ ਆਮ ਸੋਰੀ ਮੇਰੇ ਕੋਲ ਹੈ ਲੇਕਿਨ ਮੈਂ ਕਹਿਣ ਦੀ ਹਿੰਮਤ ਨਹੀਂ ਰੱਖਦਾ ਮੇਰੇ ਕੋਲ ਹੈ ਲੇਕਿਨ ਕਹਿਣ ਦੀ ਹਿੰਮਤ ਨਹੀਂ ਰੱਖਦਾ ਮੈਂ ਸੋ ਜੇ ਕਿ ਮੈਂ ਕਿਹਾ ਨਵਾਂ ਕਰੀਏ ਐਕਸਪੈਰੀਮੈਂਟ ਕਿ ਉਹ ਸਾਹਿਤਕਾਰ ਜਿਹੜੇ ਅੰਮ੍ਰਿਤਸਰ ਨਾਲ ਜੁੜੇ ਨੇ ਪਹਿਲਾਂ ਉਹਨਾਂ ਨੂੰ ਅਸੀਂ ਯਾਦ ਕਰੀਏ ਇਹਦੇ ਨਾਲ ਥੋੜ੍ਹਾ ਦਾਇਰਾ ਵੱਡਾ ਹੋਏਗਾ ਤਾਂ ਆਮ ਗਲੈਡ ਸ਼ੀ ਐਗਰੀ ਟੂ ਦਿਸ ਸੋ ਵੀ ਮੇਡ ਦਿਸ ਐਕਸਪੈਰੀਮੈਂਟ ਭਾਈ ਵੀਰ ਸਿੰਘ ਦੀ ਪੋਇਟਰੀ ਜਿਹੜੀ ਗਾਈ ਸੁਰਜੀਤ ਪਾਤਰ ਨੇ ਡਾਕਟਰ ਤੇ ਮਿਸਿਸ ਮਨਮੋਹਨ ਸਿੰਘ ਨੇ ਸੁਣਿਆ ਆਨੰਦ ਲਿਆ ਉਹਨਾਂ ਨੇ ਉਸ ਤੋਂ ਬਾਅਦ ਦੂਜਾ ਲੈਕਚਰ ਮੈਨੂੰ ਲੱਗਦਾ ਮੈਂ ਇਹਨੂੰ ਬੜਾ ਕਾਮਯਾਬ ਲੈਕਚਰ ਕਹਾਂਗਾ ਭਗਵਾਨ ਨੇ ਉਹਨਾਂ ਕੋਲੋਂ ਗੱਲਾਂ ਕਢਾਈਆਂ ਨੇ ਜਿਹੜੀਆਂ ਕਿ ਨਾ ਹੁੰਦੇ ਤੇ ਸ਼ਾਇਦ ਇਸ ਤਰ੍ਹਾਂ ਗੱਲ ਨਹੀਂ ਸੀ ਬਣਨੀ ਸੋ ਆਮ ਥੈਂਕਫੁਲ ਟੂ ਬੋਥ ਸੁਖਬੀਰਤ ਐਂਡ ਭਗਵਾਨ ਐਂਡ ਅੱਗੇ ਜਿਹੜਾ ਲੈਕਚਰ ਹੈ ਸੁਖਬੀਰ ਉਹਨੇ ਫੈਸਲਾ ਕਰਨਾ ਹੈ ਕਿ ਨਾਨਕ ਸਿੰਘ ਨਾਵਲਿਸ ਨੂੰ ਕਿਵੇਂ ਯਾਦ ਕਰਨਗੇ ਸ਼ੀ ਵਿਲ ਡਿਸਾਈਡ ਐਂਡ ਅੱਜ ਹੀ ਗੱਲ ਹੋਈ ਮੇਰੀ ਉਹਨਾਂ ਦੇ ਗ੍ਰੈਂਡਸਨ ਆਈ ਥਿੰਕ ਠੀਕ ਹੈ ਬੈਸਟ ਸੀਗਾ ਉਹ ਕਹਿੰਦਾ ਬਿਲਕੁਲ ਮੈਂ ਜੁਆਇਨ ਕਰਾਂਗਾ ਤਾਂ ਵੀ ਆਰ ਲਿਵਿੰਗ ਟੂ ਹਰ ਆਈ ਥਿੰਕ ਇਸ ਤਰ੍ਹਾਂ ਦੀ ਇੰਟਰਸਟਿੰਗ ਬਣਾਉਣ ਤੇ ਡਾਕਟਰ ਵੀਰ ਸਿੰਘ ਦਾ ਰੋਲ ਹੈ ਉਹਨੂੰ ਪਲੇ ਕਰਨਾ ਪਏਗਾ ਇੱਥੇ ਸਦਨ ਵਿੱਚ ਭਾਵੇਂ ਇੱਥੇ ਆਉਣ ਨਾ ਇਹਨੂੰ ਇਹ ਲਿਬਰਲਾਈਜ਼ ਮਾਹੌਲ ਜਿਹੜਾ ਦੇਣਾ ਪਏਗਾ ਕੋਈ ਸਾਡੇ ਕੋਈ ਚੋਇਸ ਨਹੀਂ ਹੈਗੀ ਤੇ ਅੰਮ੍ਰਿਤਸਰ ਨੂੰ ਵੀ ਜਿਹੜਾ ਇੱਕ ਸਾਹਿਤ ਦਾ ਕੇਂਦਰ ਬਣਾਉਣਾ ਕੋਠੀ ਨੂੰ ਭਾਈ ਵੀਰ ਸਿੰਘ ਯਾਦ ਬਣੇ ਸਾਹਿਤ ਕੇਂਦਰ ਲੱਗਦਾ ਜੇ ਪਰਮਿੰਦਰ ਹੋਰ ਵਕਤ ਦੇਣ ਥੋੜਾ ਜਿਹਾ ਬਣ ਸਕਦਾ ਉਹ ਜੋਗਿੰਦਰ ਵੀ ਆਂਦਾ ਹੈਗਾ ਆਪਣੇ ਤਿੰਨ ਚਾਰ ਸਾਥੀ ਲੈ ਕੇ ਕਹਿਣਾ ਚਾਹੁੰਦਾ ਹਾਂਜੀ ਕਿ ਸਕੀਰਤ ਹੁਣਾਂ ਨੇ ਜੋ ਗੁਰਬਖਸ਼ ਸਿੰਘ ਹੁਣਾਂ ਦੀ ਇੱਕ ਲੈਵਲ ਤੇ ਜਿਵੇਂ ਪੇਸ਼ ਕੀਤਾ ਨਾ ਇਹ ਬਹੁਤ ਗੱਲਾਂ ਇਹੋ ਜਿਹੀਆਂ ਜਿਹੜੀਆਂ ਮੈਂ ਸਮਝਦਾ ਉਹਨਾਂ ਨੇ ਆਪਣੇ ਦੋ ਤਿੰਨ ਨੂੰ ਵੱਧ ਕੇ ਕਹੀਆਂ ਜ਼ਿਆਦਾ ਕਹੀਆਂ ਬਿਲਕੁਲ ਲਗਭਗ ਜਿਵੇਂ ਨਾ ਜਿਵੇਂ ਬੰਦਾ ਕੋਲ
ਬਹੁਤ ਸੌਖੀ ਭਾਸ਼ਾ 'ਚ ਅਨਾਲਿਸਿਸ ਕਰਦਾ ਹੁੰਦਾ ਸੋਹਣੀ ਪੰਜਾਬੀ ਉਹ ਜਿਹਾ ਕੰਮ ਉਹਨਾਂ ਨੇ ਸਕੀਰਤਰਾ ਨੇ ਕੀਤਾ ਮੈਂ ਬਹੁਤ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਤੁਸੀਂ ਆਪਣੇ ਪ੍ਰਧਾਨਗੀ ਭਾਸ਼ਣ ਕੁਛ ਹੋਰ ਕਹਿਣਾ ਕਹਿ ਸਕਦੇ ਹੋ ਮੇਰਾ ਖਿਆਲ ਕੋਈ ਲੋੜ ਤਾਂ ਹੈ ਨੀ ਗੀ ਲੋੜ ਹੈ ਨੀ ਮੈਂ ਤਾਂ ਇਹੀ ਗੱਲ ਕਹਿਣੀ ਸੀਗੀ ਕਿ ਜਿਹੜੀ ਪਹਿਲਾਂ ਗੱਲ ਕਹਿ ਚੁੱਕਿਆ ਕਿ ਜਿਹੜਾ ਤੁਸੀਂ ਜਿਹੜਾ ਪਵਾਰ ਹੋਣਾ ਜਿਹੜਾ ਕੁਐਸਚਨ ਰੇਜ਼ ਕੀਤਾ ਸੀਗਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਅਗਰ ਅਸੀਂ ਇਸ ਕੁਐਸਚਨ ਦੇ ਉੱਤੇ ਹੋਰ ਜ਼ਿਆਦਾ ਚੰਗੇ ਗੱਲਾਂ ਅੱਗੇ ਲਿਆ ਸਕੀਏ ਤੇ ਅਸੀਂ ਬੜਾ ਵੱਡਾ ਕੰਟਰੀਬਿਊਟ ਕਰਨ ਵਿੱਚ ਕਾਮਯਾਬ ਹੋਵਾਂਗੇ ਕਿਉਂਕਿ ਅੱਜ ਕੱਲ੍ਹ ਲੋੜ ਇਹ ਹੈ ਮੈਨੂੰ ਯਾਦ ਹੈ ਇਸ ਵੇਲੇ ਕਿ ਫਰਜ਼ ਕਰੋ ਤੁਸੀਂ ਬਹੁਤ ਵਾਰੀ ਪੰਜਾਬੀ 'ਚ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਕਰ ਸਿੱਖ ਸੱਭਿਆਚਾਰ ਵਾਲੇ ਪਾਸੇ ਤੁਰ ਪੈਂਦੇ ਹਾਂ ਤੇ ਬਹੁਤ ਵਾਰੀ ਉਹਦਾ ਸੰਕੀਰਨ ਮਤਲਬ ਕੱਢਦੇ ਹਾਂ ਅਸੀਂ ਤੇ ਮੈਂ ਜਦੋਂ ਮੈਨੂੰ ਯਾਦ ਆ ਕਿ ਮੈਂ ਜਦੋਂ ਡਾਕਟਰ ਗਿੱਲ ਦੇ ਕੋਲ ਪਟਿਆਲੇ ਪੜ੍ਹਨ ਲੱਗਿਆ ਜਾ ਕੇ ਐਮ ਏ ਤੋਂ ਪਿੱਛੋਂ ਤਾਂ ਉਸ ਵੇਲੇ ਮਤਲਬ ਇਹਦੇ ਨਾਲ ਨਾਲ ਜਿਹੜਾ ਬਾਕੀ ਸੱਭਿਆਚਾਰ ਹੈ ਚਾਹੇ ਪੁਰਾਣਾ 'ਚ ਪਿਆ ਚਾਹੇ ਹੋਰ ਥਾਵਾਂ 'ਤੇ ਪਿਆ ਜਦੋਂ ਉਹ ਪਾਸਾ ਵੀ ਫੋੜਿਆ ਤੇ ਉਹਦੇ 'ਚ ਹੋਰ ਬਹੁਤ ਕੁਛ ਇਹੋ ਜਿਹਾ ਲੱਭਦਾ ਸੱਭਿਆਚਾਰ ਦੇ ਵਿੱਚ ਜਿਹੜਾ ਪੰਜਾਬ 'ਚ ਵੀ ਪਿਆ ਜਿਹਨੂੰ ਪੰਜਾਬ 'ਚ ਲਗਭਗ ਲੋਕ ਯਾਦ ਨਹੀਂ ਕਰਨਾ ਚਾਹੁੰਦੇ ਸੋ ਜਿਹੜਾ ਇਹ ਜਿਹੜਾ ਪਾਸਾ ਨਾ ਆਪਣੇ ਤੌਰ 'ਤੇ ਸਾਰਾ ਇਹ ਪਾਸਾ ਅਗਰ ਅਸੀਂ ਸਾਹਿਤ ਦੇ ਵਿੱਚੋਂ ਅੱਗੇ ਲਿਆ ਸਕੀਏ ਤੇ ਉਹਦੇ ਵਿੱਚੋਂ ਸਾਹਿਤ ਦੇ ਉਹਨਾਂ ਰੂਪਾਂ ਨੂੰ ਸਮਝਣ ਰੂਪਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਲੱਗਦਾ ਅਸੀਂ ਪੰਜਾਬੀ ਲਿਟਰੇਚਰ ਪੰਜਾਬੀ ਸੱਭਿਆਚਾਰ ਪੰਜਾਬ ਦੀ ਜ਼ਿੰਦਗੀ ਤੇ ਜਿਹੜੀ ਹੁਣ ਦੇ ਹਾਲਾਤ ਹੈ ਇਹਦੇ ਵਿੱਚ ਬਹੁਤ ਚੰਗੇ ਨਿੱਗਰ ਯੋਗਦਾਨ ਅਸੀਂ ਪਾਉਣ 'ਚ ਕਾਮਯਾਬ ਹੋਵਾਂਗੇ ਮੈਂ ਸੱਚੀ ਮੁੱਚੀ ਤੁਹਾਡਾ ਸਦਨ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਸ ਤਰ੍ਹਾਂ ਪ੍ਰੋਗਰਾਮ ਨੂੰ ਕਨਸੀਵ ਕੀਤਾ ਹੈ ਜਿਹੜਾ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਤੇ ਅੱਗੇ ਤੋਂ ਮੈਂ ਉਡੀਕਿਆ ਕਰਾਂਗੇ ਤੁਹਾਡੇ ਪ੍ਰੋਗਰਾਮ ਨੂੰ ਜਦੋਂ ਤੁਸੀਂ ਇੱਕ ਮਹੀਨੇ ਬਾਅਦ ਕਰੋਗੇ ਅੱਗੇ ਤੁਸੀਂ ਪਲਾਨ ਕਰੋਗੇ ਸੁਣਾਂਗੇ ਤੁਸੀਂ ਅੱਜ ਕਮਿਟ ਕਰ ਚੁੱਕੇ ਹੋ ਪਬਲਿਕਲੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਮਿਹਰਬਾਨੀ ਤੁਹਾਡੀ ਸੁਖਵੀਰ ਜੀ ਤੁਸੀਂ ਕੁਝ ਕਹਿਣਾ ਚਾਹੀਦਾ ਉਸ ਤੋਂ ਬਾਅਦ ਰਵੇਰ ਸਿੰਘ ਹੋਰੀ ਅਗਲਾ ਪ੍ਰੋਗਰਾਮ ਅਨਾਉਂਸ ਕਰਨਗੇ ਜੀ ਮੈਂ ਬਹੁਤ ਮਿਹਰਬਾਨੀ ਤੇ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਸਭ ਤੋਂ ਪਹਿਲਾਂ ਤੇ ਪ੍ਰੋਫੈਸਰ ਪਰਮਿੰਦਰ ਸਿੰਘ ਹੋਰਾਂ ਦਾ ਕਿ ਇਹਨਾਂ ਨੇ ਜਿਹੜਾ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੇ ਜਿਸ ਤਰ੍ਹਾਂ ਦਾ ਇਹ ਅਕਾਦਮਿਕ ਤੇ ਸਾਹਿਤਕ ਸੱਭਿਆਚਾਰ ਚਾਹੁੰਦੇ ਨੇ ਅਸੀਂ ਉਹਨਾਂ ਲੀਹਾਂ ਦੇ ਉੱਤੇ ਇੱਕ ਕਦਮ ਪੁੱਟ ਚੁੱਕੇ ਹਾਂ ਤੇ ਇਹਨਾਂ ਦਾ ਵੀ ਸਾਨੂੰ ਜੇਕਰ ਸਾਥ ਮਿਲਦਾ ਰਹੇ ਤੇ ਅਸੀਂ ਇਹਦੇ ਵਿੱਚ ਹੋਰ ਅੱਗੇ ਇਸੇ ਤਰੀਕੇ ਦੇ ਨਾਲ ਵੱਧਦੇ ਰਵਾਂਗੇ ਔਰ ਜਿਹੜੀਆਂ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਲੁਕੀਆਂ ਹੋਈਆਂ ਚੀਜ਼ਾਂ ਨੇ ਜਿਹਨਾਂ ਨੂੰ ਸਾਹਿਤ ਦੇ ਵਿੱਚ ਲੱਭਿਆ ਜਾ ਸਕਦਾ ਹੈ ਉਹਨਾਂ ਦੇ ਉੱਤੇ ਕਾਰਵਾਈ ਇਸ ਤਰ੍ਹਾਂ ਜਾਰੀ ਰਹੇਗੀ ਇਹ ਸਾਡੀਆਂ ਐਫਰਟਸ ਜਿਹੜੀਆਂ ਨੇ ਅੱਗੇ ਚੱਲਦੀਆਂ ਰਹਿਣਗੀਆਂ ਬਹੁਤ ਹੀ ਅਸੀਂ ਪ੍ਰੋਗਰਾਮ ਨੂੰ ਜਿਸ ਢੰਗ ਨਾਲ ਕੰਸੀਵ ਕੀਤਾ ਸੀ ਉਹਦੇ ਤੋਂ ਵੀ ਬੜੇ ਅੱਛੇ ਤਰੀਕੇ ਦੇ ਨਾਲ ਪ੍ਰੋਗਰਾਮ ਆਪਣੇ ਆਪ ਆਪਣੀ ਇੱਕ ਸ਼ੇਪ ਲੈਂਦਾ ਚਲਾ ਗਿਆ ਔਰ ਇਹਦਾ ਕ੍ਰੈਡਿਟ ਜਾਂਦਾ ਆ ਪ੍ਰੋਫੈਸਰ ਭਗਵਾਨ ਜੋਸ਼ ਹੋਰਾਂ ਨੂੰ ਕਿ ਉਹਨਾਂ ਨੇ ਸੁਕੀਰਤ ਹੋਰਾਂ ਦੀਆਂ ਉਹ ਤੰਦਾਂ ਨੂੰ ਟੁੰਬਿਆ ਆ ਜਿਹੜੀਆਂ ਉਹਨਾਂ ਨੂੰ ਡਾਊਨ ਦਾ ਮੈਮਰੀ ਲੇਨਸ ਲੈ ਗਈਆਂ ਉਹਨਾਂ ਕੋਲੋਂ ਪੁਰਾਣੀਆਂ ਯਾਦਾਂ ਛੋਟੇ ਹੁੰਦਿਆਂ ਦੀਆਂ ਨਿੱਕੀਆਂ ਨਿੱਕੀਆਂ ਤੇ ਮਿੱਠੀਆਂ ਮਿੱਠੀਆਂ ਯਾਦਾਂ ਜਿਹੜੀਆਂ ਕਿ ਉਹਨਾਂ ਨੇ ਬਹੁਤ ਜਿਹਨੂੰ ਅਸੀਂ ਕਵਾਂਗੇ ਤੇ ਹਲਕੀਆਂ ਫੁਲਕੀਆਂ ਪਰ ਜਿਹਨਾਂ ਦੇ ਵਿੱਚ ਅਹਿਮੀਅਤ ਬਹੁਤ ਪਈ ਹੋਈ ਆ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ ਪਿਛਲੇ ਦਿਨੀ ਮੇਰੇ ਕੋਲ ਇੱਕ ਸੁਕੀਰਤ ਹੋਰਾਂ ਦੀ ਕਹਾਣੀ ਉਹਨਾਂ ਦੀ ਆਪਣੀ ਕਹਾਣੀ ਨਹੀਂ ਬਲਕਿ ਇੱਕ ਅਫਰੀਕੀ ਲੋਕ ਕਹਾਣੀ ਉਹਨਾਂ ਨੇ ਕਿਸੇ ਮੈਗਜ਼ੀਨ ਦੇ ਵਿੱਚ ਛਪੀ ਸੀਗੀ ਤੇ ਮੇਰੀ ਨਜ਼ਰ ਵਿੱਚੋਂ ਨਿਕਲੀ ਤੇ ਉਹਦੇ 'ਚ ਉਹ ਆਪਣੇ ਬਾਰੇ ਆਪ ਹੀ ਲਿਖਦੇ ਨੇ ਦੋ ਲਾਈਨਾਂ ਦੇ ਵਿੱਚ ਕਹਿੰਦੇ ਨੇ ਕਿ ਮੈਂ ਇੱਕ ਬੜੇ ਸਾਹਿਤਕ ਤੇ ਸੁਗ ਅੰਦਾਜ਼ ਵਿੱਚ ਗੱਲ ਕਰਦੀ ਕੀਤੀ ਇਹਦੇ ਵਿੱਚ ਤੇ ਮੈਨੂੰ ਅਸੀਂ ਹੁਣ ਤੱਕ ਇਹ ਸੁਣਦੇ ਹੁੰਦੇ ਸੀ ਕਿ ਸੁਭਕ ਜਿਹੀ ਮੁਟਿਆਰ ਹੀ ਹੁੰਦੀ ਹੈ ਸੁਭਕ ਜਿਹਾ ਅੰਦਾਜ਼ ਵੀ ਜਿਹੜਾ ਸੀਗਾ ਅੱਜ ਮੇਰੀ ਬੜੀ ਖੁਆਇਸ਼ ਸੀ ਔਰ ਅਸੀਂ ਦੇਖਿਆ ਕਿ ਉਹਨਾਂ ਨੇ ਕਿਸ ਸੁਭਕ ਤੇ ਸਹਿਜ ਤੇ ਕਿਸ ਇੱਕ ਹੰਢੇ ਹੋਏ ਅੰਦਾਜ਼ ਦੇ ਵਿੱਚ ਉਹਨਾਂ ਨੇ ਆਪਣੀਆਂ ਸਾਰੀਆਂ ਐਸੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਜਿਹਦੇ ਵਿੱਚੋਂ ਦਾਰਜੀ ਦਾ ਮੈਂ ਫਲਸਫਾ ਨਹੀਂ ਕਵਾਂਗੀ ਉਹਨਾਂ ਦੇ ਨਿੱਤ ਵਿਹਾਰ ਦੀਆਂ ਗੱਲਾਂ ਦੇ ਵਿੱਚੋਂ ਸਾਡੇ ਸਮਾਜਿਕ ਬਣਤਰ ਦੇ ਉੱਤੇ ਕੀ ਇਨਫਲੂਐਂਸ ਪਿਆ ਆ ਉਹ ਸਾਡੇ ਸਾਹਮਣੇ ਉੱਭਰ ਕੇ ਸਾਹਮਣੇ ਆਇਆ ਹੈ ਇਹ ਇੱਕ ਬਹੁਤ ਵੱਡੀ ਗੱਲ ਸੀ ਔਰ ਖਾਸ ਕਰਕੇ ਜਦੋਂ ਉਹਨਾਂ ਦੇ ਆਪਣੇ ਨਾਨੀ ਜੀ ਦੇ ਨਾਲ ਦਾਰਜੀ ਦੇ ਸੰਬੰਧਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਗੁਜ਼ਰ ਜਾਣ ਤੇ ਉਹਨਾਂ ਦੇ ਟੁੱਟ ਜਾਣ ਦੀ ਗੱਲ ਕਰਦੇ ਨੇ ਤੇ ਮੈਨੂੰ ਗੁਰਬਖਸ਼ ਸਿੰਘ ਹੋਰਾਂ ਵਿੱਚ ਉਹ ਸੰਵੇਦਨਸ਼ੀਲਤਾ ਨਜ਼ਰ ਆਉਣ ਲੱਗਦੀ ਹੈ ਜਿਹੜੀ ਉਹਨਾਂ ਦੀ ਬਹੁਤ ਹੀ ਇੱਕ ਬੜੀ ਫੇਮਸ ਉਹਨਾਂ ਦੀ ਕਹਾਣੀ ਹੈ ਭਾਬੀ ਮੈਨਾ ਵਿੱਚ ਭਾਬੀ ਮੈਨਾ ਵਿੱਚ ਉਹ ਔਰਤ ਦੀ ਆਜ਼ਾਦੀ ਉਸਦੀ ਬਰਾਬਰੀ ਔਰ ਉਸਨੂੰ ਜਿਹੜੀਆਂ ਗਲਤ ਕੀਮਤਾਂ ਦੇ ਵਿੱਚ ਔਰਤ ਦੀ ਨਿਰਾਦਰੀ ਹੋ ਰਹੀ ਹੈ ਉਹਦੇ ਵਿੱਚੋਂ ਕੱਢਣ ਦਾ ਯਤਨ ਕਰਦੇ ਨੇ ਉਹ ਬਹੁਤ ਹੀ ਪ੍ਰਭਾਵਸ਼ਾਲੀ ਹੈ ਸੋ ਉਹ ਔਰਤ ਦੀ
स्थिति वास्ते बहुत ही संवेदनशील सन। उन्हां दी आजाद सोच दा ही एक रूप है कि उन्होंने अपनी विचारधारा नूं कदे इंपोज नहीं किया, बल्कि उसनूं जीविया ते जीण दे नाल उन्होंने समाज दे उत्ते ते अपने पाठकां दे उत्ते इसका प्रभाव छटिया। सो मैं सारिया का बहुत बहुत शुक्रिया। जिहड़ी असी भाई वीर सिंह निवास स्थान की गल करते हैं, इनू डॉक्टर साहब का सुझाव हैगा कि असी इनू कल्चरल हैरीटेज की शक्ल देनी है और उत्थे साहित्यक ते अकादमिक गतिविधियां विच वाधा करना है। असी वो लगातार उहदे ते काम आरंभ कर दिता है और असी इत्थे गतिविधियां ये चलदियां रहणगियां, साडियां अकादमिक भी ते साहित्यक गतिविधियां भी, और इसनू असी एक कल्चरल हैरीटेज की शक्ल देण विच कामयाब जरूर होवांगे, मैनूं इस गल का यकीन है। दूसरी गल जिहड़ी डॉक्टर साहब मैं याद करवा देवां जी कि तुसीं दस्या है कि असी एक तीन गुरु तेग बहादुर साहब से जी मेरी इच्छा से प्रोग्राम की वो वास्ते असी उन्होंने बारे च जो कुछ हुण तक स्टडी हुई है उन्हों रीविजिट करन दा प्रोग्राम किया है बनाया है, और जिमें तुहाडे नाल शेयर होया सीगा कि सितंबर 3 भी प्रोग्राम होएगा तो सितंबर 10 भी प्रोग्राम होएगा, ये बारे डॉक्टर अवेल सिंह जिहड़ा तुसीं जिवें कहा या कि वह इहदी डिटेल दस देणगे सारे प्रोग्राम दी, वो इसनूं अनाउंस कर देंगे। मेरे वालों सारे आए हुए हाजिर मेहमाना ते साडे स्रोतियां दा बहुत बहुत धन्नवाद, मेहरबानी जी। थैंक यू। हाँ जी डॉक्टर वीर सिंह जी, मैं अनाउंस कर रहा थे दिल्ली हो रहे ने दो। हाँ तुसी कर लो। शुक्रिया मैम। हाँ जी, हाँ जी डॉक्टर साहब फ्राइडे 20 अगस्त नूं एक पुस्तक पे चर्चा करेंगे, सबका मंगल हो। मैं नॉर्मली पंजाबी दी किताबा बहुत ध्यान नाल नहीं पढ़ता, पर पोएट्री बड़ी इंजॉय कीती मैं, खासकर तंदीप तमन्ना दी, मैं जानदा नहीं दोनों नूं। डॉक्टर वीर सिंह ने किताब लभी ते चर्चा होएगी 20 अगस्त 2021 नूं 4 बजे इस तरह ऑनलाइन, प्लीज ज्वाइन अस। पैनलिस्ट है डॉक्टर रजिंदर पाल सिंह बराड़, डॉक्टर प्रवीण कुमार, मॉडरेटर हैं डॉक्टर मुनीश कुमार। इसी महीने फ्राइडे 27 अगस्त गुरु तेग बहादुर साहब का लैक्चर होगा, गुरु तेग बहादुर इन बिहार एंड बायोन, एक विद्वान हैं प्रोफेसर हिमाद्री बैनर्जी, उन्होंने जिंदगी 30 साल सिख स्टडीज लगाते हैं हिमाद्री बैनर्जी दी, अदर सिख सारा ईस्टर्न इंडिया सिखां दे इलाके में गुरु नानक के नाम लेवा जुड़े हैं वो बोलेंगे। सर जतिंदर बीर सिंह IAS दे रहे हैं, वो बहुत चिर असाम काडर दे हैं ते गुवाहाटी रहे हैं, वो प्रेजाइड करेंगे। दिस इज ऑन फ्राइडे 27 अगस्त 2021 सितंबर दा सुखबीर जी और अनाउंस किया है 3 ते 10 एम राइट गुरु तेग बहादुर का अगे जरा नानक सिंह नॉवलिस्ट का असं कोशिश करा नानक सिंह भी इसी तरीके दिलचस्प तरीके याद किया जाए। थोड़ा फिर एक बार बहुत धन्यवाद। थैंक यू।